ਇਹ ਆਉਣਾ ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੇ ਸਿੱਧੂ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਹੈ ਜੀ ਤੁਹਾਡਾ ਆਪਣਾ ਦੋਸਤ ਹੈਪੀ। ਅੱਜ ਅਸੀਂ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਬਾਰਨ ਹਾੜਾ ਪਿੰਡ ਦੇ ਵਿੱਚ ਅਸੀਂ ਆਏ ਹਾਂ। ਉੱਥੇ ਇਹ ਹੰਬੜਾ ਰੋਡ 'ਤੇ ਪੈਂਦਾ ਹੈਗਾ ਪਿੰਡ, ਅਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ, ਇਸ ਸੰਸਥਾ ਦੇ ਵਿੱਚ ਆ ਕੇ, ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਕੋਲ ਆ ਕੇ ਅਸੀਂ ਇੱਥੇ ਦੇਖਿਆ ਕਿ ਮਹਿਸੂਸ ਕੀਤਾ ਕਿ ਮਨੁੱਖਤਾ ਦੀ ਸੇਵਾ ਕੀ ਹੁੰਦੀ ਹੈ ਅਤੇ ਉਸਨੂੰ ਤੋਰਨ ਦਾ ਤੋਂ ਅਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹਾਂ, ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਆ ਫੀਲ ਕਰਨਾ, ਮਹਿਸੂਸ ਕਰਨਾ ਅਸੀਂ ਛੱਡ ਦਿੱਤਾ ਹੈਗਾ। ਅਸੀਂ ਜੋ ਕੁਝ ਹੁੰਦਾ ਉਹ ਕਹਿੰਦੇ ਉਹਨਾਂ ਦੇ ਗਾਂਧੀ ਦੇ ਤਿੰਨ ਬਾਂਦਰ, ਕੁਝ ਨਾ ਬੋਲੋ, ਕੁਝ ਨਾ ਦੇਖੋ ਅਤੇ ਕੁਝ ਨਾ ਸੁਣੋ, ਅਸੀਂ ਉਸ ਦੇ ਉੱਤੇ, ਉਸ ਧਾਰਨਾ ਦੇ ਉੱਤੇ ਚੱਲਣ ਲੱਗ ਗਏ। ਕੋਈ ਵੀ ਸਮੱਸਿਆ ਸਾਡੇ ਸਮਾਜ ਦੇ ਵਿੱਚ ਆਉਂਦੀ ਹੈ ਤਾਂ ਅਸੀਂ ਉਸ ਨੂੰ ਬਿਨਾਂ ਦੇਖੇ ਅਸੀਂ ਅੱਗੇ ਲੰਘ ਜਾਂਦੇ ਹਾਂ। ਰਸਤੇ ਦੇ ਵਿੱਚ ਸਾਨੂੰ ਕੋਈ ਟੱਕਰ, ਜੇ ਰਸਤੇ 'ਚ ਕੋਈ ਐਕਸੀਡੈਂਟ ਹੋਇਆ ਤਾਂ ਅਸੀਂ ਉਸ ਐਕਸੀਡੈਂਟ ਤੋਂ ਅੱਗੇ ਲੰਘ ਜਾਂਦੇ ਹਾਂ, ਸਾਨੂੰ ਲੱਗਦਾ ਕਿ ਅਸੀਂ ਕਿਸੇ ਸਮੱਸਿਆ ਦੇ ਵਿੱਚ ਨਾ ਘਿਰ ਜਾਈਏ। ਪਰ ਇਹ ਸੰਸਥਾ ਜਿਹੜੀ ਮਨੁੱਖਤਾ ਦੀ ਸੇਵਾ ਦੇ ਲਈ ਬਣੀ ਹੈ ਅਤੇ ਮਨੁੱਖਤਾ ਦੀ ਸੇਵਾ ਕਰਦੇ ਨੇ, ਅਤੇ ਅੱਜ ਇੱਥੇ ਆ ਕੇ ਮਹਿਸੂਸ ਹੋਇਆ ਕਿ ਅੱਖਾਂ ਦੇ ਵਿੱਚ ਬਹੁਤ ਆਰ ਜਿਹੜਾ ਪਾਣੀ ਜਿਹੜਾ ਉਹ ਆਪਣੇ ਆਪ ਨਿਕਲਦਾ ਕਿ ਕਿਸ ਤਰ੍ਹਾਂ ਦੇ ਮਰੀਜ਼ ਜਿਹੜੇ ਆ ਜਿਨ੍ਹਾਂ ਨੂੰ ਇਹ ਸਾਂਭਦੇ ਨੇ, ਕਿਵੇਂ ਉਹਨਾਂ ਦੀਆਂ ਲੱਤਾਂ ਦੇ ਵਿੱਚ, ਜਿਵੇਂ ਮੇਰੇ ਨਾਲ ਗੱਲ ਕਰ ਰਹੇ ਸੀ ਗੁਰਪ੍ਰੀਤ ਜੀ ਜਦੋਂ ਮੈਂ ਇੱਥੇ ਆਇਆ ਸੀ, ਕਿ ਕੀੜੇ ਚੱਲਦੇ, ਉਹ ਕਹਿੰਦੇ ਕਿ ਮੈਂ ਪਹਿਲੀ ਵਾਰ ਮਹਿਸੂਸ ਕੀਤਾ ਕਿ ਬੰਦੇ ਦੇ ਵੀ ਕੀੜੇ ਪੈ ਜਾਂਦੇ ਆ, ਤਾਂ ਮੈਨੂੰ ਵੀ ਲੱਗਿਆ ਕਿ ਵੀ ਇਹ ਨਹੀਂ ਹੋ ਸਕਦਾ। ਪਰ ਜਦੋਂ ਉਹਨਾਂ ਨੇ ਕੁਝ ਵੀਡੀਓ ਮੇਰੇ ਸਾਹਮਣੇ ਜਿਹੜੀਆਂ ਸਾਂਝੀਆਂ ਕੀਤੀਆਂ ਅਤੇ ਦੇਖ ਕੇ ਮਤਲਬ ਬੰਦੇ ਦਾ ਦਿਲ ਜਿਹੜਾ ਉਹ ਦਹਿਲ ਜਾਂਦਾ ਹੈਗਾ। ਮਨੁੱਖਤਾ ਦੀ ਸੇਵਾ ਸੁਸਾਇਟੀ ਜਿਹੜਾ ਇਹ ਫੇਸਬੁੱਕ ਦੇ ਉੱਤੇ ਪੇਜ ਵੀ ਹੈ, ਅਤੇ ਨਾਲ ਨਾਲ ਤੁਸੀਂ ਪ੍ਰੋਗਰਾਮ ਜਿਹੜਾ ਇਹ ਪ੍ਰੋਗਰਾਮ ਹੈ, ਰਿਕਾਰਡਡ ਪ੍ਰੋਗਰਾਮ ਹੈ, ਇਹ ਪ੍ਰੋਗਰਾਮ ਅਸੀਂ ਦਿਨ ਦੇ ਸਮੇਂ ਜਿਹੜਾ ਅਸੀਂ ਰਿਕਾਰਡ ਕਰ ਰਹੇ ਹਾਂ, ਕਿਉਂਕਿ ਹੁਣ ਤੁਹਾਡੇ ਕੋਲ ਜਿਹੜਾ ਇਹ ਚੱਲ ਰਿਹਾ ਹੋਏਗਾ ਪ੍ਰੋਗਰਾਮ, ਇਹ ਤੁਹਾਡੇ ਦਿਨ ਦੇ ਸਮੇਂ ਦੇ ਵਿੱਚ ਚੱਲੇਗਾ, ਕਿਉਂਕਿ ਇਹ ਮਰੀਜ਼ ਜਿਹੜੇ ਨੇ ਰਾਤ ਦੇ ਸਮੇਂ ਜਿਹੜਾ ਲਾਈਵ ਪ੍ਰੋਗਰਾਮ ਸੀਗਾ ਉਸ ਸਮੇਂ ਜਿਹੜੇ ਮਰੀਜ਼ ਜਿਹੜੇ ਆ ਸੌਂ ਜਾਂਦੇ ਨੇ ਰੋਟੀ ਖਾ ਕੇ, ਇਸ ਕਰਕੇ ਸਾਨੂੰ ਲੱਗਿਆ ਕਿ ਪ੍ਰੋਗਰਾਮ ਜਿਹੜਾ ਉਹ ਰਿਕਾਰਡ ਜਿਹੜਾ ਕੀਤਾ ਜਾਵੇ। ਅਤੇ ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੁਹਾਡੇ ਇਸ ਕੰਮ ਨੂੰ ਅਸੀਂ ਸਲਾਹੁਣੇ ਹਾਂ ਪੂਰੀ ਦੁਨੀਆ ਦੇ ਵਿੱਚ, ਤੁਹਾਨੂੰ ਇਸ ਸਮੇਂ ਸਾਡੇ ਦੋਸਤ ਮਿੱਤਰ ਸੁਣ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਰੇਡੀਓ ਚੰਨ ਪ੍ਰਦੇਸੀ ਦੇ ਪ੍ਰੋਗਰਾਮ 'ਚ। ਥੈਂਕ ਯੂ ਜੀ, ਧੰਨਵਾਦ ਜੀ ਹੈਪੀ ਜੀ। ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀ, ਅਤੇ ਉਸ ਤੋਂ ਬਾਅਦ ਮੈਂ ਚੰਨ ਪ੍ਰਦੇਸੀ ਰੇਡੀਓ ਦਾ ਵੀ ਧੰਨਵਾਦ ਕਰਦਾ, ਅਤੇ ਜਿਹੜੀਆਂ ਕੈਨੇਡਾ ਦੀਆਂ ਸੰਗਤਾਂ ਜਿਨ੍ਹਾਂ ਨੇ ਸਾਡੇ ਤੱਕ ਤੁਹਾਨੂੰ ਪਹੁੰਚਾਇਆ ਜੀ। ਅਤੇ ਸੋਰੀ ਭਾਜੀ, ਥੋੜ੍ਹਾ ਲਾਊਡ ਬੋਲਣਾ ਪਏਗਾ ਤੁਹਾਨੂੰ, ਮਤਲਬ ਮੇਰੇ ਕਿ ਜਨਾਬ ਦੇਖੋ ਮੇਰੀ ਆਵਾਜ਼ ਇੱਥੇ ਆ ਰਹੀ ਨਾ ਤੁਹਾਡੀ, ਇਹ ਮੈਂ ਦੁਬਾਰਾ ਤੁਹਾਨੂੰ ਕਹਿਣਾ ਵੀ ਧੰਨਵਾਦ, ਸਵਾਗਤ ਹੈ ਤੁਹਾਡਾ, ਠੀਕ ਹੈ ਜੀ, ਦੁਬਾਰਾ ਤੋਂ ਸ਼ੁਰੂ ਹੋ ਜਾਣਾ। ਮੈਂ ਸਵਾਗਤ ਕਹੂੰਗਾ, ਤੁਸੀਂ ਕਹਿੰਦੇ ਤੁਹਾਡਾ ਧੰਨਵਾਦ ਜੀ, ਤੁਸੀਂ ਚੰਨ ਪ੍ਰਦੇਸ਼ ਸਿੱਖਿਆ ਹੈ ਨਾ। ਸਵਾਗਤ ਹੈ ਗੁਰਪ੍ਰੀਤ ਜੀ ਤੁਹਾਡਾ ਰੇਡੀਓ ਚੰਨ ਪ੍ਰਦੇਸੀ ਦੇ ਪ੍ਰੋਗਰਾਮ ਸਿੱਧੂ ਲਾਈਵ ਦੇ ਵਿੱਚ। ਪਹਿਲਾਂ ਤਾਂ ਸਾਰੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚੰਨ ਪ੍ਰਦੇਸੀ ਰੇਡੀਓ ਦਾ ਅਤੇ ਹੈਪੀ ਵੀਰ ਜਿਹੜੇ ਸਾਡੇ ਕੋਲ ਆਏ ਨੇ ਅੱਜ ਸਾਨੂੰ ਰਿਕਾਰਡ ਕਰਨ, ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਜੀ। ਅਤੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅੱਜ ਅਸੀਂ ਸਾਰੇ ਜਾਂ ਬਾਹਰ ਰਹਿੰਦੀਆਂ ਸੰਗਤਾਂ ਅਤੇ ਇੱਧਰਲੀਆਂ ਪੀੜਾਂ ਦੇ ਸਾਹਮਣੇ ਰੂਬਰੂ ਹੋਣ ਲੱਗੇ ਹਾਂ, ਅਤੇ ਸੱਚੇ ਪਾਤਸ਼ਾਹ ਨੇ ਜਿਹੜੀ ਸਾਨੂੰ ਸੇਵਾ ਲਾਈ ਆ ਉਹਦੇ ਕਾਰਨ, ਸੱਚੇ ਪਾਤਸ਼ਾਹ ਦੇ ਕਾਰਨ ਹੀ ਅੱਜ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਦੇ ਰੂਬਰੂ ਹੋ ਰਹੇ ਹਾਂ ਜੀ।
ਜੀ ਗੁਰਪ੍ਰੀਤ ਜੀ, ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਕਿਉਂਕਿ ਸਾਡੇ ਕੋਲ ਸਮਾਂ ਸਿਰਫ ਇਸ ਪ੍ਰੋਗਰਾਮ ਦਾ ਹੈ ਕਿ 1 ਘੰਟਾ ਇਹ ਪ੍ਰੋਗਰਾਮ ਚੱਲਣਾ ਹੈਗਾ, ਅਤੇ 1 ਘੰਟੇ ਦੇ ਵਿੱਚ ਜਿੰਨੀਆਂ ਸਟੋਰੀਜ਼ ਤੁਸੀਂ ਮੈਨੂੰ ਪਹਿਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਉਹ ਮੈਂ ਸਾਰੀਆਂ ਸਟੋਰੀਜ਼ ਤੁਹਾਡੇ ਤੱਕ ਜਿਹੜੀਆਂ ਦੋਸਤੋ ਪਹੁੰਚਦੀਆਂ ਤਾਂ ਨਹੀਂ ਕਰ ਸਕਦਾ, ਪਰ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਤੁਹਾਡੇ ਮਨ ਦੇ ਵਿੱਚ ਗੁਰਪ੍ਰੀਤ ਜੀ, ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ ਪਹਿਲਾਂ ਢਾਬਾ ਚਲਾਇਆ, ਅਤੇ ਮਨ ਦੇ ਵਿੱਚ ਇੱਕ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਕਦੋਂ ਮਨ ਜਿਹੜਾ ਪਿਘਲ ਜਾਂਦਾ ਕਿ ਵੀ ਹਾਂ ਇਸ ਪਾਸੇ ਆਇਆ ਜਾਵੇ, ਮਨੁੱਖਤਾ ਦੀ ਸੇਵਾ ਜਿਹੜੀ ਉਹ ਕੀਤੀ ਜਾਵੇ? ਇਹ ਸਾਡੇ ਮੇਰੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰਬਾਨੀ ਹੈ ਜੀ, ਜਿਹਦੇ ਕਰਕੇ ਅਸੀਂ ਅੱਜ ਇੱਥੇ ਬੈਠੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਇਹ ਸੇਵਾ ਕਰਨ ਦਾ ਮੌਕਾ ਜੀ ਸਾਨੂੰ ਇਸ ਕਰਕੇ ਇੱਦਾਂ ਮਿਲਿਆ, ਅਸੀਂ ਪਹਿਲਾਂ ਰੀਅਲ ਸਟੇਟ ਦਾ ਕੰਮ ਕਰਦੇ ਸੀਗੇ ਗਰੁੱਪ ਦੇ ਵਿੱਚ, ਪ੍ਰੋਪਰਟੀ ਦਾ ਲੁਧਿਆਣੇ ਸਾਡਾ ਰਾਜਗੁਰੂ ਨਗਰ ਦਫ਼ਤਰ ਸੀਗਾ ਜੀ, ਜੀ ਅਤੇ ਉਹ ਕੰਮ ਬਿਲਕੁਲ ਹੀ ਹੁਣ ਚੱਲ ਨਹੀਂ ਸੀ ਰਿਹਾ, ਵਿਹਲਿਆਂ ਵਾਂਗੂ ਟਾਈਮ ਪਾਸ ਹੋ ਰਿਹਾ ਸੀ, ਪਰ ਗੁਰੂ ਮਹਾਰਾਜ ਨੇ ਇੱਡੀ ਕਿਰਪਾ ਕਰੀ ਸੀਗੀ ਵੀ ਹੋਰ ਵੀਰਾਂ ਦੇ ਨਾਲ ਮਦਦ ਕਰਾਉਣੀ, ਸੇਵਾ ਕਰਨੀ, ਕਿਸੇ ਦੇ ਕੋਈ ਕੰਮ 'ਚ ਕਿਸੇ ਦੇ ਰੌਲੇ 'ਚ ਕਿੱਦਾਂ ਚਲੇ ਜਾਣਾ ਜਾਂ ਕਿਵੇਂ ਤੁਰੇ ਫਿਰਦੇ ਸਮਾਜ ਦੇ ਵਿੱਚ ਵਿਚਰਦੇ ਰਹਿੰਦੇ ਸੀ ਜੀ, ਅਤੇ ਕਾਫ਼ੀ ਲੋੜਵੰਦ ਬੰਦਿਆਂ ਦੀ ਹੈਲਪ ਕਰਨ ਦਾ ਮਨ ਟੀਚਾ ਸ਼ੁਰੂ ਤੋਂ ਹੀ ਸੀਗਾ, ਜਾਣੀ ਕਿ ਕਿਸੇ ਗਰੀਬ ਬੱਚਿਆਂ ਦੀ ਫੀਸ ਦੇਣੀ, ਪੜ੍ਹਾਉਣਾ ਮੇਰੇ ਨਾਨਕੇ ਪਿੰਡ ਦੇ ਵਿੱਚ, ਇਹ ਮਨ ਦੇ ਵਿੱਚ ਪਹਿਲਾਂ ਤੋਂ ਨੇਚਾ ਇੱਦਾਂ ਦੀ ਮਹਾਰਾਜ ਨੇ ਦਿੱਤੀ ਹੋਈ ਜੀ। ਅਤੇ ਜਦ ਅਸੀਂ ਇੱਕ ਦਿਨ ਬੈਠਿਆਂ ਨੇ ਡਿਸੀਜਨ ਲਿਆ ਵੀ ਕੰਮ ਕੋਈ ਚੱਲਦਾ ਨਹੀਂ, ਫੂਡ ਦਾ ਕੰਮ ਕੀਤਾ ਜਾਵੇ, ਤਾਂ ਅਸੀਂ ਦਰਾਹੇ ਦੇ ਕੋਲ ਇੱਕ ਢਾਬਾ ਦਿੱਲੀ ਰੋਡ ਦੇ ਉੱਪਰ ਸਮਰਾਟ ਢਾਬਾ, ਜੋ ਕਿ ਸਾਡਾ ਦੋਸਤ ਆ ਉਹਨੇ ਰੈਂਟ 'ਤੇ ਲਿਆ ਹੋਇਆ ਸੀ, ਅਸੀਂ ਉਹਦੇ ਨਾਲ ਗੱਲ ਕਰਕੇ ਉਹਦੇ ਨਾਲ ਪਾਰਟਨਰਸ਼ਿਪ ਕਰ ਲਈ ਉਹ ਢਾਬਾ ਚਲਾਉਣ ਦੀ, ਅਸੀਂ ਇੱਕ ਦਿਨ ਕੋਸ਼ਿਸ਼ ਕੀਤੀ ਵੀ ਉੱਥੇ ਸ਼ੁਰੂ ਕੀਤਾ ਜਾਵੇ ਕੰਮ ਜੀ। ਤਾਂ ਜਦ ਅਸੀਂ ਢਾਬਾ ਜਾ ਕੇ ਦੇਖਿਆ ਤਾਂ ਬਹੁਤ ਮਾੜੀ ਹਾਲਤ ਸੀ, ਅਸੀਂ ਉਹਨੂੰ ਥੋੜ੍ਹਾ ਰੀਅਨੋਟ ਕਰਨਾ ਸ਼ੁਰੂ ਕਰਤਾ ਵੀ ਉਹਨੂੰ ਚਲਾਉਣ ਦੇ ਲਾਇਕ ਕੀਤਾ ਜਾਵੇ। ਤਾਂ ਉੱਥੇ ਇੱਕ ਦਿਨ ਜੂਨ ਦਾ ਮਹੀਨਾ ਸੀਗਾ ਜੀ, ਬੜੀ ਮਾੜੀ ਹਾਲਤ ਹੁੰਦੀ ਹੈ ਜੂਨ ਦੇ ਵਿੱਚ, ਗਰਮੀ ਇੰਨੀ ਜ਼ਿਆਦਾ ਹੁੰਦੀ ਆ, ਅਤੇ ਇੱਕ ਵੀਰ ਸਾਡੇ ਕੋਲ ਉੱਥੇ ਬਾਹਰ ਅਸੀਂ ਪਾਰਕ ਦੇ ਵਿੱਚ ਬੈਠੇ ਗਰਮੀ 'ਚ ਧੁੱਪੇ ਸਫੈਦਿਆਂ ਦੀ ਛਾਵੇਂ, ਤਾਂ ਉੱਥੇ ਇੱਕ ਵੀਰ ਆਇਆ, ਉਹਦਾ ਨਾਮ ਅਰੁਣ ਕੁਮਾਰ ਸ਼ੁਕਲਾ ਸੀਗਾ ਜੀ, ਜੋ ਕਿ ਅੱਜ ਵੀ ਸਾਡੇ ਕੋਲ ਸੰਸਥਾ ਦੇ ਵਿੱਚ ਬੈਠ ਰਹਿੰਦਾ ਵਾ ਜੀ। ਬਹੁਤ ਮਾੜੀ ਹਾਲਤ ਸੀਗਾ ਉਹ ਵੀਰ, ਅਤੇ ਉਹ ਇੱਦਾਂ ਲੱਗਦਾ ਕਿ ਜਿਵੇਂ ਕਈ ਸਾਲਾਂ ਤੋਂ ਨਹਾਤਾ ਨਹੀਂ ਹੁੰਦਾ, ਬਹੁਤ ਹੀ ਮਾੜੀ ਕੰਡੀਸ਼ਨ ਸੀ। ਤਾਂ ਉਸ ਵੀਰ ਨੂੰ ਅਸੀਂ ਆਪਣੇ ਕੋਲ ਬਿਠਾਇਆ, ਚਾਹ ਪਾਣੀ ਪਿਲਾਇਆ, ਪਰ ਉਹਦੀ ਹਾਲਤ ਇੰਨੀ ਮਾੜੀ ਸੀ ਜੀ ਵੀ ਉਹ ਚਾਹ ਵੀ ਨਹੀਂ ਪੀ ਸਕਦਾ ਜੀ। ਮਾਫੀ ਕਰਦਾ, ਮੈਂ ਮਾਫੀ ਚਾਹੁੰਦਾ ਤੁਹਾਨੂੰ ਰੋਕ ਰਿਹਾ ਮੈਂ, ਪਲੀਜ਼, ਕਿਉਂਕਿ ਇਹ ਪ੍ਰੋਗਰਾਮ ਜਿਵੇਂ ਤੁਸੀਂ ਹੁਣ ਇਸ ਸਮੇਂ ਦੋਸਤੋ ਸੁਣ ਵੀ ਰਹੇ ਹੋ, ਤੇ ਇਸ ਪ੍ਰੋਗਰਾਮ ਦੇ ਚੱਲਣ ਤੋਂ ਬਾਅਦ ਇਹ ਪ੍ਰੋਗਰਾਮ ਜਿਹੜਾ ਫੇਸਬੁੱਕ ਦੇ ਉੱਪਰ ਅਸੀਂ ਰਿਕਾਰਡਡ ਪ੍ਰੋਗਰਾਮ ਜਿਹੜਾ ਵੀਡੀਓ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ, ਸਾਡੇ ਇਸ ਸੰਸਥਾ ਦੇ ਵੱਲੋਂ ਸਾਂਝੀ ਕਰਾਂਗੇ, ਸਾਡੇ ਵੀਰ ਉਹ ਵੀਡੀਓ ਬਣਾ ਰਹੇ ਨੇ, ਉਸ ਦੀ ਵੀਡੀਓ ਜਿਹੜੀ ਪਲੀਜ਼ ਤੁਸੀਂ ਬਣਾ ਲਓ ਨਾਲ ਨਾਲ ਜਿਹਦੀ ਗੱਲ ਜਿਹੜੀ ਉਹ ਚੱਲ ਰਹੀ ਹੈ, ਪਲੀਜ਼ ਜੀ ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ। ਇਹ ਅਰੁਣ ਕੁਮਾਰ ਸ਼ੁਕਲਾ ਜਦੋਂ ਸਾਡੇ ਕੋਲ ਆਇਆ ਇਹ ਵੀਰ, ਤਾਂ ਹਾਲਤ ਇਹਦੀ ਬਹੁਤ ਹੀ ਮਾੜੀ, ਸਿੱਧਾ ਅਸੀਂ ਗਰਮੀ ਇੰਨੀ ਹੋਣ ਦੇ ਬਾਵਜੂਦ ਇਹਨੂੰ ਵੀਰ ਨੂੰ ਚਲੋ ਆਪਣੇ ਕੋਲ ਬਿਠਾਇਆ, ਮੈਂ ਸੋਚਿਆ ਵੀ ਇਹਨੂੰ ਨਿਮਾਇਆ ਜਾਵੇ, ਕਿਉਂਕਿ ਇਹ ਵੀ ਇੱਕ ਜਿਹੜਾ ਮੇਰੇ ਦਿਮਾਗ ਦੇ ਵਿੱਚ ਇਹ ਚੀਜ਼ ਆਈ ਵੀ ਇਹਨੂੰ ਨਿਮਾਉਣ ਦੀ ਜਾਂ ਇਹਦੀ ਸੇਵਾ ਕਰਨ ਦੀ, ਉਹ ਵੀ ਇਸੇ ਕਰਕੇ ਆਈ, ਮੈਂ ਉਸ ਤੋਂ 10-15 ਦਿਨ ਪਹਿਲਾਂ ਹੀ ਇੱਕ ਪੋਸਟ ਦੇਖੀ ਸੀ ਫੇਸਬੁੱਕ ਦੇ ਉੱਪਰ ਹੀ, ਕਿਉਂਕਿ ਸੋਸ਼ਲ ਮੀਡੀਆ ਇੱਕ ਬੜਾ ਵੱਡਾ ਹਥਿਆਰ ਆ ਜੀ, ਉਹਨੇ ਹੀ ਸਾਨੂੰ ਅੱਜ ਇਸ ਲੈਵਲ 'ਤੇ ਖੜਾ ਕੀਤਾ, ਲਿਆ ਕੇ ਇਸ ਮੁਕਾਮ 'ਤੇ। ਉਹਦੇ 'ਤੇ ਇੱਕ ਮੈਂ ਪੋਸਟ ਦੇਖੀ, ਇੱਕ ਨੌਜਵਾਨ ਵੀਰ ਦੇਹਰਾਦੂਨ ਸਾਈਡ ਸਟੂਡੈਂਟ ਸੀ, ਉਹਨਾਂ ਨੂੰ ਇੱਕ ਬਜ਼ੁਰਗ ਮਿਲਿਆ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਪਿਆ, ਪਹਾੜੀ ਏਰੀਏ ਦੇ ਵਿੱਚ, ਉਹਨਾਂ ਨੇ ਉਹਨੂੰ ਚੱਕਿਆ, ਪਾਣੀ ਪਿਲਾਇਆ, ਉਹਨੂੰ ਆਪਦੇ ਹੋਸਟਲ 'ਚ ਲੈ ਕੇ ਆਏ, ਉੱਥੇ ਲਿਆ ਕੇ ਉਹਨਾਂ ਨੂੰ ਉਹਦੀ ਸਾਫ਼ ਸਫਾਈ ਕੀਤੀ, ਸ਼ੇਵ ਕਰਕੇ ਨਵੇਂ ਕੱਪੜੇ ਪਾ ਕੇ ਉਹਨੂੰ ਜੀ ਵਧੀਆ ਤਰੀਕੇ ਨਾਲ ਆਪਣੇ ਕੋਲ ਰੱਖ ਲਿਆ। ਉਹ ਪੋਸਟ ਮੈਂ ਆਪਦੇ ਪੇਜ 'ਤੇ ਵੀ ਸ਼ੇਅਰ ਕੀਤੀ ਸੀ ਉਸ ਟਾਈਮ, ਉਹ ਚੀਜ਼ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੇਰੇ ਦਿਮਾਗ 'ਚ ਆਈ ਅਤੇ ਮੈਂ ਅਰੁਣ ਕੁਮਾਰ ਸ਼ੁਕਲਾ ਦੇ ਉਹੀ ਹਾਲਾਤ ਦੇ ਵਿੱਚ ਇਹਨੂੰ ਦੇਖਿਆ, ਤਾਂ ਮੇਰੇ ਵੀ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਇਹ ਕਿਉਂ ਨਾ ਇਹਦੀ ਵੀ ਸੇਵਾ ਕੀਤੀ ਜਾਵੇ, ਲੋੜ ਆ ਇਸ ਵੀਰ ਨੂੰ, ਬੜੀ ਮਾੜੀ ਹਾਲਤ ਸੀ ਆ। ਤਾਂ ਚਲੋ ਅਸੀਂ ਵੀਰ ਨੂੰ ਉੱਥੇ ਪਿੱਛੇ ਢਾਬੇ 'ਤੇ ਲਿਜਾ ਕੇ ਨਹਾਇਆ, ਨਹਾਉਂਦੇ ਸਮੇਂ ਇਹਦੀਆਂ 5-7 ਫੋਟੋਆਂ ਅਸੀਂ ਕਲਿੱਕ
ਕਰ ਲਈਆਂ ਉਹ ਫੋਟੋਆਂ ਅਸੀਂ ਮੈਂ ਆਪਣੇ ਪੇਜ ਦੇ ਉੱਪਰ ਪਾਤੀਆਂ ਫੇਸਬੁੱਕ ਤੇ ਵੀ ਸ਼ਾਇਦ ਇਹਦਾ ਪਰਿਵਾਰ ਲੱਭ ਜਾਵੇ ਜੀ। ਉਹਦੇ ਤੋਂ ਹੀ ਸਾਨੂੰ ਕਿਸੇ ਵੀਰ ਨੇ ਬਹੁਤ ਵੀਰਾਂ ਨੇ ਮੈਸੇਜ ਕੀਤੇ, ਅਪਰੀਸ਼ੀਏਟ ਕੀਤਾ, ਬੜਾ ਮਨ ਨੂੰ ਵਧੀਆ ਲੱਗਿਆ। ਕੁਝ ਵਿਰੋਧ ਵੀ ਕਰਦੇ ਹੋਣੇ ਆ ਜੀ? ਬਹੁਤ ਜੀ, ਕੁਝ ਬੰਦਿਆਂ ਨੇ ਇਹ ਵੀ ਕਿਹਾ ਵੀ ਤੁਸੀਂ ਇਹ ਪੋਸਟ ਜੀ ਕਾਹਤੋਂ ਪਾਈ ਜੀ, ਇਹ ਨਮਾਉਣ ਤੁਸੀਂ ਦਿਖਾਵਾ ਕਰ ਰਹੇ ਹੋ। ਤੇ ਚਲੋ ਗੁਰੂ ਮਹਾਰਾਜ ਦੀ ਕਿਰਪਾ ਨਾਲ, ਪਰ ਉੱਥੋਂ ਇੱਕ ਸਾਨੂੰ ਕਲੂ ਮਿਲਿਆ ਵੀ ਇਸ ਵੀਰ ਦਾ ਪਰਿਵਾਰ ਲੱਭ ਗਿਆ ਜੀ। ਦੂਸਰੇ ਦਿਨ ਦੁਪਹਿਰ ਨੂੰ ਇਹਦਾ ਬ੍ਰਦਰ PWD ਡਿਪਾਰਟਮੈਂਟ ਦੇ ਵਿੱਚ ਇੱਥੇ ਲੁਧਿਆਣੇ ਜੋਬ ਕਰਦਾ, ਉਹਦਾ ਨਾਮ ਰਿੰਕੂ ਸ਼ੁਕਲਾ ਜੀ, ਤੇ ਉਹ ਵੀਰ ਸਾਡੇ ਕੋਲ ਪਹੁੰਚ ਗਿਆ। ਚਲੋ ਉਹਨੂੰ ਜਦੋਂ ਆਇਆ ਬੜੀ ਖੁਸ਼ੀ ਹੋਈ, ਉਹਨੇ ਦੱਸਿਆ ਵੀ 1.5 ਸਾਲ ਤੋਂ ਮੇਰਾ ਭਰਾ ਗੁੰਮਿਆ ਹੋਇਆ ਸੀ, ਤੇ ਅਸੀਂ ਚਾਹ ਪਾਣੀ ਪਿਲਾਇਆ ਤਾਂ ਇਹਨਾਂ ਦੀ ਪੋਸਟ ਮੈਂ ਫਿਰ ਫੇਸਬੁੱਕ ਤੇ ਇੱਕ ਪਾਈ ਵੀ ਸਾਡੇ ਕਰਕੇ ਇੱਕ ਅੱਜ ਪਰਿਵਾਰ ਆਪਦੇ ਭਰਾ ਨੂੰ ਭਰਾ ਮਿਲਿਆ ਜੀ। ਪਰ ਕੁਛ ਸਮਾਂ ਬਹਿਣ ਤੋਂ ਬਾਅਦ ਇਹਦਾ ਬ੍ਰਦਰ ਮੇਰੇ ਕੋਲ ਜਦ ਆਇਆ ਤੇ ਉਹ ਕਹਿੰਦਾ ਵੀ ਇਹ ਮੇਰੇ ਨਾਲ ਜਾਂਦਾ ਨੀ, ਤਾਂ ਮੈਂ ਇਹਨੂੰ ਪੁੱਛਿਆ ਉਹਨੂੰ ਵੀ ਤੂੰ ਕਾਹਤੋਂ ਨਹੀਂ ਜਾਂਦਾ, ਇਹਨੇ ਦੱਸਿਆ ਵੀ ਮੈਨੂੰ ਕੁੱਟਦਾ ਮਾਰਦਾ, ਮੈਂ ਨਹੀਂ ਜਾਣਾ ਇਹਦੇ ਨਾਲ। ਚਲੋ ਮੈਂ ਉਹਨੂੰ ਕਿਹਾ ਵੀ ਤੂੰ 2-4 ਦਿਨ ਨੂੰ ਮੇਰੇ ਕੋਲ ਰਹਿਣ ਦੇ, ਇੱਥੇ ਢਾਬੇ ਤੇ ਸਾਡੇ ਕੋਲ ਜਗ੍ਹਾ ਵਾਧੂ ਪਈ ਆ, ਵੀ ਤੂੰ 2-4 ਦਿਨ ਰੁੱਕ ਕੇ ਲੈ ਜੀ ਆ ਜੇ ਜੀ। ਤਾਂ ਪਰ ਇਹ ਵੀਰ ਸਾਡੇ ਕੋਲ ਰਹਿਣ ਲੱਗ ਗਿਆ, ਪਰ ਉਹ ਮੁੜ ਕੇ ਆਇਆ ਨਹੀਂ, ਇਹਦਾ ਬ੍ਰਦਰ ਲੈਣ ਇਹ ਸਾਡੇ ਕੋਲ ਹੀ ਰਿਹਾ ਹੁਣ ਤੀਕਰ, ਅੱਜ ਤੀਕਰ ਵੀ ਸਾਡੇ ਕੋਲ ਹੀ ਆ। ਤੇ ਇਹਦੀ ਜਿਹੜੀ ਪੋਸਟ ਸੀ ਉਹਦੇ ਵਿੱਚ ਹੀ ਸਾਨੂੰ ਹੋਰ ਵੀਰਾਂ ਦੇ ਕਮੈਂਟ ਹੋਣ ਲੱਗ ਗਏ ਵੀ ਸਾਡੇ ਏਰੀਏ 'ਚ ਵੀ ਬੰਦਾ ਫਿਰਦਾ, ਸਾਡੇ 'ਚ ਵੀ ਬੰਦਾ ਫਿਰਦਾ ਜੀ, ਜਿਸ ਚੀਜ਼ ਨੇ ਸਾਨੂੰ ਅੱਜ ਮਤਲਬ ਸਭ ਤੋਂ ਪਹਿਲਾਂ ਪ੍ਰੇਰਨਾ ਇਸ ਬੰਦੇ ਤੋਂ ਮਿਲੀ ਕਿ ਵੀ ਹਾਂ ਇਸ ਬੰਦੇ ਨੂੰ ਸਾਂਭਿਆ, ਪਹਿਲਾਂ ਪ੍ਰੇਰਨਾ ਤਾਂ ਉੱਥੋਂ ਹਿਮਾਚਲ ਵਾਲੀ ਜਿਹੜੀ ਪੋਸਟ ਜਿਹੜੀ ਦੇਖੀ, ਫਿਰ ਇਸ ਬੰਦੇ ਤੋਂ ਜਿਹੜੀ ਲਗਨ ਲੱਗੀ ਕਿ ਹਾਂ ਇਸ ਪਾਸੇ ਆਈਏ। ਤੇ ਅਰੁਣ ਜਿਹੜਾ ਇਹ ਗੱਲ ਕਰ ਸਕਦਾ ਜੀ? ਹਾਂਜੀ ਬਿਲਕੁਲ ਜੀ, ਪਲੀਜ਼ ਸਤਪਾਲ ਜੀ ਅਰੁਣ ਕੋਲੇ ਪਲੀਜ਼ ਮਾਈਕ ਲੈ ਕੇ ਜਾਇਓ, ਤਾਂ ਕਿ ਅਸੀਂ ਇਹਦੇ ਵਿਚਾਰ ਵੀ ਜਿਹੜੇ ਜਾਣ ਸਕੀਏ ਕਿ ਕਿਸ ਤਰ੍ਹਾਂ ਦੀ ਸਮੱਸਿਆ ਜਿਹੜੀ ਹੈ ਇਹਨੂੰ ਸ਼ੁਰੂ ਦੇ ਵਿੱਚ ਆਈ ਹੈ। ਅਰੁਣ ਕਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਸੀਗਾ ਤੂੰ ਪਹਿਲਾਂ? ਐਕਸੀਡੈਂਟ ਕਾਰਨ ਨਾਲ ਹੋਇਆ ਸੀ। ਕਾਰ ਨਾਲ ਐਕਸੀਡੈਂਟ ਹੋਇਆ ਸੀ? ਅੱਛਾ। ਸੱਟ ਚੋਟ ਲੱਗੀ, ਫਿਰ ਚਾਹ ਪੀਤੀ। ਫਿਰ ਚਲੋ ਕੋਈ ਨਾ ਜੀ, ਮੈਂ ਸਮਝਾਉਣਾ ਜੀ। ਗੁਰਪ੍ਰੀਤ ਜੀ ਪਲੀਜ਼ ਤੁਸੀਂ ਦੱਸ ਦਿਓ। ਮੈਂ ਐਕਸਪਲੇਨ ਕਰਦਾ ਸੰਗਤਾਂ ਨੂੰ। ਇਸ ਵੀਰ ਨੂੰ ਫਿਰ ਉਸ ਟਾਈਮ ਜਦੋਂ ਦੀ ਇਹ ਗੱਲ ਦੱਸਦਾ, ਇਹਨੂੰ ਅਧਰੰਗ ਹੋ ਗਿਆ ਸੀ, ਇਹਦੀ ਲੱਤ ਇੱਕ ਤੇ ਇੱਕ ਬਾਂਹ ਬਿਲਕੁਲ ਹੀ ਸੁੱਕ ਗਈ, ਜਾਮ ਹੋ ਗਈ ਸੀਗੀ, ਤੇ ਉੱਥੋਂ ਬੜੀ ਮਾੜੀ ਹਾਲਤ ਦੇ ਵਿੱਚ ਇਹ ਵੀਰ ਮਿਲਿਆ ਸਾਨੂੰ ਜੀ। ਤੇ ਜਦੋਂ ਇਹ ਸਾਡੇ ਢਾਬੇ ਤੇ ਆਇਆ ਜਦੋਂ ਇਹ ਵੀਰ, ਤਾਂ ਬਹੁਤ ਕੰਡੀਸ਼ਨ ਇਹਦੀ ਮਾੜੀ ਸੀਗੀ ਵੀਰ ਦੀ, ਤੇ ਹੁਣ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਠੀਕ ਹੈ ਜੀ। ਬਿਲਕੁਲ ਅਰੁਣ ਦੀਆਂ ਤਸਵੀਰਾਂ ਨੇ ਕੁਝ ਜਿਹੜੀਆਂ ਫੇਸਬੁੱਕ ਪੇਜ ਮਨੁੱਖਤਾ ਦੀ ਸੇਵਾ ਸੁਸਾਇਟੀ ਜਿਹੜਾ ਰਜਿਸਟਰਡ ਇਹਦੀ ਪੇਜ ਜਿਹੜਾ ਫੇਸਬੁੱਕ ਦੇ ਉੱਤੇ ਬਣਿਆ ਹੋਇਆ ਗਾ। ਇਸ ਪੇਜ ਦੇ ਉੱਤੇ ਅਰੁਣ ਦੀਆਂ ਤਸਵੀਰਾਂ ਵੀ ਨੇ, ਕਿਸ ਹਾਲਤ ਦੇ ਵਿੱਚ ਉਹ ਪਹਿਲਾਂ ਸੀਗਾ ਉਹ ਸਾਰੀਆਂ ਤਸਵੀਰਾਂ, ਤੇ ਹੁਣ ਕਿਸ ਹਾਲਤ ਦੇ ਵਿੱਚ ਇਸ ਸੰਸਥਾ ਦੇ ਨਾਲ ਜਿਹੜਾ ਉਹ ਰਹਿ ਰਿਹਾ ਗਾ। ਅਗਲੀ ਗੱਲ ਆਪਾਂ ਗੁਰਪ੍ਰੀਤ ਜੀ ਕਰਦੇ ਹਾਂ, ਕਿਉਂਕਿ ਜਦੋਂ ਇਸ ਪਾਸੇ ਅਸੀਂ ਆਉਂਦੇ ਹਾਂ ਇਸ ਕੰਮ ਦੇ ਲਈ ਲੱਗਦੇ ਹਾਂ, ਮਨੁੱਖਤਾ ਦੀ ਸੇਵਾ ਦੇ ਲਈ ਲੱਗਦੇ ਹਾਂ, ਤਾਂ ਕਈ ਵਾਰੀ ਪ੍ਰੈਸ਼ਰ ਹੁੰਦਾ ਪਿੱਛੋਂ ਪਰਿਵਾਰ ਦਾ ਵੀ ਹੁੰਦਾ ਕਿ ਹਾਂ ਕਿਸ ਕੰਮ ਦੇ ਵਿੱਚ ਪੈ ਗਿਆ ਸਾਡਾ ਮੁੰਡਾ, ਤੇ ਤੁਹਾਨੂੰ ਪਰਿਵਾਰ ਦੇ ਵਿੱਚ ਕੋਈ ਸਮੱਸਿਆ ਜਿਹੜੀ ਆਈ ਹੋਵੇ ਕਦੀ? ਨਹੀਂ ਜੀ, ਸਾਨੂੰ ਪਰਿਵਾਰ ਦੇ ਵਿੱਚ ਕੋਈ ਖਾਸ ਸਮੱਸਿਆ ਨਹੀਂ ਆਈ, ਸੱਚੇ ਪਾਤਸ਼ਾਹ ਨੇ ਐਡੀ ਮਿਹਰ ਕਰੀ ਆ। ਮੇਰਾ ਪਰਿਵਾਰ ਵੀ ਵੀਰਿੰਦਰ ਗਰੇਵਾਲ, ਅਸੀਂ ਦੋਨੋਂ ਸ਼ੁਰੂ ਤੋਂ ਸੇਵਾ 'ਚ ਲੱਗੇ ਹੋਏ ਹਾਂ, ਹੋਰ ਵੀ ਕਈ ਵੀਰ ਸਾਡੇ ਨਾਲ ਲੱਗੇ ਹੋਏ ਆ, ਪਰ ਅਸੀਂ 24 ਘੰਟੇ ਇਸ ਟਾਈਮ ਇਹਨੂੰ ਦਿੰਦੇ ਹਾਂ ਸੇਵਾ ਨੂੰ, ਤਾਂ ਬਹੁਤ ਪਰਿਵਾਰ ਨੇ ਸਪੋਰਟ ਵੀ ਕੀਤੀ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਪਰਿਵਾਰ ਦੇ ਕਰਕੇ ਅਸੀਂ ਅੱਜ ਇੱਥੇ ਬੈਠੇ ਹਾਂ, ਸਾਨੂੰ ਇਹ ਜਗ੍ਹਾ ਵੀਰਿੰਦਰ ਦੇ ਫਾਦਰ ਸਾਹਿਬ ਨੇ ਦਾਨ ਦੇ ਵਿੱਚ ਸਾਡੀ ਸੰਸਥਾ ਦਿੱਤੀ, ਅਤੇ ਇੱਥੇ ਅਸੀਂ ਅੱਜ ਜਗ੍ਹਾ ਬਣਾਈ ਆ। ਜੀ
ਬਿਲਕੁਲ, ਮੈਂ ਦੋਸਤਾਂ ਦੀ ਜਾਣਕਾਰੀ ਤਹਿ ਦੱਸ ਦੇਵਾਂ ਕਿ ਸਰਦਾਰ ਰੁਪਿੰਦਰ ਸਿੰਘ ਗਰੇਵਾਲ ਜਿਨ੍ਹਾਂ ਦੇ ਬੇਟਾ ਵੀਰਇੰਦਰ ਸਿੰਘ ਗਰੇਵਾਲ ਜਿਨ੍ਹਾਂ ਦੀ ਥਾਂ ਕਿ ਇਹਨਾਂ ਨੇ ਇਸ ਸੰਸਥਾ ਨੂੰ ਜਿਹੜੀ ਹੈ ਦਾਨ ਦੇ ਵਿੱਚ ਦਿੱਤੀ ਹੈ, ਮੈਂ ਪਲੀਜ਼ ਸਰਦਾਰ ਰੁਪਿੰਦਰ ਸਿੰਘ ਗਰੇਵਾਲ ਜੀ ਤੱਕ ਮਾਈਕ ਤੁਸੀਂ ਦਿਓ ਪਲੀਜ਼, ਉਹਨਾਂ ਨਾਲ ਵੀ ਗੱਲ ਜਿਹੜੀ ਹੈ ਸਾਂਝੀ ਕਰਨਾ ਚਾਹਾਂਗਾ ਤਾਂ ਕਿ ਦੋਸਤ ਮਿੱਤਰ ਉਹਨਾਂ ਵਿਅਕਤੀਆਂ ਨੂੰ ਵੀ ਜਾਣ ਸਕਣ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਮਨੁੱਖਤਾ ਦੀ ਸੇਵਾ ਦੇ ਲਈ ਜਿਹੜਾ ਭਾਵ ਜਿਹੜਾ ਇੱਕ ਫੀਲ ਜਿਹੜਾ ਉਹ ਪਿਆ ਗਾ। ਸਰਦਾਰ ਰੁਪਿੰਦਰ ਸਿੰਘ ਗਰੇਵਾਲ ਜੀ, ਕਿ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਉੱਠੀ ਇਹ ਗੱਲ ਕਿ ਵੀ ਹਾਂ ਇਹ ਇਸ ਸੰਸਥਾ ਨੂੰ ਜਿਹੜੀ ਹੈ ਤੁਸੀਂ ਇਹ ਦਾਨ ਦੇਣੀ ਹੈ ਥਾਂ? ਠੀਕ ਆ, ਉਹਦੀ ਉੱਪਰ ਵਾਲੇ ਦੀ ਜੇ ਕਹਾਂ ਤਾਂ ਮਿਹਰਬਾਨੀ ਤਾਂ ਉਹਦੀ ਹੋਈ ਹੈ, ਜੀ ਸੋਚ ਉਹਦੀ ਹੋ, ਠੀਕ ਹੈ ਜੀ ਗੱਲ ਜੀ ਜੀ ਉੱਪਰ ਵਾਲੇ ਦੀ। ਕੁਦਰਤੀ ਇਹਨਾਂ ਦੇ ਉੱਥੇ ਸੀਗਾ ਢਾਬੇ ਤੇ ਚੱਲਦਾ ਸੀ, ਮੈਂ ਲੰਘਿਆ ਜਾਂਦਾ ਜਿਹੜਾ ਆਉਂਦਾ ਸੀ ਉੱਥੇ 2 ਮਿੰਟ ਖੜ ਗਿਆ ਜਾਂ ਘੰਟਾ ਖੜ ਗਿਆ 2 ਘੰਟੇ ਖੜ ਗਿਆ ਜੀ, ਦੇਖਿਆ ਬਾਅਦ 'ਚ ਗੱਲਬਾਤ ਚੱਲੀ, ਉੱਥੇ ਤੰਗੀ ਆਉਂਦੀ ਸੀ ਇਹਨਾਂ ਨੂੰ ਜੀ ਜੀ, ਤੇ ਇਹਨਾਂ ਨੂੰ ਕੋਈ ਜਗ੍ਹਾ ਦੇਖਦੇ ਫਿਰਦੇ ਸੀ, ਬੇਟਾ ਮੇਰਾ ਨਾਲ ਹੀ ਸੀਗਾ ਜੀ, ਇਹਨਾਂ ਨੂੰ ਇਹ ਕਹਿੰਦਾ ਡੈਡੀ ਕਹਿੰਦਾ ਆਪਾਂ ਜੇ ਇੱਥੇ ਖੋਲ ਦਿਓ, ਮੈਂ ਪੁੱਤ ਤੁਹਾਡਾ ਹੀ ਹੈ ਸਾਰਾ ਕੁਝ ਜੀ। ਤੁਹਾਡੀ ਫੈਮਿਲੀ ਦੇ ਵਿੱਚ ਜਿਵੇਂ ਮੈਨੂੰ ਗੁਰਪ੍ਰੀਤ ਜੀ ਦੱਸ ਰਹੇ ਸੀ ਕਿ ਪਹਿਲਾਂ ਪਿੱਛੇ ਕੋਈ ਬੇਟੇ ਦੀ ਕੋਈ ਮੇਰੇ ਤੋਂ ਵੱਡਾ ਸੀਗਾ ਜੀ, ਜੀ ਜੀ ਉਹਦਾ ਐਕਸੀਡੈਂਟ ਹੋ ਗਿਆ ਜੀ 22 ਸਾਲ ਦੀ ਉਮਰ 'ਚ ਜੀ, ਇਹ ਚਾਹੁੰਦਾ ਸੀ ਅਮਰਿੰਦਰ ਸਿੰਘ ਗਰੇਵਾਲ ਜੀ, ਤੇ ਇਹ ਤੋਂ ਵੱਡਾ ਸੀ 5-6 ਸਾਲ ਵੱਡਾ ਜੀ ਜੀ, ਤੇ ਇਹ ਵੀ ਚਾਹੁੰਦਾ ਸੀ ਉਹਦੇ ਨਾਂ ਤੇ ਕੋਈ ਗੱਲ ਕੋਈ ਕਾਰੋਬਾਰ ਕਰਾਂ, ਕੰਮ ਸ਼ੁਰੂ ਕਰਾਂ ਜਾਂ ਕੋਈ ਚਾਦਗਰੀ ਕੰਮ ਕਰਾਂ ਜੀ। ਮੈਂ ਕਿਹਾ ਪੁੱਤ ਵਧੀਆ ਜਿਹੜਾ ਤੂੰ ਗੱਲ ਲੱਗਿਆ ਉਹਦੇ ਨਾਂ ਤੇ, ਬਹੁਤ ਸੋਹਣਾ ਕਰਦਾ। ਬਿਲਕੁਲ ਜੀ, ਬਹੁਤ ਹੀ ਚੰਗੀ ਗੱਲ ਹੈ ਧੰਨਵਾਦ ਜੀ। ਵੀਰਿੰਦਰ ਸਿੰਘ ਗਰੇਵਾਲ ਜੀ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਇਹ ਦੋਨੋਂ ਮਿੱਤਰ ਨੇ, ਤੇ ਵਰਿੰਦਰ ਜੀ ਗੱਲ ਕਰੋਗੇ ਪਲੀਜ਼ ਜੀ? ਚਲੋ ਗੁਰਪ੍ਰੀਤ ਜੀ ਤੁਸੀਂ ਹੀ ਜਿਹੜੀ ਹੈ ਸਾਂਝੀ ਕਰੋ ਜੀ ਗੱਲ ਕਿ ਜਿਹੜੀ ਥਾਂ ਇਹ ਤੁਹਾਨੂੰ ਦਾਨ ਦੇ ਵਿੱਚ ਮਿਲੀ, ਸਰਦਾਰ ਰੁਪਿੰਦਰ ਸਿੰਘ ਗਰੇਵਾਲ ਜੀ ਨੇ ਤੁਹਾਡੇ ਲਈ ਜਿਹੜੀ ਹੈ ਥਾਂ ਜਿਹੜੀ ਦਾਨ ਦੇ ਵਿੱਚ ਇਸ ਸੰਸਥਾ ਦੇ ਲਈ ਦਿੱਤੀ ਹੈ, ਅਤੇ ਸਭ ਤੋਂ ਵੱਡਾ ਜਿਹੜਾ ਪੁੰਨ ਹੁੰਦਾ ਹੈ ਕਿ ਜਦੋਂ ਕੋਈ ਮਨੁੱਖਤਾ ਦੀ ਸੇਵਾ ਆਉਂਦੀ ਹੈ, ਅਤੇ ਇਸ ਨੂੰ ਸਵਾਰਨ ਦੇ ਵਿੱਚ, ਇਸ ਨੂੰ ਬਣਾਉਣ ਦੇ ਵਿੱਚ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਨੇ ਤੁਹਾਨੂੰ ਬਾਅਦ ਦੇ ਵਿੱਚ? ਬਾਅਦ ਦੇ ਵਿੱਚ ਮੁਸ਼ਕਲਾਂ ਦਾ ਜੇ ਆਪਾਂ ਜ਼ਿਕਰ ਕਰੀਏ ਤਾਂ ਬਹੁਤ ਜ਼ਿਆਦਾ ਮੁਸ਼ਕਲਾਂ ਤਾਂ ਨਹੀਂ ਆਈਆਂ, ਸੱਚੇ ਪਾਤਸ਼ਾਹ ਨੇ ਸਾਨੂੰ ਹਰ ਟਾਈਮ ਇਕੱਲੇ ਇਕੱਲੇ ਜਾਣੀ ਕਿ ਕਹਿ ਸਕਦੇ ਹਾਂ ਟਾਈਮ ਇੱਕ ਇੱਕ ਮਿੰਟ ਦੇ ਨਾਲ ਸਾਡੇ ਨਾਲ ਸਹਾਈ ਹੋ ਕੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਨੇ ਸਾਡਾ ਸਾਥ ਦਿੱਤਾ ਵਾ। ਉਹ ਮੁਸ਼ਕਲਾਂ ਨੂੰ ਅਸੀਂ ਮੁਸ਼ਕਲਾਂ ਨਹੀਂ ਗਿਣਦੇ ਗਏ ਜਿਵੇਂ ਕਿ ਜਿਹੜਾ ਸਾਡੇ ਨਾਲ ਹੋਈਆਂ, ਕਿਉਂਕਿ ਸੱਚੇ ਪਾਤਸ਼ਾਹ ਨੇ ਐਡਾ ਵੱਡੀ ਸੇਵਾ ਜਿਹੜੀ ਲਾਈ ਹੈ, ਇੰਨੇ ਵੀਰ ਜਿਹੜੇ ਠੀਕ ਹੋ ਰਹੇ ਆ ਤੁਸੀਂ ਦੇਖ ਸਕਦੇ ਹੋ, ਮੈਂ ਅੱਗੇ ਤੁਹਾਨੂੰ ਐਕਸਪਲੇਨ ਵੀ ਕਰੂੰਗਾ ਇਕੱਲੇ ਇਕੱਲੇ ਬੰਦੇ ਦਾ, ਯਾਨੀ ਕਿ ਉਹ ਮੁਸ਼ਕਲਾਂ ਸਾਡੇ ਵਾਸਤੇ ਛੋਟੀਆਂ ਲੱਗਦੀਆਂ ਕਿਉਂਕਿ ਸੇਵਾ ਬਹੁਤ ਵੱਡੀ ਆ ਉਹਨਾਂ ਦੇ ਸਾਹਮਣੇ, ਮੁਸ਼ਕਲਾਂ ਬਹੁਤ ਆਈਆਂ ਜੀ। ਹੁਣ ਜਿਹੜੇ ਵੀਰ ਨਹੀਂ ਸਾਡੇ ਕੰਮ ਆਏ ਉਹਨਾਂ ਦਾ ਵੀ ਧੰਨਵਾਦ ਆ, ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਆ, ਜਿਹੜੇ ਨਾਲ ਆ ਉਹਨਾਂ ਦਾ ਵੀ ਧੰਨਵਾਦ ਆ, ਜਿਹੜੇ ਨਹੀਂ ਨਾਲ ਉਹਨਾਂ ਦਾ ਵੀ ਧੰਨਵਾਦ ਆ, ਸਾਰੇ ਵੀਰਾਂ ਦਾ ਜੀ ਟਾਈਮ ਆ ਜੀ। ਬਿਲਕੁਲ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਜਿੰਨੇ ਵੀ ਦੋਸਤ ਮਿੱਤਰ ਇਸ ਸਮੇਂ ਸਾਨੂੰ ਸੁਣ ਰਹੇ ਨੇ ਇਸ ਨੂੰ ਆਵਾਜ਼ ਦੇ ਰਾਹੀਂ ਤੁਸੀਂ ਸੁਣ ਰਹੇ, ਉਸ ਤੋਂ ਬਾਅਦ ਜਿਹੜੀ ਹੈ ਇਹ ਆਵਾਜ਼ ਸੁਣਨ ਤੋਂ ਬਾਅਦ ਤੁਹਾਡੇ ਤੱਕ ਜਿਹੜੀ ਹੈ ਵੀਡੀਓ ਵੀ ਪਹੁੰਚਦੀ ਕੀਤੀ ਜਾਏਗੀ। ਫੇਸਬੁੱਕ ਪੇਜ ਹੈਗਾ ਮਨੁੱਖਤਾ ਦੀ ਸੇਵਾ ਸੁਸਾਇਟੀ, ਅਤੇ ਰੇਡੀਓ ਚੰਨ ਪਰਦੇਸੀ ਦੇ ਪੇਜ ਤੋਂ ਤੁਸੀਂ ਉਹ ਵੀਡੀਓ ਵੀ ਜਿਹੜੀ ਹੈ ਦੇਖ ਸਕਦੇ ਹੋ। ਗੁਰਪ੍ਰੀਤ ਜੀ ਆਪਾਂ ਗੱਲ ਅੱਗੇ ਤੋਰਦੇ ਹਾਂ, ਅਤੇ ਉਸ ਤੋਂ ਬਾਅਦ ਜਿਵੇਂ ਪਹਿਲਾਂ ਅਰੁਣ ਕੁਮਾਰ ਸ਼ੁਕਲਾ ਤੁਹਾਨੂੰ ਮਿਲਿਆ ਹੈ ਨਾ, ਉਹਦੀ ਹਾਲਤ ਖਾਸੀ ਜਿਹੜੀ ਹੈ ਨਾਜ਼ੁਕ ਸੀਗੀ, ਅਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਨਿਭਾਇਆ, ਅਤੇ ਉਸ ਤੋਂ ਬਾਅਦ ਉਹਨੂੰ ਆਪਣੇ ਢਾਬੇ 'ਤੇ ਰੱਖਿਆ, ਅਤੇ ਢਾਬੇ ਦੇ ਉੱਤੇ ਮੁਸ਼ਕਲਾਂ ਆਉਂਦੀਆਂ ਹੋਣੀਆਂ ਕਿਉਂਕਿ ਰਾਹੀਗੀਰ ਜਦੋਂ ਆਉਂਦੇ ਆ ਜਾਂਦੇ ਰੁਕ ਜਾਂਦੇ ਆ, ਅਤੇ ਉਹ ਦੇਖਦੇ ਆ ਕਿ ਇਸ ਤਰ੍ਹਾਂ ਦਾ ਮਾਨਸਿਕ ਬਿਮਾਰ ਬੰਦਾ ਇੱਥੇ ਰਹਿੰਦਾ, ਜਾਂ ਜਿਹੜੇ ਕੰਮ ਕਰਨ ਵਾਲੇ ਕਾਮੇ ਆ ਕਈ ਵਾਰੀ ਉਹ ਕਹਿ ਦਿੰਦੇ ਕਿ ਇਸ ਤਰ੍ਹਾਂ ਚੱਲੇ ਆ ਜੀ ਅਸੀਂ ਕੀ ਕਰੀਏ, ਸਾਨੂੰ ਤੁਸੀਂ ਇੱਥੇ ਇਹ ਹੋਰ ਪੰਗਿਆਂ 'ਚ ਪਾ ਦਿੱਤਾ। ਬਿਲਕੁਲ ਜੀ, ਇਹ ਸਵਾਲ ਤੁਸੀਂ ਬੜਾ ਵਧੀਆ ਪੁੱਛਿਆ ਜੀ, ਕਿਉਂਕਿ ਇੱਦਾਂ ਦੀਆਂ ਮੁਸ਼ਕਲਾਂ ਜਿਹੜੀਆਂ ਤੁਹਾਨੂੰ ਮੈਂ ਸਾਹਮਣਾ ਸਾਹਮਣਾ ਕੀਤਾ ਉਹ ਤੁਹਾਨੂੰ ਮੈਂ ਦੱਸਦਾ। ਜਦੋਂ ਇਹ ਅਰੁਣ ਕੁਮਾਰ ਸ਼ੁਕਲਾ ਜੀ ਸਾਡੇ ਕੋਲ ਆਏ ਤਾਂ ਇਹ ਰਹਿਣ ਲੱਗ ਗਏ, ਇਹਦਾ ਭਰਾ ਇਹਨੂੰ ਛੱਡ ਕੇ ਚਲਿਆ ਗਿਆ, ਇਹਦੇ ਵਿੱਚ ਹੀ ਪੇਜ ਦੇ ਉੱਤੇ ਸਾਨੂੰ ਕਮੈਂਟ ਆਉਣ ਲੱਗ ਗਏ ਵੀ ਸਾਡੇ ਇੱਕ ਬਜ਼ੁਰਗ ਫਿਰਦਾ ਜਿਹਦਾ ਨਾਂ ਕਿ ਕੇਸਰ ਸਿੰਘ ਸਰਦਾਰ ਆ, ਕੇਸਰ ਸਿੰਘ ਜੀ ਆ ਜੀ ਧਾਲੀਵਾਲ ਸਾਹਿਬ ਚੌਂਕੀ ਮਾਨ ਪਿੰਡ ਤੋਂ ਜੀ, ਇਹਨਾਂ ਦੇ ਪਿੰਡੋਂ ਸਾਨੂੰ ਬਹੁਤ ਫੋਨ ਆਏ
ਤੇ ਵੀ ਇਹ ਇੱਕ ਬਜ਼ੁਰਗ ਸਾਡੇ ਪਿੰਡ ਫਿਰਦਾ ਵੀ ਉਹਦੇ ਕੀੜੇ ਪਏ ਹੋਏ ਲੱਤ ਦੇ ਵਿੱਚ, ਬਹੁਤ ਹੀ ਮਾੜੀ ਹਾਲਤ 'ਚ ਫਿਰਦਾ ਵੀ, ਉਹਦਾ ਬੇਟਾ ਨਸ਼ਾ ਵੇਚਦਾ ਵੀ ਆ ਅਤੇ ਕਰਦਾ ਵੀ ਆ, ਬੜੀ ਮਾੜੀ ਹਾਲਤ 'ਚ ਆ। ਬਜ਼ੁਰਗ ਨੇ ਸੱਟ ਮਾਰੀ ਵੀ ਸਾਰੀ ਜ਼ਮੀਨ ਜਾਇਦਾਦ ਭਾਂਡੇ ਤੱਕ ਵੇਚਤੇ ਆ ਪਰਿਵਾਰ ਬੇਟੇ ਨੇ ਨਸ਼ੇ ਕਰਕੇ, ਵੀ ਬਹੁਤ ਮਾੜੀ ਹਾਲਤ 'ਚ ਆ। ਜੀ ਜੀ, ਉਸ ਵੀਰ ਨੇ ਜਦੋਂ ਸਾਨੂੰ ਸਾਰੀ ਜਾਣਕਾਰੀ ਦਿੱਤੀ ਇਹਦੇ ਬਾਰੇ 'ਚ, ਤਾਂ ਪਹਿਲਾਂ ਤਾਂ ਅਸੀਂ ਕਾਫੀ ਦਿਨ ਐਵੇਂ ਕਹੀਏ, ਸਾਡਾ ਦਿਮਾਗ ਸਿਰਫ ਇਹੀ ਸੀਗਾ, ਅਸੀਂ ਢਾਬਾ ਚਲਾਉਣ ਬਾਰੇ ਸੋਚ ਰਹੇ ਸੀ ਵੀ ਅਰੁਣ ਕੁਮਾਰ ਸ਼ੁਕਲਾ ਸਾਡੇ ਕੋਲ ਰਹਿ ਰਿਹਾ ਸੀ, ਸਾਨੂੰ ਉਹਦੀ ਕੋਈ ਦੁੱਖ ਤਕਲੀਫ ਹੈ ਨਹੀਂ ਸੀ ਜੀ। ਜਦੋਂ ਅਸੀਂ ਕੇਸਰ ਸਿੰਘ ਜੀ ਨੂੰ ਲੈ ਕੇ ਆਏ ਪਿੰਡੋਂ ਜਾ ਕੇ, ਉਹਦੇ ਪਿੱਛੇ ਵੀ ਇੱਕ ਸਟੋਰੀ ਆ। ਉਹ ਵੀਰ ਸਾਨੂੰ ਵਾਰ ਵਾਰ ਫੋਨ ਕਰੀ ਗਿਆ ਪੇਜ ਤੋਂ ਨੰਬਰ ਲੈ ਕੇ ਵੀ ਬਜ਼ੁਰਗ ਸਾਡੇ ਪਿੰਡ ਫਿਰਦਾ। ਇੱਕ ਦਿਨ ਅਚਾਨਕ ਜਦ ਉਹਨੇ ਫੋਨ ਕਰਕੇ ਸਾਨੂੰ ਕਿਹਾ ਵੀ ਬਜ਼ੁਰਗ ਦੀ ਹਾਲਤ ਬਹੁਤ ਮਾੜੀ ਹੈ, ਜੇ ਤੁਸੀਂ ਨਹੀਂ ਮਦਦ ਕਰ ਸਕਦੇ ਤਾਂ ਸਾਨੂੰ ਜਵਾਬ ਦੇ ਦਿਉ। ਤਾਂ ਮੈਂ, ਮੇਰੇ ਦੋਸਤ ਆ ਵੀਰਿੰਦਰ ਗਰੇਵਾਲ, ਹੋਰ ਤਿੰਨ ਚਾਰ ਸਾਡੇ ਮਿੱਤਰ ਆ, ਗੁਰਦੀਪ ਸਿੰਘ ਮਿੱਠੂ ਆ ਮੁੰਡਾ ਜਟਾਣੇ ਤੋਂ, ਮੈਂ ਉਹਨਾਂ ਨਾਲ ਜ਼ਿਕਰ ਕੀਤਾ ਵੀ ਯਾਰ ਇੱਕ ਫੋਨ ਆ ਰਿਹਾ ਆਪਾਂ ਨੂੰ ਵਾਰ ਵਾਰ। ਚਲੋ ਆਪਾਂ ਤਾਂ ਅਰੁਣ ਕੁਮਾਰ ਸ਼ੁਕਲਾ ਦੀ ਮਦਦ ਕੀਤੀ ਸੀ, ਆਪਾਂ ਸੋਚਿਆ ਨਹੀਂ ਸੀ ਵੀ ਆਪਾਂ ਨੂੰ ਇੱਦਾਂ ਦੇ ਫੋਨ ਆਉਣਗੇ। ਇੱਕ ਬਜ਼ੁਰਗ ਦੱਸਦੇ ਆ ਵੀ ਉਹਦੇ ਕੀੜੇ ਪਏ ਹੋਏ ਆ ਬਹੁਤ ਜ਼ਿਆਦਾ ਮਾੜੀ ਹਾਲਤ ਦੇ ਵਿੱਚ ਆ ਜੀ ਜੀ, ਅਤੇ ਵੀ ਉਹਦੀ ਮਦਦ ਕਰੋ ਜ਼ਰੂਰ, ਵੀ ਆਪਾਂ ਉਹਨੂੰ ਇੱਦਾਂ ਕਰੀਏ ਵੀ 5-10 ਹਜ਼ਾਰ ਰੁਪਈਆ ਇਕੱਠਾ ਕਰਕੇ ਦੇ ਆਈਏ ਸਰਪੰਚ ਨੂੰ, ਜੇ ਆਪਾਂ ਉਹਦੀ ਮਦਦ ਕਰ ਸਕੀਏ। ਜੀ ਜੀ, ਤਾਂ ਇਹਨਾਂ ਨੇ ਮੇਰਾ ਸਾਥ ਦਿੱਤਾ ਸਾਰਿਆਂ ਨੇ। ਅਸੀਂ ਗੱਡੀ ਚੱਕੀ, ਅਸੀਂ ਉਹ ਵੀਰ ਨੂੰ ਫੋਨ ਕੀਤਾ ਵੀ ਅਸੀਂ ਆ ਰਹੇ ਹਾਂ ਮਦਦ ਕਰਨ ਲਈ, ਵੀ ਅਸੀਂ ਪੈਸੇ ਦੇ ਕੇ ਜਾਵਾਂਗੇ। ਤਾਂ ਉਹ ਵੀਰ ਕਹਿੰਦਾ ਤੁਸੀਂ ਆ ਜਾਓ। ਜਦੋਂ ਅਸੀਂ ਪਿੰਡ ਚੌਂਕੀ ਮਾਨ ਪਹੁੰਚ ਕੇ ਉਹ ਵੀਰ ਨੂੰ ਫੋਨ ਕੀਤਾ ਤਾਂ ਉਹਨੇ ਫੋਨ ਨਾ ਚੱਕਿਆ ਸਾਡਾ। ਕਾਫੀ ਵਾਰ ਕਾਲ ਕਰਨ ਤੋਂ ਬਾਅਦ ਉਹਨੇ ਹੋਰ ਨੰਬਰ ਤੋਂ ਕੀਤਾ ਫੋਨ, ਤਾਂ ਚੱਕਿਆ। ਉਹਨੇ ਦੱਸਿਆ ਵੀ ਮੈਂ ਪੈਸੇ ਲੈ ਕੇ ਮਦਦ ਨਹੀਂ ਕਰ ਸਕਦਾ, ਵੀ ਮੇਰੀ ਪਿੰਡ ਦੇ ਵਿੱਚ ਦੁਸ਼ਮਣੀ ਪੈ ਜੂਗੀ। ਵੀ ਜੇ ਮਤਲਬ ਇਹ ਬੰਦਾ ਪਿੰਡ ਦਾ ਹੀ ਬੰਦਾ, ਪਿੰਡ ਦਾ ਹੀ ਬੰਦਾ ਸੀ, ਵੀ ਚੌਂਕੀ ਮਾਨ ਦਾ ਵੀ ਸਾਡੇ ਨਾਲ ਇਹਦੇ ਬੇਟੇ ਦੀ ਪ੍ਰੋਬਲਮ ਆਊ, ਵੀ ਤੂੰ ਕੌਣ ਹੁੰਦਾ ਸਾਡੀ ਮਦਦ ਕਰਨ ਵਾਲਾ ਸਾਡੇ ਬਾਪ ਦੀ। ਪਰ ਸਾਨੂੰ ਉਹਨੇ ਹੁਲੀਆ ਦੱਸਤਾ ਸੀ ਬਜ਼ੁਰਗ ਨੂੰ। ਜਦੋਂ ਜਾ ਕੇ ਮਿਲਿਆ ਤਾਂ ਬਜ਼ੁਰਗ ਬਹੁਤ ਮਾੜੀ ਹਾਲਤ ਦੇ ਵਿੱਚ ਬੈਠਾ ਸੀ, ਇਹਦੇ ਲੱਤ ਦੇ ਉੱਪਰ ਬਹੁਤ ਵੱਡਾ ਜ਼ਖਮ ਸੀ, ਜਿਵੇਂ ਕਿ ਕਿਸੇ ਨੇ ਹਲਦੀ ਪਾਈ ਹੋਈ, ਕਿਸੇ ਨੇ ਮਿੱਟੀ ਦਾ ਤਿਲ ਪਾਇਆ ਹੋਇਆ, ਕੰਡੀਸ਼ਨ ਬਹੁਤ ਮਾੜੀ ਸੀ। ਉੱਥੋਂ ਅਸੀਂ ਬਜ਼ੁਰਗ ਨੂੰ ਲੈ ਕੇ, ਪਹਿਲਾਂ ਤਾਂ ਆਉਣ ਦਾ ਸਾਡਾ ਹੈ ਨਹੀਂ ਸੀ, ਤਾਂ ਪੈਸੇ ਦੇਣੇ ਸੀਗੇ ਪਿੰਡ 'ਚੋਂ ਸਾਡੇ ਕਿਸੇ ਨੂੰ, ਜਦੋਂ ਪੈਸੇ ਨਾ ਫੜੇ ਤਾਂ ਅਸੀਂ ਬਜ਼ੁਰਗ ਨੂੰ ਨਾਲ ਲੈ ਆਏ ਢਾਬੇ 'ਤੇ। ਬਜ਼ੁਰਗ ਨੂੰ ਰਾਤ ਨੂੰ ਲੈ ਕੇ ਗਏ ਕਲੀਨਿਕ ਤੋਂ, ਇੱਕ ਤੋਂ ਪੱਟੀ ਕਰਾਈ, ਸਵੇਰ ਨੂੰ ਅਸੀਂ ਵੱਡੇ ਹਸਪਤਾਲ ਲੈ ਕੇ ਗਏ, ਅਤੇ ਜਿਹਦਾ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਹੁਣ। ਅਤੇ ਉਹਨਾਂ ਨੇ ਵੀ ਸਾਨੂੰ ਜਵਾਬ ਦਿੱਤਾ, ਕਿਹਾ ਵੀ ਬਾਬਾ ਜੀ ਲੱਤ ਕੱਟਣੀ ਪਊਗੀ, ਇਹ ਤੋਂ ਬਿਨਾਂ ਕੋਈ ਹੱਲ ਨਹੀਂ, ਗੈਂਗਰਿੰਗ ਹੋ ਗਈ ਆ ਜੀ। ਅਤੇ ਪਰ ਅਸੀਂ ਲੱਤ ਕਟਵਾਉਣ ਤੋਂ ਮਨਾ ਕਰਤਾ। ਫਿਰ ਅਸੀਂ ਇੱਕ ਦੋ ਹੋਰ ਵੈਦ ਆ ਸਾਡੇ ਉੱਥੇ ਦਰਾਹੇ ਭਮੱਦੀ ਵਾਲੇ ਵੈਦ, ਕਾਫੀ ਮਸ਼ਹੂਰ ਆ, ਅਸੀਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਦੇ ਬੇਟੇ ਨਾਲ। ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਤਾਰ ਪੀਣ ਦੇ ਤੇਲ ਦੀ ਪੱਟੀ ਕਰੋ, ਜੇ ਕੀੜੇ ਪਏ ਹੋਏ ਲੱਤ ਦੇ ਵਿੱਚ ਜਾਂ ਗੈਂਗਰੀਆਂ ਤਾਂ ਉਹਦੇ ਨਾਲ ਠੀਕ ਹੋ ਜੂ। ਤਾਂ ਅਸੀਂ ਜਦ ਬਾਬਾ ਕੇਸਰ ਸਿੰਘ ਜੀ ਨੂੰ ਢਾਬੇ 'ਚ ਲਿਜਾ ਕੇ ਤਾਰ ਪੀਣ ਦਾ ਤੇਲ ਪਾ ਕੇ ਜ਼ਖਮ ਦੇ ਉੱਪਰ ਪੱਟੀ ਕਰਨ ਲੱਗੇ, ਤਾਂ ਬਹੁਤ ਹੀ ਕੀੜੇ ਨਿਕਲੇ ਜੀ ਲੱਤ ਦੇ ਵਿੱਚੋਂ। ਯਾਨੀ ਕਿ ਉਸ ਦਿਨ ਇਸ ਗੱਲ 'ਤੇ ਯਕੀਨ ਆ ਗਿਆ ਵੀ ਵਾਕਈ ਅੱਜ ਦੇ ਟਾਈਮ ਦੀ ਇਨਸਾਨੀਅਤ ਲੋਕਾਂ ਦੇ ਵਿੱਚ ਮਰ ਚੁੱਕੀ ਆ। ਕਿਉਂਕਿ ਜੀ ਮੈਂ ਉਸ ਤੋਂ ਪਹਿਲਾਂ ਕਦੇ ਕੁੱਤੇ ਦੇ ਵੀ ਜਾਂ ਜਾਨਵਰ ਦੇ ਵੀ ਕੀੜੇ ਪਏ ਨਹੀਂ ਸੀ ਦੇਖੇ। ਮੈਨੂੰ ਯਕੀਨ ਹੀ ਨਹੀਂ ਸੀਗਾ ਵੀ ਕੇਸਰ ਸਿੰਘ ਜੀ ਦੇ ਕੀੜੇ ਹੋਣਗੇ, ਕਿਉਂਕਿ ਅਸੀਂ ਕਲੀਨਿਕ ਤੋਂ ਪੱਟੀ ਕਰਾਈ, ਜਦ ਉਹਨੇ ਵੀ ਡਾਕਟਰ ਨੇ ਸਾਨੂੰ ਦੱਸਿਆ ਵੀ ਕੀੜੇ ਹੈ ਨਹੀਂ ਗੇ, ਕਿਉਂਕਿ ਪਰ ਪਤਾ ਇਹ ਬਾਅਦ 'ਚ ਲੱਗਿਆ ਕਿ ਉੱਪਰ ਇੰਨੀ ਜ਼ਿਆਦਾ ਹਲਦੀ ਵਗੈਰਾ ਲੋਕਾਂ ਨੇ ਪਾਈ ਹੋਈ ਸੀ, ਉਹ ਥੱਲੇ ਜੰਮੀ ਹੋਈ ਸੀ ਕੀੜੇ ਥੱਲੇ। ਮਤਲਬ ਲੋਕਾਂ ਨੇ ਤਾਂ ਆਪਣੀ ਸਹੂਲਤ ਲਈ ਪਾ ਲਈ ਵੀ ਸਾਨੂੰ ਨਾ ਦਿਸੇ। ਅੱਜ ਕੱਲ੍ਹ ਦੇ ਲੋਕਾਂ ਦਾ ਜੀ ਇਹ ਕੰਮ ਜੀ ਵੀ ਉਹਨਾਂ ਨੂੰ ਇਹ ਨਹੀਂ ਹੈਗਾ ਵੀ ਲੋਕ ਮਰੇ ਜਾਂ ਜੰਮੇ, ਉਹ ਉਹਨਾਂ ਨੂੰ ਇੱਕ ਹੈ ਵੀ ਮੈਂ ਪੁੰਨ ਕਰਤਾ, ਵੀ ਮੈਂ ਆਪਦਾ ਕੰਮ ਫਰਜ਼ ਨਿਭਾਤਾ ਜੀ। ਇੱਦਾਂ ਦੀਆਂ ਲੋਕਾਂ ਦੇ ਨਾਲ ਅਸੀਂ ਵਿਚਰਦੇ ਰਹਿੰਦੇ। ਤੁਹਾਨੂੰ ਅੱਗੇ ਮੈਂ ਸੁਣਾਉਣਾ ਸਟੋਰੀ, ਅਤੇ ਬਾਬਾ ਜੀ ਨੂੰ ਜਦੋਂ ਅਸੀਂ ਕੀੜੇ ਨਿਕਲਦੇ ਦੇਖੇ ਬੜਾ ਮਨ ਉਦਾਸ ਹੋਇਆ ਜੀ, ਬੜਾ ਦੁਖੀ ਹੋਏ। ਰਾਤ ਨੂੰ ਮੈਂ ਬਹੁਤ ਰੋਇਆ ਉਸ ਰਾਤ, ਵੀ ਇੰਨੀ ਇਨਸਾਨੀਅਤ ਮਰ ਗਈ। ਮੈਂ ਅੱਜ ਤੱਕਰ ਬਾਈ ਜੀ ਇੰਨੀ ਮਰੀ ਹੋਈ ਇਨਸਾਨੀਅਤ ਨਹੀਂ ਸੀ ਦੇਖੀ ਜ਼ਿੰਦਗੀ 'ਚ ਕਦੇ। ਫਿਰ ਵੀਰਿੰਦਰ ਹੋਣੇ, ਵੀਰ ਸਾਰਿਆਂ ਨੇ ਮੇਰਾ ਸਾਥ ਦਿੱਤਾ, ਬੜਾ ਮਨ ਭਾਰਾ ਹੋਇਆ। ਪੋਸਟ ਵੀ ਪਾਈ ਬਾਬਾ ਜੀ ਦੀ ਕੀੜਿਆਂ ਵਾਲੀ ਅਸੀਂ। ਬਸ ਉਸ ਤੋਂ ਬਾਅਦ ਫਿਰ ਅਸੀਂ ਇਸ ਚੀਜ਼ ਦਾ ਚੈਲੇਂਜ ਲੈ ਲਿਆ ਵੀ ਕੇਸਰ ਸਿੰਘ ਜੀ ਨੂੰ ਠੀਕ ਕਰਨਾ। ਫਿਰ ਅਸੀਂ ਕੇਸਰ ਸਿੰਘ ਜੀ ਦੀ ਹਾਲਤ ਇੰਨੀ ਖਰਾਬ ਸੀ,
ਇਹਦੇ ਪੱਟੀ ਕਰਨੀ ਬਾਬਾ ਜੀ ਦੇ, ਅਸੀਂ ਇਹਨਾਂ ਨੇ ਪੱਟੀ ਖੋਲ੍ਹ ਲੈਣੀ, ਵਿੱਚ ਮਿੱਟੀ ਪਾ ਲੈਣੀ, ਉੱਤੇ ਬਾਥਰੂਮ ਕਰ ਲੈਣਾ ਜਿਵੇਂ ਪੁਰਾਣੇ ਬਜ਼ੁਰਗਾਂ ਨੂੰ ਹੁੰਦਾ ਵੀ ਸੱਟ ਠੀਕ ਹੋ ਜਾਂਦੀ ਹੈ ਪਿਸ਼ਾਬ ਨਾਲ। ਤਾਂ ਯਾਨੀ ਕਿ 25-30 ਦਿਨ ਬਾਬਾ ਜੀ ਦੀ ਸੇਵਾ ਦੇ ਵਿੱਚ ਜੁਟੇ ਰਹੇ ਅਸੀਂ, ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਦਿਨ ਖਤਮ ਹੀ ਨਹੀਂ ਹੋਏ, 25-30 ਦਿਨ ਅੱਜ ਵੀ ਸੇਵਾ 'ਚ ਅਸੀਂ ਨਿਰੰਤਰ ਲੱਗੇ ਹੋਏ ਜੀ। ਪਰ ਜਿਹੜੀ ਹਾਲਤ ਹੈ ਦੋਸਤੋ, ਕੇਸਰ ਸਿੰਘ, ਸਰਦਾਰ ਕੇਸਰ ਸਿੰਘ ਜੀ ਦੀ ਜਿਹੜੀ ਪਹਿਲੀ ਹਾਲਤ ਜੇ ਮੈਂ ਦੇਖੀਆਂ, ਤਸਵੀਰਾਂ ਦੇਖੀਆਂ, ਤੁਸੀਂ ਫੇਸਬੁੱਕ ਪੇਜ ਮਨੁੱਖਤਾ ਦੀ ਸੇਵਾ ਸੁਸਾਇਟੀ ਪੇਜ 'ਤੇ ਜਾ ਕੇ ਵੀ ਉਹਨਾਂ ਦੀ ਪਿਛਲੀ ਹਾਲਤ ਵੀ ਦੇਖ ਸਕਦੇ ਹੋ। ਤਾਂ ਹੁਣ ਜੇ ਤੁਸੀਂ ਦੇਖੋਗੇ ਵੀਡੀਓ ਜਿਹੜੀ ਆ ਤੁਹਾਨੂੰ ਬਾਅਦ ਦੇ ਵਿੱਚ ਦਿਖਾਈ ਜਾਏਗੀ, ਪਲੀਜ਼ ਤੁਸੀਂ ਇਹ ਦੇਖੋ ਤਸਵੀਰ ਕਿ ਹੁਣ ਉਹ ਕਿਸ ਹਾਲਤ ਦੇ ਵਿੱਚ ਨੇ। ਅਤੇ ਮੈਂ ਜਦੋਂ ਦਾ ਹੀ ਆਇਆ, ਉਹ ਜਿਵੇਂ ਉਹਨਾਂ ਨੇ ਗੁਰਪ੍ਰੀਤ ਜੀ ਨੇ ਦੱਸਿਆ ਪਹਿਲਾਂ ਕਿ ਗੀਤ ਗਾਉਂਦੇ ਰਹਿੰਦੇ ਨੇ ਹਮੇਸ਼ਾ, ਇੱਥੇ ਚਰਚਾ ਦੇ ਵਿੱਚ ਹੈ ਜਿਵੇਂ ਸਾਡਾ ਸਮਾਜ ਹੈ, ਅਸੀਂ ਦਿਮਾਗੀ ਤੌਰ 'ਤੇ ਚੰਗੇ ਹੋ ਕੇ ਆਪਸ ਦੇ ਵਿੱਚ ਇਕੱਠੇ ਨਹੀਂ ਰਹਿ ਸਕਦੇ, ਇਕੱਠੇ ਨਹੀਂ ਰਹਿ ਸਕਦੇ, ਪਰ ਇਹ ਕਿੰਨੇ ਪਰਿਵਾਰ ਜਿਹੜੇ ਆ ਇੱਥੇ ਇਕੱਠੇ ਬੈਠੇ ਨੇ। ਜਿਵੇਂ ਸਾਡੇ ਬਜ਼ੁਰਗ ਦੱਸਿਆ ਕਰਦੇ ਸੀ ਕਿ ਪਹਿਲਾਂ ਜਿਹੜੀਆਂ ਫੈਮਿਲੀਆਂ ਨੇ, ਪਰਿਵਾਰ ਜਿਹੜੇ ਆ ਉਹ ਜੁਆਇੰਟ ਹੁੰਦੇ ਸੀ, ਇਕੱਠੇ ਰਹਿੰਦੇ ਸੀਗੇ, ਪਰ ਹੁਣ ਇਕੱਲੇ ਹੋ ਗਏ, ਮੁੰਡਾ ਅੱਡ ਰਹਿੰਦਾ, ਬਾਪੂ ਅੱਡ ਰਹਿੰਦਾ, ਮਾਂ ਅੱਡ ਰਹਿੰਦੀ ਹੈ, ਪਰ ਇਹ ਬਹੁਤ ਸਾਰੇ ਪਰਿਵਾਰ ਜਿਹੜੇ ਇੱਥੇ ਇਕੱਠੇ ਰਹਿੰਦੇ ਆ, ਕੋਈ ਆਪਸ ਦੇ ਵਿੱਚ ਲੜਾਈ ਝਗੜਾ ਨਹੀਂ। ਹੋ ਸਕਦਾ ਕਿ ਮਾਨਸਿਕ ਤੌਰ 'ਤੇ ਕੁਝ, ਜੇ ਸਾਡਾ ਮਾਨਸਿਕ ਤੌਰ 'ਤੇ ਅਸੀਂ ਸਟਰੋਂਗ ਹੈ, ਮੈਂ ਕੇਸਰ ਸਿੰਘ ਜੀ ਨਾਲ ਗੱਲ ਕਰਾਵਾਂਗਾ, ਗੱਲ ਤਾਂ ਨਹੀਂ ਕਰ ਸਕਣਗੇ, ਇੱਕ ਗੀਤ ਜਿਹੜਾ ਇਹ ਬਹੁਤ ਚਿਰ ਦੇ ਜਿਹੜੇ ਸੋਚ ਰਹੇ ਨੇ ਕਿ ਮੈਂ ਗੀਤ ਜਿਹੜਾ ਸੁਣਾਵਾਂ, ਇਹ ਗੀਤ ਜਿਹੜਾ ਇਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣੋਗੇ, ਹੋ ਸਕਦਾ ਤੁਹਾਡੇ ਤੱਕ ਜਿਹੜਾ ਤੁਹਾਨੂੰ ਸਮਝ ਨਾ ਲੱਗ ਪਾਏ, ਪਰ ਇਸ ਆਦਮੀ ਦੀ ਜਿਹੜੀ ਆ ਅੰਦਰਲੀ ਫੀਲ ਜਿਹੜਾ ਉਹ ਜ਼ਰੂਰ ਸੁਣਿਓ ਤੁਸੀਂ ਜੀ। ਕੇਸਰ ਸਿੰਘ ਜੀ ਗੀਤ ਸੁਣਾ ਦਿਓ ਤੁਸੀਂ ਪਲੀਜ਼। ਉੱਕੇ ਨਾ ਜੋ ਨੀੜੇ ਨੇ ਕਿਤੋਂ ਦੇਖਾਂ ਪੂਰੇ ਪੰਦਾ, ਇਹ ਸੜਕ ਟਖੈਣੀਆਂ ਕਿੱਤੇ ਦੇਖ ਨਾਨਕਾ ਪੂਰੇ ਬੰਦਾ, ਪੀਤੀ ਪੈਣੀ ਹਾਂਟੀ ਇਹ ਕੀ ਗੰਡਾਸੀ ਪੜਦਾ, ਭੁੱਲਦਾ ਵੀ ਹੋ ਗਿਆ ਪਕੜਾ ਤੂੰ ਨਾ ਜੇ ਨੀ ਜਾਣਾ, ਬਾ ਬੋਲਦਾ ਚਾ ਤੂੰ ਮੇਰੀਆਂ ਮੈਂ ਇੱਥੇ ਰਹਿ ਕੇ ਜਾਣਾ ਜੀ। ਅੱਜ ਕੱਲ ਦੇ ਜਿਹੜੇ ਗਾਇਕ ਨੇ, ਮੈਨੂੰ ਲੱਗਦਾ ਕਿ ਇਸ ਬੰਦੇ ਦੀ ਫੀਲ ਨੂੰ ਜੇ ਸਮਝਣ, ਜਦੋਂ ਗਾ ਵੀ ਰਹੇ ਸੀ ਵੀਡੀਓ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਦੀ ਕਰਾਂਗੇ, ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਆ ਰਹੇ ਸੀ ਕਿ ਜਿਵੇਂ ਗੁਰਪ੍ਰੀਤ ਜੀ ਨੇ ਦੱਸਿਆ ਕਿ ਘਰ ਦੇ ਵਿੱਚ ਬੇਟਾ ਜਿਹੜਾ ਉਹ ਕਿਸੇ ਇਹੋ ਜਿਹੇ ਨਸ਼ੇ ਦੇ ਨਾਲ ਜੁੜਿਆ ਹੋਇਆ, ਜਿਵੇਂ ਪੰਜਾਬ ਦੇ ਵਿੱਚ ਗੱਲ ਚੱਲਦੀ ਹੈ ਕਿ ਨਸ਼ਾ ਬਹੁਤ ਹੈ ਜੀ, ਅਤੇ ਸਾਡੀਆਂ ਸਰਕਾਰਾਂ ਵੀ ਟਾਰਾਂ ਮਾਰਦੀਆਂ ਨੇ ਕਿ ਅਸੀਂ ਨਸ਼ਾ ਰੋਕ ਦੇਣਾ, ਕਦੇ ਕੋਈ ਸਰਕਾਰ ਕਹਿੰਦੀ ਹੈ, ਕਦੇ ਕੋਈ ਸਰਕਾਰ ਕਹਿੰਦੀ ਹੈ, ਪਰ ਜੇ ਹਾਲਤ ਦੇਖਣੀ ਹੋਵੇ ਤੁਸੀਂ ਇਸ ਥਾਂ 'ਤੇ ਵੀ ਆ ਕੇ ਦੇਖ ਸਕਦੇ ਹੋ ਅਤੇ ਪਿੰਡਾਂ ਦੇ ਵਿੱਚ ਜਾ ਕੇ ਵੀ ਦੇਖ ਸਕਦੇ ਹੋ ਜੀ। ਗੁਰਪ੍ਰੀਤ ਜੀ, ਅਗਲੇ ਜਿਵੇਂ ਤੁਸੀਂ ਪਹਿਲਾਂ ਅਰੁਣ ਕੁਮਾਰ ਸ਼ੁਕਲਾ ਦੀ ਆਪਾਂ ਗੱਲ ਕੀਤੀ, ਫਿਰ ਸਰਦਾਰ ਕੇਸਰ ਸਿੰਘ ਦੀ ਗੱਲ ਕੀਤੀ, ਫਿਰ ਉਸ ਤੋਂ ਬਾਅਦ ਬਾਬਾ ਬੱਬੂ ਸਿੰਘ ਤੁਹਾਡੇ ਕੋਲ ਜਿਹੜੇ ਉਹ ਆਏ ਨੇ, ਉਹਨਾਂ ਦੇ ਤੁਹਾਡੇ ਨਾਲ ਕਿਵੇਂ ਮਿਲਣਾ ਹੋਇਆ, ਕਿ ਉਸ ਤੋਂ ਬਾਅਦ ਤੁਹਾਡਾ ਮਨ ਬਣ ਗਿਆ ਕਿ ਵੀ ਇਹ ਜਿਹੜੀ ਸੇਵਾ ਚੱਲਦੀ ਰਹਿਣੀ ਚਾਹੀਦੀ ਹੈ? ਇਹ ਸੇਵਾ ਜੀ, ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਇਹੋ ਜਿਹੀ ਕਿਰਪਾ ਕਰੀ ਸਾਡੇ 'ਤੇ, ਜਦੋਂ ਕੇਸਰ ਸਿੰਘ ਜੀ ਦੀ ਸੇਵਾ ਤੁਹਾਨੂੰ ਦੱਸਿਆ ਕਰਦੇ 25 ਦਿਨਾਂ 'ਚ ਅਸੀਂ ਇੰਨੇ ਪਰਫੈਕਟ ਹੋ ਗਏ ਸੇਵਾ ਲਈ, ਸਾਨੂੰ ਜੇ ਕੋਈ ਬੰਦਾ ਹਰ ਕਿਤੇ ਜਾਂਦਾ ਜਾਂ ਨੇੜੇ ਤੇੜੇ ਸਾਨੂੰ ਕਿਤੇ ਮਿਲ ਜਾਂਦਾ ਸੀ, ਜਿਹੜਾ ਬਹੁਤ ਹੀ ਮਾੜੀ ਹਾਲਤ 'ਚ ਹੁੰਦਾ ਸੀ, ਨਹਾਤਾ ਨਹੀਂ ਧੋਤਾ ਨਹੀਂ ਹੁੰਦਾ ਸੀ, ਜਾਂ ਜਿਵੇਂ ਪਤਾ ਲੱਗਦਾ ਵੀ ਮੈਂਟਲੀ ਡਿਸੇਬਲ ਬੰਦੇ ਸੜਕਾਂ 'ਤੇ ਘੁੰਮਦੇ ਹੁੰਦੇ ਆ, ਅਸੀਂ ਉਹਨੂੰ ਲੈ ਕੇ ਆਉਣਾ ਆਪਦੇ ਢਾਬੇ 'ਚ ਲਿਆ ਕੇ ਨਵਾਉਣਾ, ਨਵੇਂ ਕੱਪੜੇ ਪਾ ਕੇ, ਜੇ ਉਹ ਸਰਦਾਰ ਜੀ ਆ ਤਾਂ ਉਹਨਾਂ ਨੂੰ ਪੱਗ ਬੰਨ ਕੇ ਉਹਨਾਂ ਨੂੰ ਉਸ ਤਰੀਕੇ ਨਾਲ ਸਰਦਾਰ ਬਣਾ ਕੇ ਰੱਖਣਾ, ਜੇ ਉਹ ਹਿੰਦੂ ਪਰਿਵਾਰ ਨਾਲ ਜਾਂ ਕਿਸੇ ਹੋਰ ਨਾਲ ਲਿੰਕ ਰੱਖਦਾ ਤਾਂ ਉਹਦੀ ਸ਼ੇਪ ਕਰਕੇ ਉਸ ਤਰੀਕੇ ਨਾਲ ਜੀ। ਅਤੇ ਇੱਦਾਂ ਹੀ ਕਰਦੇ ਕਰਦੇ ਅਸੀਂ ਕਾਫੀ ਬੰਦੇ ਢਾਬੇ 'ਤੇ ਨਵਾਉਣ ਲੱਗ ਗਏ, ਅਤੇ ਸਾਨੂੰ ਫੋਨ ਆਇਆ ਅਤੇ ਦੋਨੋਂ ਪਿੰਡ ਆਈ ਜੋਧਿਆਂ ਦੇ ਕੋਲ, ਉੱਥੋਂ ਹਰਪ੍ਰੀਤ ਸਿੰਘ ਗਰਿਆ ਵਾਲਾ ਸਾਡਾ ਰਿਸ਼ਤੇਦਾਰ ਵੀ ਇਹ ਪ੍ਰਾਹੁਣਾ ਲੱਗਦਾ, ਉਹਨੇ ਸਾਨੂੰ ਦੱਸਿਆ ਵੀ ਇੱਕ ਬਜ਼ੁਰਗ ਸਾਡੇ ਇੱਥੇ ਏਰੀਏ 'ਚ ਘੁੰਮਦਾ, ਬਹੁਤ ਮਾੜੀ ਹਾਲਤ ਦੇ ਵਿੱਚ, ਉਹਦੇ ਕੱਪੜੇ ਫਟੇ ਹੋਏ, ਦਮਾਲਾ ਸਜਾਇਆ ਹੁੰਦਾ ਬਾਬਾ ਜੀ 'ਤੇ, ਪਰ ਉਹ ਬੋਲਦੇ ਨਹੀਂ, ਕਿਸੇ ਨੂੰ ਨਾਮ ਨਹੀਂ ਪਤਾ ਉਹਦਾ, ਵੀ ਬਹੁਤ ਮਾੜੀ ਹਾਲਤ 'ਚ ਗੁਰਦੁਆਰਾ ਸਾਹਿਬ ਦੇ ਬਾਹਰ ਸੌਂਦੇ ਆ।
ਤੇ ਅਸੀਂ ਉਹਨਾਂ ਦੇ ਕਹਿਣ ਤੇ ਜਦ ਉੱਥੇ ਗਏ ਇਤਿਹਾਸਕ ਗੁਰਦੁਆਰਾ ਜੀ ਉੱਥੇ ਗੁਰਦੁਆਰਾ ਸਾਹਿਬ ਪੌੜ ਸਾਹਿਬ ਜੀ ਤੇ ਉੱਥੇ ਜਾ ਕੇ ਜਦੋਂ ਅਸੀਂ ਬਾਬਾ ਜੀ ਨੂੰ ਉਹਨਾਂ ਨੇ ਜਿੱਥੇ ਦੱਸਿਆ ਸੀ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਬਾਬਾ ਜੀ ਸਾਨੂੰ ਉੱਥੇ ਮਿਲੇ ਨਹੀਂ ਜੀ ਜੀ ਤੇ ਅਸੀਂ ਅੰਦਰ ਜਾ ਕੇ ਗ੍ਰੰਥੀ ਸਿੰਘ ਨੂੰ ਪੁੱਛਿਆ ਵੀ ਕਿੱਥੇ ਬਾਬਾ ਜੀ ਰਹਿੰਦੇ ਆ ਵੀ ਉਹ ਕਿੱਥੇ ਆ ਇਸ ਟਾਈਮ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਬਾਹਰ ਹੀ ਆ ਕਿਤੇ ਦੇਖੋ ਅਸੀਂ ਜਦੋਂ ਜਾ ਕੇ ਚੈੱਕ ਕੀਤਾ ਜਿਸ ਜਗ੍ਹਾ ਤੇ ਬਾਬਾ ਜੀ ਪਏ ਸੀ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਬਾਲਣ ਦੇ ਵਿੱਚ ਝੋਨੇ ਦੀ ਇੱਕ ਬੱਟ ਸੀ ਉੱਤੇ ਪਾਣੀ ਭਰਿਆ ਹੋਇਆ ਉੱਥੇ ਬਾਬਾ ਜੀ ਇੱਕ ਗੰਦੇ ਬਿਸਤਰੇ ਦੇ ਉੱਪਰ ਬੈਠੇ ਬਹੁਤ ਹੀ ਮਾੜੀ ਕੰਡੀਸ਼ਨ ਦੇ ਵਿੱਚ ਇੱਕ ਗੁਰਸਿੱਖ ਬੰਦਾ ਜਿਹੜਾ ਕਿ ਮੈਨੂੰ ਪਹਿਲੀ ਨਜ਼ਰੇ ਜਦੋਂ ਅਸੀਂ ਬਾਬਾ ਜੀ ਦੀ ਮੈਂ ਸ਼ਕਲੇ ਦੇਖੀ ਮੈਨੂੰ ਇੱਦਾਂ ਲੱਗਿਆ ਵੀ ਜਿਵੇਂ ਸਾਡਾ ਕੋਈ ਦਾਦਾ ਜੀ ਜਾਂ ਨਾਨਾ ਜੀ ਜਾਂ ਕੋਈ ਹੋਰ ਵੱਡੇ ਬਜ਼ੁਰਗਾਂ ਵਰਗੇ ਸ਼ਕਲ ਤੋਂ ਜੀ ਬੜਾ ਦੁੱਖ ਲੱਗਿਆ ਅਸੀਂ ਬਾਬਾ ਜੀ ਨੂੰ ਲੈ ਕੇ ਆਏ ਜਦ ਬਾਬਾ ਜੀ ਨੂੰ ਅਸੀਂ ਢਾਬੇ 'ਤੇ ਲਿਆਏ ਨਵਾ ਧਵਾ ਕੇ ਅਤੇ ਬਾਬਾ ਜੀ ਨੂੰ ਸਵੇਰੇ ਅਸੀਂ ਪੱਗ ਬੰਨ੍ਹ ਕੇ ਪੂਰਾ ਸਜਾ ਕੇ ਬਾਬਾ ਜੀ ਦੀ ਪੋਸਟ ਪਾਈ ਫੇਸਬੁੱਕ 'ਤੇ ਬਾਬਾ ਜੀ ਨੂੰ ਅਸੀਂ ਪੁੱਛਿਆ ਨਾਮ ਬਾਬਾ ਜੀ ਨੇ ਆਪਣਾ ਨਾਮ ਬੱਬੂ ਸਿੰਘ ਦੱਸਿਆ ਬਾਪ ਦਾ ਨਾਮ ਤੇਜਾ ਸਿੰਘ ਯਾਨੀ ਕਿ ਮੈਂ ਪੋਸਟ ਦੇ ਵਿੱਚ ਵੀ ਲਿਖਿਆ ਸੀ ਕਹਿੰਦੇ ਬਾਪ ਦਾ ਨਾਮ ਬਾਬਾ ਜੀ ਨੇ ਇਕੱਲਾ ਤੇਜਾ ਸਿੰਘ ਲਿਖਿਆ ਗੁਰਸਿੱਖ ਸਰਦਾਰ ਤੇਜਾ ਸਿੰਘ ਦੱਸਿਆ ਸੀ ਆਪਣੇ ਫਾਦਰ ਦਾ ਨਾਮ ਉਹ ਮੈਂ ਪੋਸਟ 'ਚ ਵੀ ਲਿਖੀ ਸੀ ਉਸ ਟਾਈਮ ਗੱਲ ਜੀ ਅਤੇ ਬਾਬਾ ਜੀ ਦਾ ਅਸੀਂ ਪਰਿਵਾਰ ਵੀ ਲੱਭਿਆ ਪਤਾ ਕਰਿਆ ਸਾਰਾ ਬਾਬਾ ਜੀ ਦੇ ਪਰਿਵਾਰ ਦੇ ਵਿੱਚ ਮੱਝੂਪੁਰੇ ਪਿੰਡ 'ਚ ਕੋਈ ਨਹੀਂ ਰਹਿੰਦਾ ਕਾਲੇ ਦੌਰ ਦੇ ਵਿੱਚ ਅੱਤਵਾਦ ਦੇ ਵਿੱਚ ਬਾਬਾ ਜੀ ਦਾ ਪਰਿਵਾਰ ਸਾਰਾ ਖਤਮ ਹੋ ਗਿਆ ਸੀਗਾ ਅਤੇ ਬਾਬਾ ਜੀ ਇਕੱਲੇ ਹੀ ਆ ਪਰਿਵਾਰ ਦੇ ਵਿੱਚ ਘਰ ਵੀ ਬਾਬਾ ਜੀ ਦਾ ਲੋਕਾਂ ਨੇ ਦੱਬ ਲਿਆ ਬੜੀ ਮਾੜੀ ਕੰਡੀਸ਼ਨ ਦੇ ਵਿੱਚ ਬਾਬਾ ਜੀ ਸੜਕਾਂ 'ਤੇ ਘੁੰਮ ਕੇ ਆਪਣਾ ਟਾਈਮ ਪਾਸ ਕਰਦੇ ਸੀ ਪਰ ਕਿਸੇ ਅਦਾਰੇ ਨੇ ਗੁਰਸਿੱਖ ਬੰਦਾ ਦਮਾਲਾ ਸਜਾਉਣ ਵਾਲਾ ਬੰਦਾ ਗੁਰਦੁਆਰਾ ਸਾਹਿਬ ਦੇ ਬਾਹਰ ਬਾਲਣ 'ਚ ਸੌਂਦਾ ਇਤਿਹਾਸਕ ਗੁਰਦੁਆਰਾ ਜਿੱਥੇ ਅੰਦਰ ਘੱਟੋ ਘੱਟ ਨਹੀਂ ਤਾਂ 100 ਕਮਰਾ ਬਣਿਆ ਹੋਇਆ ਸੀ ਉਹਨਾਂ ਨੇ ਵੀ ਬਾਬਾ ਜੀ ਦਾ ਸਾਥ ਨਹੀਂ ਦਿੱਤਾ ਅਸੀਂ ਉਹਨਾਂ ਨੂੰ ਵੀ ਪੁੱਛਿਆ ਬਾਅਦ ਦੇ ਵਿੱਚ ਵੀ ਤੁਸੀਂ ਬਾਬਾ ਜੀ ਨੂੰ ਅੰਦਰ ਕਾਹਤੋਂ ਨਹੀਂ ਪਾਉਂਦੇ ਸੀ ਤਾਂ ਬਾਹਰ ਹੀ ਰੋਟੀ ਦੇਣ ਦੇ ਹੀ ਬੰਦਾ ਜਿਹੜਾ ਬਾਹਰੋਂ ਗੁਰਦੁਆਰੇ 'ਚ ਗ੍ਰੰਥੀ ਬਾਹਰੋਂ ਪਿੰਡਾਂ 'ਚੋਂ ਗਜਾ ਕਰਕੇ ਲੈ ਕੇ ਆਉਂਦਾ ਸੀ ਪ੍ਰਸ਼ਾਦਾ ਉਹ ਬਾਬਾ ਜੀ ਨੂੰ ਰਾਹ ਬਾਹਰ ਹੀ 2 ਪ੍ਰਸ਼ਾਦੇ 3 ਦੇਣ ਲਈ ਬਾਬਾ ਬਾਹਰ ਬੈਠ ਕੇ ਖਾ ਲੈਂਦਾ ਸੀ ਅਤੇ ਅੱਜ ਬਾਬਾ ਜੀ ਸਾਡੇ ਨਾਲ ਰਹਿੰਦੇ ਆ ਰੋਜ਼ ਨਹਾਉਂਦੇ ਧੋਂਦੇ ਆ ਆਪਦੇ ਕੱਪੜੇ ਬਦਲਦੇ ਆ ਪੂਰੇ ਸਾਫ਼ ਸੁਥਰੇ ਰਹਿੰਦੇ ਆ ਸਾਡੇ ਕੋਲ ਵਧੀਆ ਤਰੀਕੇ ਨਾਲ ਜੀ ਅਤੇ ਦੋਸਤੋ ਤੁਸੀਂ ਇਸ ਗੱਲ ਤੋਂ ਮਹਿਸੂਸ ਕੀਤਾ ਹੋਣਾ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਅੱਜ ਕਿਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਹੋ ਰਹੀ ਹੈ ਰਾਜਨੀਤਿਕ ਨੇਤਾ ਅਤੇ ਇਹ ਸੰਸਥਾਵਾਂ ਜਿਹੜੀਆਂ ਹੁਣ ਬਣ ਗਈਆਂ ਨੇ ਕਿ ਸਾਡਾ ਸਿੱਖ ਇਤਿਹਾਸ ਸਾਨੂੰ ਕੀ ਕਹਿੰਦਾ ਸੀ ਸਾਡੇ ਗੁਰੂ ਸਾਨੂੰ ਕੀ ਕਹਿੰਦੇ ਸੀ ਅਸੀਂ ਉਸ ਤੋਂ ਕੋਹਾਂ ਦੂਰ ਜਿਹੜਾ ਚਲੇ ਗਏ ਹਾਂ ਸਾਨੂੰ ਮਨੁੱਖਤਾ ਜਿਹੜੀ ਨਜ਼ਰ ਨਹੀਂ ਆਉਂਦੀ ਅਸੀਂ ਅੱਜ ਆਪਣੀਆਂ ਗੋਦੀਆਂ ਦੇ ਵਿੱਚ ਨਿੱਕੇ ਨਿੱਕੇ ਜਿਹੜੇ ਆ ਕੁੱਤੇ ਉਹ ਚੱਕੇ ਹੁੰਦੇ ਆ ਅਤੇ ਸਾਡੇ ਬਜ਼ੁਰਗ ਜਿਹੜੇ ਉਹ ਸੜਕਾਂ 'ਤੇ ਰੁਲਦੇ ਨੇ ਅਤੇ ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਕੁੱਤੇ ਤੋਂ ਮੈਨੂੰ ਯਾਦ ਆਇਆ ਕਿ ਜਿਹੜੀ ਆਪਾਂ ਜਿਹੜਾ ਸ਼ੁਰੂਆਤ ਦੇ ਜਦੋਂ ਮੈਂ ਮਿਲਿਆ ਸੀ ਤੁਹਾਨੂੰ ਤੁਸੀਂ ਗੁਰਪ੍ਰਕਾਸ਼ ਸਿੰਘ ਟੋਨੀ ਬਿੰਦਰਾ ਉਹਨਾਂ ਦੀ ਗੱਲ ਕੀਤੀ ਸੀ ਕਿ ਹਰਿਆਣੇ ਤੋਂ ਤੁਸੀਂ ਉਹਨਾਂ ਨੂੰ ਲੈ ਕੇ ਆਏ ਅਤੇ ਉਹਨਾਂ ਦੇ ਬ੍ਰਦਰ ਨੇ ਜਿਹੜੇ ਉਹ ਵੱਡੇ ਕੁੱਤੇ ਜਿਹੜੇ ਆ ਨਸਲ ਦੇ ਕੁੱਤੇ ਉਹ ਰੱਖੇ ਹੋਏ ਸੀ ਅਤੇ ਆਪਣਾ ਬ੍ਰਦਰ ਜਿਹੜਾ ਉਹ ਰੁੜ ਰਿਹਾ ਸੀਗਾ ਜੀ ਉਹਨਾਂ ਦੀ ਜਿਹੜੀ ਗੱਲ ਸਾਂਝੀ ਕਰੋ ਮੈਂ ਉਹਨਾਂ ਬਾਰੇ ਵੀ ਜਿਹੜੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਊਂਗਾ ਕਿ ਬਹੁਤ ਹੀ ਐਜੂਕੇਟਡ ਉਹ ਵਿਅਕਤੀ ਨੇ ਬਹੁਤ ਹੀ ਪੜ੍ਹੇ ਹੋਏ ਵਿਅਕਤੀ ਨੇ ਕਿ ਕਿਵੇਂ ਅੱਜ ਜੇ ਮੈਂ ਇੱਥੇ ਖੜਾਂਗਾ ਅਤੇ ਅਸੀਂ ਸੋਚਦੇ ਹਾਂ ਕਿ ਅਸੀਂ ਪੜ੍ਹ ਲਏ ਅਸੀਂ ਯੂਨੀਵਰਸਿਟੀਆਂ 'ਚ ਪੜ੍ਹਦੇ ਪਰ ਸਾਡਾ ਫਿਰ ਵੀ ਕਿਤੇ ਨਾ ਕਿਤੇ ਵੀ ਭੁੱਲ ਜਾਂਦੇ ਆਪਣੇ ਫਰਜ਼ ਭੁੱਲ ਜਾਂਦੇ ਹਾਂ ਪਰ ਇਹ ਫਰਜ਼ਾਂ ਨੂੰ ਨਹੀਂ ਭੁੱਲਣਾ ਚਾਹੀਦਾ ਜੀ ਤੁਸੀਂ ਆਪਣੀ ਗੁਰਪ੍ਰੀਤ ਜੀ ਗੱਲ ਸਾਂਝੀ ਕਰੋ ਪਲੀਜ਼ ਗੁਰਪ੍ਰਕਾਸ਼ ਸਿੰਘ ਜੀ ਟੋਨੀ ਬਿੰਦਰਾ ਇੱਕ ਬਹੁਤ ਹੀ ਯਾਨੀ ਕਿ ਹਾਈਲੀ ਐਜੂਕੇਟਡ ਪਰਸਨ ਹੈ ਜੀ ਐਮ ਕੋਮ ਦੇ ਵਿੱਚ ਗੋਲਡ ਮੈਡਲਿਸਟ ਨੇ ਜੀ ਪਲੀਜ਼ ਤੁਸੀਂ ਤਸਵੀਰ ਦਿਖਾ ਦਿਓ ਜੀ ਬੜੇ ਵੱਡੇ ਪਰਿਵਾਰ ਨੂੰ ਬਿਲੋਂਗ ਕਰਦੇ ਆ ਜੀ ਪੰਜ ਭਰਾ ਜੀ ਇਹਨਾਂ ਦੇ ਤੇ 3 ਭੈਣਾਂ ਤੇ ਪੂਰੀ ਵਧੀਆ ਐਜੂਕੇਟਡ ਫੈਮਿਲੀ ਨੂੰ ਬਿਲੋਂਗ 100 ਕਿੱਲਾ ਜ਼ਮੀਨ ਦਾ ਸੀ ਹਰਿਆਣੇ ਦੇ ਫਸਟ ਲੇਡੀ ਸਰਪੰਚ ਇਹਨਾਂ ਦੇ ਮਦਰ ਸੀਗੀ ਅਤਰ ਕੌਰ ਜੀ
ਤੇ ਕਾਂਗਰਸ ਨੂੰ ਬਿਲੋਂਗ ਕਰਦੇ ਸੀ ਪਾਰਟੀ ਨੂੰ, ਯਾਨੀ ਕਿ ਗੁਰੂ ਮਹਾਰਾਜ ਨੇ ਸਭ ਕੁਛ ਦਿੱਤਾ ਸੀ ਪਰਿਵਾਰ ਨੂੰ, ਪਰ ਅੱਜ ਇਹ ਵੀਰ ਨੂੰ ਅਸੀਂ ਜਦੋਂ ਲੈ ਕੇ ਆਏ ਅੱਜ ਤੋਂ 4 ਮਹੀਨੇ ਪਹਿਲਾਂ ਸਿਰਸਿਆਲ ਏਰੀਆ ਅੰਮ੍ਰਿਤ ਆਪਣੇ ਹਰਿਆਣੇ ਦੇ ਵਿੱਚ ਜਗਾਧਰੀ ਰੋਡ ਦੇ ਉੱਪਰ, ਉੱਥੇ ਵੀਰ ਘੁੰਮ ਰਿਹਾ ਸੀ ਸੜਕਾਂ 'ਤੇ, ਲਵਾਰ ਹਾਲਤ ਦੇ ਵਿੱਚ, ਲੱਤ ਦੇ ਵਿੱਚ ਸੱਟ ਲੱਗੀ ਹੋਈ ਸੀ, ਵਿੱਚ ਕੀੜੇ ਪਏ ਹੋਏ ਸੀ, ਮੈਂਟਲੀ ਕੰਡੀਸ਼ਨ ਇੰਨੀ ਜ਼ਿਆਦਾ ਵਸਟ ਸੀਗੀ ਵੀ ਗਿਆ ਨੂੰ ਸਾਨੂੰ ਵੀ ਬਾਬਾ ਬਹੁਤ ਗਾਲਾਂ ਕੱਢੀਆਂ, 1-2-3 ਮਹੀਨੇ ਇੰਨਾ ਜ਼ਿਆਦਾ ਡਿਸਟਰਬ ਰਹੇ, ਹੁਣ ਹੌਲੀ ਹੌਲੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਆ, ਦਿਮਾਗੀ ਹਾਲਤ ਠੀਕ ਹੋ ਗਈ ਇਹਨਾਂ ਦੀ, ਅਤੇ ਯਾਨੀ ਕਿ ਇਹਨਾਂ ਦੀ ਹਾਲਤ ਨੂੰ ਦੇਖ ਕੇ ਮੈਨੂੰ ਇੱਕ ਧਾਰਨਾ ਮੈਂ ਆਪਣੀ ਜ਼ਿੰਦਗੀ ਦੀ ਬਦਲੀ ਹੈ। ਮੈਨੂੰ ਛੋਟੇ ਹੁੰਦੇ ਨੂੰ ਘਰ ਤੋਂ ਬੜੀ ਝਾੜ ਪੈਂਦੀ ਸੀ ਵੀ ਤੂੰ ਪੜ੍ਹ ਲਾ, ਤੇਰੀ ਪੜ੍ਹਾਈ ਹੀ ਕੰਮ ਆਉਣੀ ਹੈ, ਹੋਰ ਕੁਛ ਨਹੀਂ ਕੰਮ ਆਉਣਾ। ਅਤੇ ਮੈਂ ਜਦੋਂ ਟੋਨੀ ਨੂੰ ਦੇਖਦਾ ਵੀ ਇਹਨਾਂ ਦੇ ਪੜ੍ਹਾਈ ਵੀ ਕੰਮ ਨਹੀਂ ਆਈ, ਸਿਰਫ ਇੱਕੋ ਹੀ ਚੀਜ਼ ਕੰਮ ਆਉਂਦੀ ਹੈ ਬੰਦੇ ਦੇ, ਜਿਹੜੀ ਕਿ ਇਨਸਾਨੀਅਤ, ਮਾਂ ਪਿਓ ਦੀ ਵਧੀਆ ਪਰਵਰਿਸ਼, ਵਧੀਆ ਸਿੱਖਿਆ ਹੀ ਕੰਮ ਆਉਂਦੀ ਹੈ, ਜੋ ਕਿ ਇਹਨਾਂ ਦੀ ਮਦਰ, ਮੈਂ ਅੱਜ ਚਲੋ ਇਸ ਦੁਨੀਆ 'ਤੇ ਹੈ ਨਹੀਂ ਗੇ, ਉਹਨਾਂ ਨੂੰ ਮੈਂ ਕੋਈ ਨਿੰਦਣਾ ਨਹੀਂ ਚਾਹੁੰਦਾ, ਪਰ ਉਹਨਾਂ ਦੀ ਮਿਸਮੈਨੇਜਮੈਂਟ ਨੇ ਅੱਜ ਟੋਨੀ ਜੀ ਨੂੰ ਇਸ ਗੱਲ ਚੀਜ਼ 'ਤੇ ਲਿਆ ਕੇ ਮੁਕਾਮ 'ਤੇ ਖੜਾ ਕਰਤਾ ਵੀ ਇਹਨਾਂ ਦੇ ਭਰਾ ਕਿਸੇ ਦੀ ਖੰਨੇ ਕੋਠੀ ਹੈ, ਕਿਸੇ ਦੀ ਰਾਜਪੁਰੇ ਹੈ, ਕੋਈ ਜੰਮੂ ਦੇ ਵਿੱਚ ਇਹਦੀ ਸਿਸਟਰ ਦਾ ਐਕਟਿਵ ਮੈਂਬਰ ਆ BJP ਦੀ ਇਸ ਟਾਈਮ ਜੀ ਵਧੀਆ, ਪਰ ਇਹਨਾਂ ਦੀ ਹਾਲਾਤ ਇੰਨੀ ਮਾੜੀ ਸੀ ਜਿਹੜੀ ਕਿ ਮੈਂ ਤੁਹਾਨੂੰ ਐਕਸਪਲੇਨ ਕਰ ਚੁੱਕਿਆ, ਹੁਣ ਟੋਨੀ ਜੀ ਆਪ ਵੀ ਤੁਹਾਨੂੰ ਦੱਸਣਗੇ। ਜੀ ਮੈਂ ਦੋਸਤੋ ਟੋਨੀ ਜੀ ਨਾਲ ਵੀ ਤੁਹਾਡੀ ਗੱਲ ਕਰਾਉਣਾ, ਅਤੇ ਬਾਅਦ ਦੇ ਵਿੱਚ ਜਿਵੇਂ ਅਸੀਂ ਦੱਸ ਰਹੇ ਹਾਂ ਕਿ ਇਸ ਸਮੇਂ ਤੁਸੀਂ ਰੇਡੀਓ 'ਤੇ ਇਹ ਗੱਲਬਾਤ ਸੁਣ ਰਹੇ ਹੋ, ਉਸ ਤੋਂ ਬਾਅਦ ਤੁਸੀਂ ਫੇਸਬੁੱਕ ਪੇਜ 'ਤੇ ਜਾ ਕੇ ਚੰਦ ਪਰਦੇਸੀ ਦੇ, ਅਤੇ ਇਹ ਵੀਡੀਓ ਵੀ ਤੁਸੀਂ ਜਿਹੜੀ ਆ ਸਾਡੇ ਇਸ ਪੇਜ 'ਤੇ ਜਾ ਕੇ ਦੇਖ ਸਕਦੇ ਹੋ। ਟੋਨੀ ਜੀ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ, ਅਤੇ ਐਜੂਕੇਸ਼ਨ ਜਿਹੜੀ ਆ ਤੁਹਾਡੀ ਬਹੁਤ ਜ਼ਿਆਦਾ ਹੈ, ਅਤੇ ਤੁਸੀਂ ਦੱਸਿਆ ਸੀ ਕਿ ਡਾਕੂਮੈਂਟਰੀ ਵੀ ਬਣਾਈ ਸੀ ਤੁਸੀਂ। ਮੈਂ ਤੁਹਾਨੂੰ ਕਲੀਅਰ ਕਰ ਰਿਹਾ ਜੀ, ਮੈਂ MCOM ਫਸਟ ਡਿਵੀਜ਼ਨ 'ਚ ਕੀਤੀ ਹੈ ਜੀ, ਉਸ ਤੋਂ ਬਾਅਦ ਮੈਂ PG ਡਿਪਲੋਮਾ ਇਨ ਪਰਸਨਲ ਮੈਨੇਜਮੈਂਟ ਐਂਡ ਲੇਬਰ ਵੈਲਫੇਅਰ ਕੀਤਾ, ਉਹਦੇ 'ਚ ਮੈਨੂੰ ਸਿਲਵਰ ਮੈਡਲ ਮਿਲਿਆ ਸੀ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ, ਔਰ ਮੇਰੇ ਕੋਲ ਕੋਈ ਗੋਲਡ ਮੈਡਲ ਨਹੀਂ ਹੈ, ਔਰ ਉਸ ਤੋਂ ਬਾਅਦ ਮੈਂ ਆਈ ਵਾਜ਼ ਏ ਐਲੂਮਨੀ ਆਫ ਦਿੱਲੀ ਸਕੂਲ ਆਫ ਸੋਸ਼ਲ ਵਰਕ ਐਟ ਐਫੀਲੇਟਿਡ ਟੂ ਦਿੱਲੀ ਜੀ। ਇਹ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਮੇਰੇ ਕੋਲ ਹਾਇਰ ਐਜੂਕੇਸ਼ਨ ਹੈ, ਲੇਕਿਨ ਮੈਂ ਆਪਣੇ ਮਾਂ ਪਿਓ ਨੂੰ ਬਹੁਤ ਪ੍ਰੋਟੈਕਟ ਕਰਦਾ ਸੀ। ਮੇਰੀ ਮਾਂ ਜਦੋਂ ਤੋਂ ਸਰਪੰਚ ਬਣੀ ਸੀ, ਮੇਰੇ ਸਾਹਮਣੇ ਆ ਕੇ ਆਪਣੇ ਦੁੱਖੜੇ ਸੁਣਾਉਂਦੀ ਹੁੰਦੀ ਸੀ ਕਿ ਮੈਨੂੰ ਅੱਜ ਮੈਂ ਆਫਿਸ 'ਚ ਮੈਨੂੰ ਇਹ ਹੋਇਆ, ਅੱਜ ਮੈਂ ਆਫਿਸ ਗਈ, ਫਲਾਣੇ ਨੇ ਕਟਾਕਸ਼ ਕੀਤਾ। ਮੈਨੂੰ ਬਚਪਨ ਤੋਂ ਆਪਣੀ ਮਾਂ ਨਾਲ ਬਹੁਤ ਲਗਾਵ ਸੀ ਜੀ, ਆਪਣੇ ਮਾਂ ਪਿਓ ਨਾਲ ਜੀ, ਅਤੇ ਉਹ ਸਾਡੀ ਜਿਹੜੀ ਜ਼ਮੀਨ ਸੀ ਉਹ ਸਾਰੀ, ਸਾਡੇ ਪਾਪਾ ਬਿਮਾਰ ਰਹਿੰਦੇ ਸਨ, ਪਾਰਟੀਸ਼ਨ ਤੋਂ ਬਾਅਦ ਇੱਥੇ ਆਏ ਸਨ, ਉਹ ਬਿਮਾਰ ਰਹਿੰਦੇ ਸਨ, ਬਹੁਤ ਜ਼ਿਆਦਾ ਬਿਮਾਰ ਰਹਿੰਦੇ ਸਨ, ਅਤੇ ਹਾਰਟ ਦੇ ਮਰੀਜ਼ ਸਨ, ਉਹਨਾਂ ਦਾ ਕੁਛ ਚੱਲ ਪਾਉਣਾ ਵੀ ਮੁਸ਼ਕਿਲ ਹੁੰਦਾ ਸੀ ਜੀ। ਅਤੇ ਮੇਰੀ ਮਾਂ ਨੂੰ ਆਪਣੀ ਬਾਗਡੋਰ ਸੰਭਾਲਣੀ ਪੜੀ ਸਾਰੇ ਪਰਿਵਾਰ ਦੀ ਜੀ। ਉਹ ਸਰਪੰਚ ਬਣੀ, 5 ਵਾਰੀ ਸਰਪੰਚ ਰਹੀ, ਉਸਨੇ ਬਹੁਤ ਅੱਛੀ ਐਡਮਿਨਿਸਟ੍ਰੇਟਰ ਸੀ, ਸ਼ੀ ਵਾਜ ਫਸਟ ਵੂਮੈਨ ਬਿਫੋਰ ਇੰਦਰਾ ਜੀ, ਵਿਚ ਵਾਜ ਇਨ ਐਡਮਿਨਿਸਟ੍ਰੇਸ਼ਨ ਜੀ। ਉਸ ਤੋਂ ਬਾਅਦ ਉਹ ਜ਼ਮੀਨ ਵੰਡੀ ਨਹੀਂ ਸੀ ਜਾ ਸਕਦੀ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਗਿਫਟ ਕਰ ਦਿੱਤੀ ਸੀ, ਜਿਸ ਤਰ੍ਹਾਂ ਹੁਣ ਇਹ ਜ਼ਮੀਨ ਸਰਦਾਰ ਉਪਿੰਦਰ ਸਿੰਘ ਜੀ ਨੇ ਇਹਨਾਂ ਨੂੰ ਗਿਫਟ ਕਰ ਦਿੱਤੀ ਹੈ ਜੀ। ਉਹ ਜ਼ਮੀਨ ਕਿਸੇ ਵੀ ਤਰ੍ਹਾਂ ਨਹੀਂ ਵੰਡੀ ਜਾ ਸਕਦੀ ਸੀ, ਨਾ ਕਾਨੂੰਨ ਨਾ ਕਿਸੇ ਵੀ ਤਰ੍ਹਾਂ, ਉਹ ਇਕੱਠੇ 'ਤੇ ਰਿਹਾ ਜਾ ਸਕਦਾ ਸੀ, ਉੱਥੇ ਕੋਈ ਫੈਕਟਰੀ ਲਗਾ ਕੇ ਕੋਈ ਇਸ ਕਿਸੇ ਤਰ੍ਹਾਂ ਉੱਥੇ ਘਰ ਦੀ ਐਡਜਸਟਮੈਂਟ ਕੀਤੀ ਜਾ ਸਕਦੀ ਸੀ, ਲੇਕਿਨ ਇੱਕ ਵੂਮੈਨ ਨੂੰ ਦਬਾਅ ਦੇਣਾ, ਉਹਦੇ 'ਤੇ ਹਥਿਆਰ ਉਠਾਉਣਾ ਕਿ ਅਗਰ ਤੂੰ ਜ਼ਮੀਨ ਨਹੀਂ ਵੰਡ ਕੇ ਦੇਂਗੀ ਅਸੀਂ ਤੁਹਾਨੂੰ ਚੱਕ ਦਿਆਂਗੇ, ਮੈਂ ਛੋਟਾ ਸਾਂ ਜੀ, ਮੈਂ ਆਪਣੇ ਮਾਂ ਪਿਓ ਨੂੰ ਬਹੁਤ ਪਿਆਰ ਕਰਦਾ ਸਾਂ, ਮੈਂ ਹੁਣ ਵੀ ਕਰਦਾ ਵਾਂ, ਮਰਵਾਰ ਦਮਾ ਉਹਨਾਂ ਨੂੰ ਬਹੁਤ ਸ਼ਾਂਤੀ ਪ੍ਰਦਾਨ ਕਰੇ, ਉਹਦੇ 'ਤੇ ਨੈਸ਼ਨਲ ਹੁਕਮ 'ਤੇ
ਡਾਕੂਮੈਂਟਰੀ ਮੈਂ ਹੀ ਬਣਾਈ ਹੈ ਜੋ ਚੱਲੀ ਹੈ ਨੈਸ਼ਨਲ ਹੁਕਅਪ 'ਤੇ ਐਟ ਦਿੱਲੀ। ਮੇਰੀ ਮਾਂ ਬਹੁਤ ਅੱਛੀ ਮਾਂ ਸੀ, ਮੇਰੇ ਆਪਣੇ ਹਾਲਾਤ, ਮੇਰੀ ਆਪਣੀ ਲਾਈਫ ਹੈ। ਮੈਂ ਆਪਣੇ ਮਾਪਿਓ ਨੂੰ ਬਹੁਤ ਬੁਰੀ ਤਰ੍ਹਾਂ ਪ੍ਰੋਟੈਕਟ ਕੀਤਾ ਹੈ ਫਰੋਮ ਦਾ ਵਰਲਡ ਵਿਚ ਇਜ਼ ਆਫਟਰ ਲਾਈਫ। ਜੀ ਜੀ ਗੁਰਪ੍ਰੀਤ ਜੀ, ਬਿਲਕੁਲ ਜੀ, ਬਹੁਤ ਹੀ ਭਾਵਕ ਇਹ ਦ੍ਰਿਸ਼ ਹੈ, ਮਤਲਬ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ। ਜੇ ਤੁਸੀਂ ਦੋਸਤੋ ਇਸ ਸਮੇਂ ਇੱਥੇ ਹੋਵੋ ਜਾਂ ਤੁਸੀਂ ਇਸ ਸੰਸਥਾ ਦੇ ਵਿੱਚ ਆਓ, ਜਦੋਂ ਵੀ ਤੁਸੀਂ ਵਿਦੇਸ਼ ਤੋਂ ਇੱਧਰ ਆਓ, ਪੰਜਾਬ ਆਓ, ਤਾਂ ਜ਼ਰੂਰ ਤੁਸੀਂ ਇੱਥੇ ਗੇੜਾ ਲਾ ਕੇ ਜਾਓ, ਇਹਨਾਂ ਮਰੀਜ਼ਾਂ ਦੇ ਨਾਲ ਮਿਲੋ, ਇਹਨਾਂ ਮਰੀਜ਼ਾਂ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਕਰੋ, ਇਹਨਾਂ ਵਿਅਕਤੀਆਂ ਦੇ ਨਾਲ ਗੱਲਾਂ ਬਾਤਾਂ ਕਰੋ ਜਿਹੜੇ ਜ਼ਿੰਦਗੀ ਤੋਂ ਟੁੱਟੇ ਹੋਏ ਆ, ਅਤੇ ਆਪਣੇ ਪਰਿਵਾਰਾਂ ਨੂੰ ਵੀ ਅੱਜ ਵੀ ਮੁਹੱਬਤ ਜਿਹੜੇ ਆ ਪਿਆਰ ਅੱਜ ਵੀ ਭੇਜਦੇ ਨੇ। ਜੀ ਗੁਰਪ੍ਰੀਤ ਜੀ, ਅੱਗੇ ਇੱਕ ਜਿਹੜੀ ਤੁਸੀਂ ਮੈਨੂੰ ਸ਼ੁਰੂਆਤ ਦੇ ਵਿੱਚ ਜਦੋਂ ਮੈਂ ਆਇਆ ਸੀ ਉਦੋਂ ਤੁਸੀਂ ਗੱਲ ਕੀਤੀ ਸੀ, ਇੱਕ ਬੱਚਾ ਜਿਹੜਾ ਤੁਸੀਂ ਲੈ ਕੇ ਆਏ, ਉਹ ਮਨੁੱਖ ਕਿੱਥੋਂ ਤੱਕ ਜਿਹੜੇ ਗਿਰ ਜਾਂਦੇ ਨੇ, ਕਿਹਾ ਕਿ ਉਹਦੇ ਨਾਲ ਜਿਹੜਾ ਕੁਕਰਮ ਜਿਵੇਂ ਕਹਿੰਦੇ ਨੇ ਕਿ ਬੱਚਿਆਂ ਦੇ ਨਾਲ ਅੱਜ ਕੱਲ੍ਹ ਹੁੰਦੇ ਨੇ, ਤੁਸੀਂ ਕਿਹਾ ਕਿ ਉਹਦੀ ਹਾਲਤ ਜਦੋਂ ਤੁਸੀਂ ਦੇਖੀ ਕਿ ਬਹੁਤ ਸਾਰਾ ਬੁਰਾ ਜਿਹੜਾ ਉਹਦੇ ਨਾਲ ਹੋਇਆ ਸੀਗਾ, ਉਸ ਬੱਚੇ ਦੇ ਬਾਰੇ ਪਲੀਜ਼ ਤੁਸੀਂ ਦੱਸੋ। ਉਹ ਬੱਚਾ ਵੀ ਤੁਸੀਂ ਇੱਥੇ ਬੁਲਾ ਲਓ ਜੀ, ਤਾਂ ਕਿ ਉਹਦਾ ਤਸਵੀਰਾਂ ਜਿਹੜੀਆਂ ਸੀ ਉਹ ਵੀ ਜਿਹੜੀਆਂ ਸਾਂਝੀਆਂ ਕਰ ਦਈਏ। ਜੀ ਗੁਰਪ੍ਰੀਤ, ਤੁਸੀਂ ਆਪਣੀ ਗੱਲ ਸਾਂਝੀ ਕਰ ਦਿਓ ਜੀ ਪਲੀਜ਼। ਇਹ ਨਾ ਜੀ, ਅੱਜ ਕੱਲ੍ਹ ਇਹ ਦੁਨੀਆ ਜਿਹੜੀ ਇੰਨੀ ਜ਼ਿਆਦਾ ਗਿਰ ਚੁੱਕੀ ਹੈ, ਗਰਕ ਚੁੱਕੀ ਹੈ, ਉਹਦਾ ਇੱਕ ਬੜਾ ਜਿਉਂਦਾ ਜਾਗਦਾ ਸਰੂਪ ਆ। ਮੈਂ ਅੱਜ ਤੱਕ ਇਹ ਚੀਜ਼ ਅਸੀਂ ਕਦੇ ਡਿਸਕਲੋਜ਼ ਨਹੀਂ ਕੀਤੀ ਸੀਗੀ, ਕਿਉਂਕਿ ਇੱਕ ਬੱਚੇ ਦੀ ਲਾਈਫ ਵੀ ਇਸ ਚੀਜ਼ ਨਾਲ ਜੁੜੀ ਹੋਈ ਸੀਗੀ, ਅਤੇ ਅਸੀਂ ਉਸ ਟਾਈਮ ਵੀ ਸਾਨੂੰ ਕਾਫੀ ਬੰਦਿਆਂ ਨੇ ਇਹ ਗੱਲ ਕਹੀ ਸੀਗੀ ਵੀ ਤੁਸੀਂ ਇਹਨੂੰ ਆਪਾਂ ਪੁਲਿਸ ਰਿਪੋਰਟ ਕਰੀਏ ਜਾਂ ਕਿੱਦਾਂ। ਮੈਂ ਕੋਸ਼ਿਸ਼ ਵੀ ਕੀਤੀ ਪਰ ਹੋ ਨਹੀਂ ਸਕੀ, ਕਿਉਂਕਿ ਨਾ ਤਾਂ ਬੱਚੇ ਦਾ ਨਾਮ ਪਤਾ ਸੀ, ਨਾ ਐਡਰੈਸ ਪਤਾ ਸੀ, ਕੌਣ ਕਿਹਨੇ ਕੀਤਾ ਇਹ ਵੀ ਨਹੀਂ ਪਤਾ ਸੀ। ਜਦੋਂ ਬੱਚਾ ਸਾਨੂੰ ਮਿਲਿਆ ਸਾਡੇ ਢਾਬੇ 'ਤੇ, ਜਦੋਂ ਜਿਵੇਂ ਦੱਸਿਆ ਸੀ ਸੇਵਾ ਸ਼ੁਰੂ ਹੋਈ ਉੱਥੇ, ਇੱਕ ਦਿਨ ਅਸੀਂ ਸਵੇਰੇ ਸਾਜ ਰਹੇ, ਜਦੋਂ ਉੱਥੇ ਬਾਹਰ ਨਿਕਲ ਕੇ ਦੇਖਿਆ ਤਾਂ ਇੱਕ ਬੱਚਾ ਸਾਡੇ ਬਾਹਰ ਢਾਬੇ 'ਤੇ ਬੈਠਾ, ਤਾਂ ਸਾਡੇ ਜਿਹੜੇ ਇੰਚਾਰਜ ਆ ਢਾਬੇ ਦਾ, ਉਹਨੇ ਦੱਸਿਆ ਵੀ ਇੱਕ ਉਹ ਬੱਚਾ ਬੈਠਾ ਰੋ ਰਿਹਾ। ਤਾਂ ਜਦੋਂ ਅਸੀਂ ਮੈਂ ਅਤੇ ਵੀਰਿੰਦਰ ਅਸੀਂ ਉਹਦੇ ਕੋਲ ਜਾ ਕੇ ਦੇਖਿਆ ਤਾਂ ਜਵਾਕ ਦੀ ਬਹੁਤ ਹਾਲਤ ਮਾੜੀ ਸੀ, ਉਹਦੇ ਜ਼ਖਮ ਹੋਏ ਸੀ ਗੋਡਿਆਂ 'ਤੇ, ਗਿੱਟਿਆਂ 'ਤੇ ਬਹੁਤ ਜ਼ਿਆਦਾ। ਚਲੋ ਅਸੀਂ ਉਹਨੂੰ ਪਿੱਛੇ ਲਿਜਾ ਕੇ ਆਪਦੇ ਢਾਬੇ 'ਤੇ ਰੋਟੀ ਪਾਣੀ ਖਵਾਇਆ, ਚਾਹ ਪਲਾਈ, ਥੋੜ੍ਹਾ ਠੀਕ ਹੋਣ ਤੋਂ ਬਾਅਦ ਉਹਨੂੰ ਜਦੋਂ ਇਹਨੂੰ ਸਾਡੀ ਇੱਕੋ ਹੀ ਏਮ ਹੁੰਦਾ ਸੀ ਸਭ ਤੋਂ ਪਹਿਲਾਂ ਮੈਡੀਕਲ ਟ੍ਰੀਟਮੈਂਟ ਦੇ ਕੇ ਨਵਾਉਣਾ। ਉਹਦੇ ਜਦੋਂ ਬੋਡੀ ਅਸੀਂ ਚੈੱਕ ਕੀਤੀ ਤਾਂ ਕਾਫੀ ਜ਼ਖਮ ਸੀ ਉਹਦੇ ਸਰੀਰ ਦੇ ਉੱਪਰ। ਚਲੋ ਅਸੀਂ ਨਵਾਇਆ, ਨਵਾ ਕੇ ਉਹਨੂੰ ਅਸੀਂ ਪੱਟੀਆਂ ਪੁੱਟੀਆਂ ਕਰਕੇ ਆਪਣੇ ਕੋਲ ਰੱਖਿਆ, ਤਾਂ ਪਰ ਅਸੀਂ ਇੱਕ ਚੀਜ਼ ਨੋਟ ਕੀਤੀ, ਇਸ ਚੀਜ਼ ਦਾ ਅੱਜ ਤੱਕ ਕੋਈ ਐਗਜ਼ਾਮੀਨਰ ਨਹੀਂ ਕੀਤਾ ਗਿਆ, ਸਾਨੂੰ ਪਤਾ ਨਹੀਂ। ਪਰ ਜਦੋਂ ਵੀ ਉਹ ਵੀਰ, ਉਹ ਬੱਚਾ ਬਹੁਤ ਪ੍ਰੋਬਲਮ ਸੀ, ਉਹ ਤੋਂ ਬੈਠ ਵੀ ਨਹੀਂ ਹੁੰਦਾ ਸੀਗਾ, ਕਾਫੀ ਦਿੱਕਤ ਸਾਹਮਣਾ ਕਰਨਾ ਪੈਂਦਾ ਸੀ ਉਹਨੂੰ ਜੀ। ਅਤੇ ਪਰ ਸੱਚੇ ਪਾਤਸ਼ਾਹ ਨੇ ਇਹੋ ਜਿਹੀ ਮਿਹਰ ਕੀਤੀ, ਉਹ ਬੱਚਾ ਹੌਲੀ ਹੌਲੀ ਠੀਕ ਹੁੰਦਾ ਹੁੰਦਾ ਬੋਲਣ ਵੀ ਲੱਗ ਗਿਆ, ਆਪਣਾ ਨਾਮ ਵੀ ਦੱਸਿਆ ਉਹਨੇ ਆ ਕੇ ਸਾਨੂੰ। ਉਸ ਤੋਂ ਬਾਅਦ ਅੱਜ ਸਾਡੇ ਕੋਲ ਰਹਿੰਦਾ, ਪਿਛਲੇ 7-8 ਮਹੀਨਿਆਂ ਤੋਂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਠੀਕ ਆ। ਇਹਨੂੰ ਜਾਣੀ ਕਿ ਬਹੁਤ ਜ਼ਿਆਦਾ ਪ੍ਰੋਬਲਮ ਸੀ, ਕੋਈ ਚੀਜ਼ ਪਚਦੀ ਨਹੀਂ ਸੀਗੀ, ਅਤੇ ਉਲਟੀਆਂ ਹਰੇਕ ਚੀਜ਼ ਖਾਣ ਤੋਂ ਬਾਅਦ ਉਲਟੀ ਕਰ ਦਿੰਦਾ ਸੀ। ਉਹਨਾਂ ਦਾ ਟੈਸਟ ਸੁਣਨ ਤੋਂ ਬਾਅਦ ਪਤਾ ਲੱਗਿਆ ਉਹਨੂੰ ਬੀਟ ਐਲਰਜੀ, ਉਹਨਾਂ ਦਾ ਇਲਾਜ ਚੱਲਦਾ, ਬੱਚਾ ਸਾਡੇ ਕੋਲ ਠੀਕ ਤੰਦਰੁਸਤ ਰਹਿ ਰਿਹਾ। ਸਾਡਾ ਛੋਟਾ ਭਰਾ ਬੜਾ ਨਟੋਰੀਅਸ ਬੱਚਾ, ਸਾਡਾ ਬਹੁਤ ਖੇਡਦਾ, ਹੱਸਦਾ ਖੇਡਦਾ ਰਹਿੰਦਾ। ਪਰ ਅੱਜ ਕੱਲ੍ਹ ਦੀ ਦੁਨੀਆ ਦੀ ਗਰਕਣ ਦੀ ਗੱਲ ਕਰਦੇ ਹਾਂ ਵੀ ਇੱਦਾਂ ਦੇ ਬੱਚਿਆਂ ਨੂੰ ਵੀ ਲੋਕਾਂ ਨੇ ਲੋਕ ਬਖਸ਼ ਦੇ ਨਹੀਂ। ਮੰਦ ਬੁੱਧੀ ਬੱਚਾ ਜਿਹਦੀ ਮੈਂਟਲੀ ਕਿਡਨੀ ਠੀਕ ਨਹੀਂ, ਅਤੇ ਉਮਰ ਜਿਹਦੀ ਇੰਨੀ ਛੋਟੀ ਹੋਣ ਦੇ ਬਾਅਦ ਜਿਹਨੂੰ ਪਤਾ ਵੀ ਨਹੀਂ ਮੇਰੇ ਨਾਲ ਕੀ ਹੋ ਗਿਆ, ਇੱਦਾਂ ਦੀਆਂ ਹਰਕਤਾਂ ਲੋਕਾਂ ਨੇ ਅੱਜ ਕੱਲ੍ਹ ਦੀ ਇਨਸਾਨੀਅਤ ਮਾਰੀ ਹੋਈ ਨੇ ਕੀਤੀਆਂ। ਜੀ ਬਿਲਕੁਲ ਜੀ, ਬਹੁਤ ਦਰਦ ਮਹਿਸੂਸ ਹੁੰਦਾ ਕਿ ਮਨੁੱਖਤਾ ਕਿੱਥੋਂ ਤੱਕ, ਜਿਹੜੇ ਸਾਡੇ ਸਮਾਜ ਦੇ ਮਨੁੱਖ ਨੇ ਕਿੱਥੋਂ ਤੱਕ ਜਿਹੜੇ ਆ ਉਹ ਇਹਨਾਂ ਸਮੱਸਿਆਵਾਂ ਨੂੰ ਨਹੀਂ ਦੇਖਦੇ, ਸਿਰਫ ਆਪਣੇ ਨਿੱਜ ਤੱਕ ਹੀ ਸੀਮਤ ਹੋ ਗਿਆ ਕਿ ਸਿਰਫ ਸਾਡੇ ਘਰ ਹੋਣੇ ਚਾਹੀਦੇ ਆ, ਸਾਡੀਆਂ ਕੋਠੀਆਂ ਹੋਣੀਆਂ ਚਾਹੀਦੀਆਂ, ਸਾਡੀਆਂ ਕਾਰਾਂ ਹੋਣੀਆਂ ਚਾਹੀਦੀਆਂ, ਇੱਥੋਂ ਤੱਕ ਕਿ ਵੱਡੇ ਵੱਡੇ ਜਿਹੜੇ ਆ ਡੇਰਿਆਂ ਦੇ ਵਿੱਚ ਦਾਨ ਕਰ ਦਿੰਦੇ ਹਾਂ ਅਸੀਂ,
ਨਹੀਂ ਅਤੇ ਪਰ ਇਹ ਹੈ ਕਿ ਉਹ ਦਾਨ ਕਿੱਥੇ ਜਾਂਦਾ, ਕਿੰਨਾ ਤੱਕ ਪਹੁੰਚਦਾ ਹੈਗਾ, ਪਰ ਇਹ ਮਨੁੱਖ ਕਿੱਥੇ ਫਿਰਦੇ ਨੇ? ਅਤੇ ਅੱਗੇ ਮੈਂ ਗੁਰਪ੍ਰੀਤ ਜੀ ਗੱਲ ਜਿਹੜੀ ਆ ਸਾਂਝੀ ਕਰਨਾ ਚਾਹਾਂਗਾ ਜੀ, ਇਹਨਾਂ ਬਾਰੇ ਤੁਸੀਂ ਦੱਸਣਾ ਚਾਹੁੰਦੇ ਸੀ, ਧੀਰੂ ਇਹਨਾਂ ਦਾ ਨਾਮ, ਇਹਨਾਂ ਦਾ ਤੀਜੇ ਨੰਬਰ 'ਤੇ ਤੁਹਾਡੇ ਕੋਲ ਆਏ ਸੀ ਨਾ ਜੀ, ਜੀ ਬੱਬੂ ਜੀ ਤੋਂ ਬਾਅਦ ਜੀ ਜੀ ਇਹ ਵੀਰ ਆ ਸਾਡਾ ਜਿਹੜਾ ਨੌਜਵਾਨ ਵੀਰ ਆ ਜਿਹਦੀ ਉਮਰ 26-27 ਸਾਲ ਉਮਰ ਆ, ਜਿਵੇਂ ਕਿ ਤੁਸੀਂ ਦੇਖ ਨਹੀਂ ਸਕਦੇ ਹੋ ਅੰਦਾਜ਼ਾ ਲਾ ਸਕਦੇ, ਵੀਰ ਸਾਨੂੰ ਬਹੁਤ ਹੀ ਮਾੜੀ ਹਾਲਤ 'ਚ ਮਿਲਿਆ ਸੀ। ਸਾਡੀਆਂ ਪੋਸਟਾਂ ਤੁਸੀਂ ਦੇਖੋਗੇ ਜਾ ਕੇ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪੇਜ ਦਾ ਨਾਮ ਆ ਸਾਡਾ। ਸੋਰੀ ਮੈਂ ਕਰੈਕਸ਼ਨ ਕਰਨਾ ਚਾਹਾਂਗਾ, ਸਾਡੀ ਸੰਸਥਾ ਰਜਿਸਟਰਡ ਹੋਈ ਹੈ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਨਾਮ 'ਤੇ ਆ, ਪਰ ਪੇਜ ਦਾ ਨਾਮ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ। ਅਤੇ ਇਹ ਵੀਰ ਸਾਨੂੰ ਮਿਲਿਆ, ਇਹਦੀ ਹਾਲਤ ਇੰਨੀ ਮਾੜੀ ਸੀ ਜਾਣੀ ਕਿ ਜੂਨ ਦੇ ਮਹੀਨੇ ਜੁਲਾਈ ਦੇ ਮਹੀਨੇ 'ਚ ਮਿਲਿਆ, ਅਤੇ ਇਹਦੇ ਕੱਪੜੇ ਇੰਨੇ ਮੋਟੇ ਤਰਪਾਲ ਆ ਕੇ ਪਾਏ ਹੋਏ ਸੀ ਜਿਹੜੇ ਕਿ ਸਿਆਲਾਂ ਵਾਲੇ ਕੱਪੜੇ ਸੀ, ਬਹੁਤ ਹੀ ਮਾੜੀ ਹਾਲਤ 'ਚ ਵੀਰ ਦੇ ਵਾਲਾਂ ਦਾ ਹਾਲ, ਜਾਣੀ ਕਿ ਗੁੱਛੇ ਬਣੇ ਹੋਏ ਐਡੇ ਐਡੀਆਂ ਜਟਾਂ, ਅਤੇ ਜਦੋਂ ਅਸੀਂ ਇਹਨੂੰ ਮਿਲੇ ਦੇਖਿਆ ਹਾਲਾਤ ਵੀ ਸਰਦਾਰ ਬੰਦਾ ਇਸ ਹਾਲਾਤ 'ਚ ਫਿਰਦਾ, ਜਿਹੜਾ ਸਿਰ ਦੇ ਉੱਤੇ ਪਰਨਾ ਬੰਨਿਆ ਹੋਇਆ ਸੀਗਾ ਉਹ ਵੀ ਇੰਨਾ ਗੰਦਾ ਹੋ ਚੁੱਕਿਆ ਸੀ, ਜਾਣੀ ਕਿ ਉਹ ਵੀ ਖਿੱਚ ਕੇ ਲਾਉਣ ਵਾਲਾ ਪਿਆ ਇਹਦੇ ਸਿਰ ਤੋਂ, ਸਾਨੂੰ ਵਾਲ ਉਹਦੇ ਵਿੱਚ ਫਸੇ ਹੋਏ ਸੀ ਇੰਨੇ ਜ਼ਿਆਦਾ। ਅਤੇ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਜਿਹੜੀ ਮਿਹਰ ਕਰੀ, ਇਸ ਵੀਰ ਨੂੰ ਅਸੀਂ ਲੈ ਕੇ ਢਾਬੇ ਦੇ ਚਲ ਚਾਹ ਪਾਣੀ ਪਿਲਾਇਆ, ਜਦੋਂ ਇਹਨੂੰ ਨਹਾਉਣ ਲੱਗੇ ਤਾਂ ਅਸੀਂ ਇਹਦਾ ਸਰੀਰ ਦੇਖਿਆ, ਬਾਈ ਜੀ ਇੰਨੀ ਮਾੜੀ ਹਾਲਤ 'ਚ ਅੱਜ ਤੱਕ ਸਾਡੇ ਕੋਲ ਤੱਕ ਬੰਦਾ ਨਹੀਂ ਆਇਆ, ਜਿੰਨੀ ਹਾਲਤ ਬਹੁਤ ਹੀ ਕਾਲਾ ਸਰੀਰ, ਮੈਲ ਇੰਨੀ ਮੈਲ ਜੰਮੀ ਹੋਈ ਵੀਰ ਦੇ, ਜਦੋਂ ਇਹਨੂੰ ਅਸੀਂ ਸ਼ੈਂਪੂ ਲਾਉਣ ਲੱਗੇ ਤਾਂ ਇਹਨੇ ਅੰਗਰੇਜ਼ੀ ਦੇ ਵਿੱਚ ਪੜ੍ਹਨਾ ਸ਼ੁਰੂ ਕੀਤਾ, ਪੂਰੀ ਇੰਗਲਿਸ਼ ਜਾਣਦਾ ਜੀ, ਲਾਟੇਦਾਰ ਵਧੀਆ ਪੜ੍ਹੇ ਲਿਖੇ ਪਰ ਲੁਧਿਆਣੇ ਦੀ ਹਰ ਇੱਕ ਗਲੀ ਨੂੰ ਜਾਣਦਾ, ਪੰਜਾਬ ਦੇ ਬਹੁਤ ਕੋਨੇ ਇਹੋ ਜਿਹੇ, ਲੁਧਿਆਣਾ ਅੰਮ੍ਰਿਤਸਰ ਬਾਰੇ ਪੂਰੀ ਜਾਣਕਾਰੀ ਹੈ ਇਹਨੂੰ, ਪਰ ਇਹਨੂੰ ਇੱਕ ਆਪਣਾ ਨਾਂ ਨਹੀਂ ਪਤਾ ਜੀ। ਇਹਦਾ ਧੀਰੂ ਨਾਮ ਵੀ ਅਸੀਂ ਇਸ ਕਰਕੇ ਰੱਖਿਆ ਵੀ ਇਹਨੇ ਜਿਸ ਦਿਨ ਪਹਿਲੇ ਦਿਨ ਸਾਡੇ ਕੋਲ ਆਇਆ ਸੀ ਇਹਨੇ ਆਪਣਾ ਨਾਮ ਧੀਰੂ ਦੱਸਿਆ ਸੀਗਾ, ਤਾਂ ਉਹੀ ਪੇਜ ਦੇ ਉੱਪਰ ਮੈਂ ਨਾਮ ਪਾਤਾ ਇਹਦਾ ਧੀਰੂ, ਉਹਦੇ ਨਾਂ 'ਤੇ ਅਸੀਂ ਇਹਨੂੰ ਬੁਲਾਉਣ ਲੱਗ ਗਏ। ਪਰ ਇਹਨੂੰ ਅੱਜ ਵੀ ਜੇ ਇਹਦਾ ਨਾਮ ਪੁੱਛਦੇ ਹਾਂ ਤਾਂ ਜਿੰਨੀ ਵਾਰੀ ਇਹਨੂੰ ਨਾਮ ਪੁੱਛਿਆ ਜਾਂਦਾ ਇਹਦਾ, ਤਾਂ ਇਹ ਹਰੇਕ ਵਾਰੀ ਆਪਦਾ ਨਾਮ ਵੀ ਬਦਲ ਕੇ ਦੱਸਦਾ, ਆਪਦੇ ਫਾਦਰ ਦਾ ਨਾਮ ਵੀ, ਮੁਹੱਲੇ ਦਾ ਨਾਮ ਵੀ, ਕਿਉਂਕਿ ਇਹਦੀ ਮੈਮਰੀ ਹੈ ਜਿਹੜੀ ਉਹ ਬਿਲਕੁਲ ਖਤਮ ਹੋਈ ਹੋਈ ਹੈ। ਸ਼ੋਰਟ ਜਿਵੇਂ ਕਹਿ ਦਈਏ ਸੱਟ ਸਿਰ ਦੇ ਵਿੱਚ ਵੱਜਣ ਕਰਕੇ ਬ੍ਰੇਨ ਵਾਸ਼ ਹੋ ਗਿਆ, ਤਾਂ ਸੱਟ ਇਹਦੇ ਸਿਰ ਦੇ ਵਿੱਚ ਇੱਕ ਲੱਗੀ ਹੋਈ ਹੈ, ਕਾਫੀ ਪੁਰਾਣੀ ਡੂੰਘੀ ਸੱਟ ਆ, ਆਰਾਮ ਆਇਆ ਹੋਇਆ ਪਰ ਸੱਟ ਦੇ ਵਿੱਚ ਉਂਗਲ ਪੈਂਦੀ ਆ, ਉਹਦੇ ਕਰਕੇ ਇਹਦੀ ਮੈਮਰੀ ਸਾਰੀ ਲੋਸ ਹੋ ਗਈ ਆ। ਅਤੇ ਇਹ ਵੀਰ ਨੂੰ ਜੇ ਕੋਈ ਪਛਾਣਦਾ ਵੀ ਹੋਵੇ, ਮੈਂ ਬਹੁਤ ਵਾਰੀ ਵੀਡੀਓ ਵੀ ਪਾਈਆਂ ਇਹ ਵੀਰ ਦੀਆਂ, ਜੇ ਕੋਈ ਸਾਨੂੰ ਜ਼ਰੂਰ ਮਿਲੇ, ਪਰ ਇਹ ਵੀਰ ਇੰਨਾ ਵਧੀਆ ਵਾ, ਜਾਣੀ ਕਿ ਸਾਡੇ ਨਾਲ ਇੰਨਾ ਵਧੀਆ ਤਰੀਕੇ ਨਾਲ ਰਹਿੰਦਾ, ਭਰਾਵਾਂ ਵਾਂਗੂ ਸਾਡਾ ਪਿਆਰ ਆ ਇਹਦੇ ਨਾਲ, ਅਤੇ ਬੜੇ ਵਧੀਆ ਪਰਿਵਾਰ ਨੂੰ ਬਿਲੋਂਗ ਕਰਦਾ ਆ ਇਹ, ਪਰ ਸੱਚੇ ਪਾਤਸ਼ਾਹ ਨੇ ਪਤਾ ਨਹੀਂ ਕਿਉਂ ਇਹਨੂੰ ਇਹ ਸਜ਼ਾ ਦਿੱਤੀ ਹੋਈ ਹੈ ਵੀ ਆਪਦੇ ਪਰਿਵਾਰ ਨੂੰ ਨਹੀਂ ਮਿਲ ਸਕਦਾ, ਪਰ ਅੱਜ ਸਾਡੇ ਵਿੱਚ ਹੀ ਪਰਿਵਾਰ ਵਾਂਗੂ ਹੀ ਰਹਿੰਦਾ, ਸਾਡੇ ਘਰਾਂ 'ਚ ਵੀ ਜਾਂਦਾ ਇਹ ਜੀ। ਧੀਰੂ ਵੀਰੇ ਤੇਰਾ ਨਾਂ ਜਿਹੜਾ ਕੀ ਦੱਸਿਆ ਸੀ, ਇੱਕ ਤਾਂ ਧੀਰੂ ਲੈਂਦੇ, ਹੋਰ ਨਾਂ ਕੀ ਹੈ? ਇੰਦਰਪ੍ਰੀਤ ਸਿੰਘ ਹੈ ਜੀ। ਇੰਦਰਪ੍ਰੀਤ ਸਿੰਘ, ਅੱਛਾ, ਤੇ ਕਿੰਨਾ ਪੜ੍ਹਿਆ ਵਾ ਤੂੰ? ਮੈਂ 8 ਜਮਾਤਾਂ ਪੜ੍ਹਿਆ ਜੀ। 8 ਜਮਾਤਾਂ ਪੜ੍ਹਿਆ ਵਾ, ਅੱਛਾ, ਤੇ ਪਿੰਡ ਕਿਹੜਾ ਪਿਛਲਾ? ਪਿੰਡ ਮੇਰਾ ਪਿਛਲਾ ਅੰਮ੍ਰਿਤਸਰ ਹੈ ਜੀ। ਅੰਮ੍ਰਿਤਸਰ ਹੈ, ਠੀਕ ਹੈ, ਤੇ ਹੁਣ ਇੱਥੇ ਕਿਵੇਂ ਮਹਿਸੂਸ ਕਰਦਾਂਗਾ, ਇੱਥੇ ਰਹਿ ਕੇ ਖੁਸ਼ੀ ਹੁੰਦੀ ਆ? ਹਾਂ ਠੀਕ ਹੈ। ਇਹ ਸਾਰੇ ਮਿੱਤਰ ਠੀਕ ਹੀ ਆ? ਹਾਂਜੀ। ਇਹ ਸਾਰੇ ਮਿੱਤਰ ਆ ਤੇਰੇ? ਹਾਂਜੀ, ਦੋਸਤ ਜੀ। ਦੋਸਤ ਨੇ ਸਾਰੇ, ਹੈ ਨਾ? ਹਾਂਜੀ। ਚੰਗੀ ਸੇਵਾ ਕਰਦੇ ਆ? ਹਾਂਜੀ ਹਾਂਜੀ ਜੀ, ਠੀਕ ਹੈ, ਤੇ ਗੁਰਪ੍ਰੀਤ ਜੀ ਪਿਆਰ ਕਰਦੇ ਆ ਪੂਰਾ? ਹਾਂ ਹਾਂਜੀ ਹਾਂਜੀ, ਠੀਕ ਹੈ ਠੀਕ ਹੈ। ਗੁਰਪ੍ਰੀਤ ਜੀ, ਇੱਕ ਹੋਰ ਕੇਸ ਜਿਹੜਾ ਤੁਸੀਂ ਮੇਰੇ ਨਾਲ ਸਾਂਝਾ ਕੀਤਾ ਸੀਗਾ, ਉਹ ਵੀ ਇੱਕ ਬੱਚਾ ਹੈਗਾ ਜਿਹਦੇ ਬਾਰੇ ਕਹਿੰਦੇ ਨੇ ਕਿ ਵੀ ਲੋਕ ਅਸੀਂ ਆਪਸ ਦੇ ਵਿੱਚ ਗੱਲਾਂ ਕਰਨੀਆਂ ਛੱਡ ਦਿੱਤੀਆਂ। ਮੈਂ ਅਕਸਰ ਪ੍ਰੋਗਰਾਮਾਂ ਦੇ ਵਿੱਚ ਗੱਲ ਕਰ ਦਿੰਦਾ ਕਿ ਅਸੀਂ ਵਟਸਐਪ 'ਤੇ, ਅਸੀਂ ਨਾਲ ਸਾਡੀ ਘਰ ਵਾਲੀ ਬੈਠੀ ਹੁੰਦੀ ਆ, ਬੱਚੇ ਬੈਠੇ ਹੁੰਦੇ ਆ, ਅਸੀਂ ਉਹਦੇ ਨਾਲ ਗੱਲ ਕਰਨ ਦੀ ਸਿਵਾਏ ਅਸੀਂ ਵਟਸਐਪ ਰਾਹੀਂ, ਫੇਸਬੁੱਕ ਰਾਹੀਂ ਅਸੀਂ ਦੂਰ ਬੈਠੇ ਕਿਸੇ ਬੰਦੇ ਨਾਲ ਗੱਲ ਕਰਨ ਲੱਗ
ਲੱਗ ਜਾਂਦੇ ਹਾਂ, ਸਾਡਾ ਇੱਕ ਦੂਜੇ ਨਾਲ ਰਾਬਤਾ ਟੁੱਟ ਗਿਆ। ਅਤੇ ਉਸੇ ਤਰ੍ਹਾਂ ਦਾ ਕੇਸ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਸੀ ਬੱਚਾ, ਮੈਂ ਪਲੀਜ਼ ਵੀਡੀਓ ਜਿਹੜੀ ਤੁਸੀਂ ਉਸ ਬੱਚੇ 'ਤੇ ਵੀ ਲੈ ਜਾਓ ਅਤੇ ਨਾਲ ਨਾਲ ਆਡੀਓ ਜਿਹੜੀ ਉਹ ਮਹਿਸੂਸ ਕਰੀ ਚੱਲੇ, ਕਿਉਂਕਿ ਇਸ ਸਮੇਂ ਤੁਸੀਂ ਆਡੀਓ ਵੀ ਸੁਣ ਰਹੇ ਹੋ। ਅਤੇ ਉਹ ਬੱਚਾ ਜਿਹੜਾ ਤੁਸੀਂ ਦੇਖਿਆ ਕਿ ਬਹੁਤ ਜ਼ਿਆਦਾ ਬਿਮਾਰ ਸੀ, ਅਤੇ ਲੋਕ ਜਿਹੜੇ ਆਲੇ ਦੁਆਲੇ ਦੇ ਕਹਿ ਰਹੇ ਸੀਗੇ ਕਿ ਇਹ ਤਾਂ ਬੋਲਦਾ ਨਹੀਂ ਗਾ ਜੀ, ਇਹ ਤਾਂ ਕੁਝ ਕਹਿੰਦੇ ਨਹੀਂ, ਇਹਦੇ ਤਾਂ ਮਤਲਬ ਇਹ ਸੁਣਦਾ ਵੀ ਨਹੀਂ ਹੈ, ਕਿਸੇ ਦੀ ਇਹਨੂੰ ਰੋਟੀ ਦੇ ਦੀ ਖਾ ਲੈਂਦਾ। ਪਰ ਜਦੋਂ ਤੁਸੀਂ ਇਹਨੂੰ ਲੈ ਕੇ ਆਏ, ਬਾਅਦ ਵਿੱਚ ਇਹਨੇ ਆਪਣਾ ਨਾਂ ਵੀ ਦੱਸਿਆ, ਆਪਣਾ ਪਿੰਡ ਵੀ ਦੱਸਿਆ, ਕਿੱਥੋਂ ਦਾ ਰਹਿਣ ਵਾਲਾ, ਆਪਣੇ ਪਿਓ ਦਾ ਨਾਂ, ਆਪਣੀ ਮਾਂ ਦਾ ਨਾਂ ਦੱਸਿਆ ਗਾ, ਇਹ ਸਾਰੀ ਜਿਹੜੀ ਵਾਕਿਆ ਜਿਹੜਾ ਤੁਸੀਂ ਸਾਂਝਾ ਕਰੋ ਪਲੀਜ਼। ਇਹ ਸਭ ਤੋਂ ਲੇਟੈਸਟ ਇੱਕ ਬੱਚਾ ਸਾਡੇ ਕੋਲ ਪੇਜ 'ਤੇ, ਜਦੋਂ ਸਾਡੇ ਤੁਸੀਂ ਖੋਲ੍ਹ ਕੇ ਦੇਖੋਗੇ ਤੁਹਾਨੂੰ ਲੇਟੈਸਟ ਵੀਡੀਓ ਸਾਡੀ ਇਸੇ ਬੱਚੇ ਦੀ ਮਿਲੂ। ਇਹਦਾ ਨਾਮ ਆਸ਼ੀਸ਼ ਆ ਜੀ। ਇਸ ਬੱਚੇ ਬਾਰੇ ਮੈਨੂੰ ਸਾਡੇ ਉੱਥੇ ਇੱਕ ਏਜੰਸੀ ਆਈ ਲੱਡੋਵਾਲ ਚੌਂਕ ਦੇ ਵਿੱਚ ਲੁਧਿਆਣੇ, TVS ਮੋਟਰਸਾਈਕਲ ਦੀ, ਉੱਥੋਂ ਭੈਣ ਕਾਫੀ ਵਾਰੀ ਮੈਨੂੰ ਉਹਨੇ ਫੋਨ ਕੀਤਾ ਪਿਛਲੇ ਡੇਢ ਹਫ਼ਤੇ ਤੋਂ ਵੀ ਸਾਡੇ ਇੱਕ ਬੱਚਾ ਫਿਰਦਾ ਵਾ, ਵੀ ਉਹ ਬੋਲਦਾ ਵੀ ਨਹੀਂ ਗਾ, ਮੈਂ ਬਿਜ਼ੀ ਹੋਣ ਕਰਕੇ ਸਾਡੇ ਪੇਸ਼ੈਂਟ ਕਾਫੀ ਬਿਮਾਰ ਸੀ, ਮੈਂ ਜਾ ਨਹੀਂ ਸਕਿਆ। ਨਵੇਤਾ ਸੈਣੀ ਭੈਣ ਦਾ ਨਾਂ ਅਤੇ ਇੱਕ ਪ੍ਰਭਦੀਪ ਮੁੰਡਾ, ਉਹ ਉੱਥੇ ਜੋਬ ਕਰਦੇ ਆ, ਉਹਨਾਂ ਨੇ ਸਾਨੂੰ ਫੋਨ ਕਰਕੇ ਬਾਬਾ ਇਹਦੀਆਂ ਵੀਰ ਦੀਆਂ ਫੋਟੋਆਂ ਭੇਜੀਆਂ। ਅਤੇ ਪਰਸੋਂ ਸ਼ਾਮ ਨੂੰ ਜਦ ਅਸੀਂ ਉੱਥੇ ਗਏ ਜਾ ਕੇ ਦੇਖਿਆ, ਬੱਚਾ ਬੜੀ ਮਾੜੀ ਹਾਲਤ ਸੀ, ਇਹਦੇ ਘੱਟੋ ਘੱਟ 4-5 ਕੋਟ ਪਾਏ ਹੋਏ ਸੀ, ਇੰਨੇ ਗੰਦੇ ਕੱਪੜੇ ਸੀ, ਮੈਲ ਇੰਨੀ ਜ਼ਿਆਦਾ ਲੱਗੀ ਹੋਈ ਸੀ, ਬਹੁਤ ਮਾੜੀ ਕਹਿੰਦੇ ਵਾਲ ਐਡੇ ਐਡੇ ਵਧੇ ਹੋਏ ਸੀ। ਤਾਂ ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਇਹ ਬੱਚਾ ਗੁੰਗਾ ਵਾ, ਬੋਲ ਨਹੀਂ ਪਾਉਂਦਾ ਅਤੇ ਇਹਨੂੰ ਕੁਛ ਨਹੀਂ ਪਤਾ ਵੀ ਕਿੱਥੋਂ ਆਇਆ ਕੌਣ। ਚਲੋ ਅਸੀਂ ਉੱਥੇ ਫੜ ਕੇ ਇਹਨੂੰ ਵੀਰ ਨੂੰ ਥੋੜ੍ਹਾ ਕਰਨਾ ਵੀ ਜ਼ਬਰਦਸਤੀ ਭੱਜਦਾ ਸੀ, ਇਹਨੂੰ ਅਸੀਂ ਬਿਠਾ ਲਿਆ ਉੱਥੇ TVS ਮੋਟਰਸਾਈਕਲ ਏਜੰਸੀ 'ਚ, ਪਾਣੀ ਪਿਲਾਇਆ, ਉੱਥੋਂ ਥੋੜ੍ਹੀ ਮਠਿਆਈ ਮੰਗਾ ਲਈ, ਇਹਨੂੰ ਮਠਿਆਈ ਖਵਾਈ, ਤਾਂ ਇਹ ਇੱਕ ਸੰਤਰਾ ਇਹਨੂੰ ਇੱਕ ਦੁਕਾਨਦਾਰ ਨੇ ਦਿੱਤਾ, ਉਹ ਖਾਣ ਲੱਗ ਗਿਆ, ਤਾਂ ਇਹ ਥੋੜ੍ਹਾ ਕੂਲ ਹੋ ਕੇ ਜਦ ਇਹਨੂੰ ਮੈਂ ਪਿਆਰ ਨਾਲ ਬਿਠਾ ਕੇ 2 ਮਿੰਟ ਪੁੱਛਿਆ ਵੀ ਤੇਰਾ ਨਾਮ ਕੀ ਆ, ਤਾਂ ਇਹਨੇ ਦੱਸਿਆ ਆਪਣਾ ਨਾਮ ਆਸ਼ੀਸ਼ ਦੱਸਿਆ, ਤਾਂ ਇਹ ਫਾਦਰ ਦਾ ਨਾਮ ਪੁੱਛਿਆ, ਤਾਂ ਇਹਨੇ ਆਪਦੇ ਫਾਦਰ ਦਾ ਨਾਮ ਜਤਿੰਦਰ ਦੱਸਿਆ, ਮਦਰ ਦਾ ਨਾਮ ਸੁਧਾ ਦੱਸਿਆ। ਤਾਂ ਜਿਹੜੇ ਲੋਕ ਆਲੇ ਦੁਆਲੇ ਉੱਥੇ ਮੁਹੱਲੇ ਦੇ ਖੜੇ ਸੀ, ਜਾਂ ਜਿਹੜੇ ਵੀਰ ਇਹਨਾਂ ਤੋਂ ਇਹ ਰੋਟੀ ਖਾਂਦਾ ਸੀ ਜਾਂ ਚਾਹ ਪੀਂਦਾ, ਜਿਹਨਾਂ ਦੇ ਘਰਾਂ 'ਚ ਮਾਤਾ ਜੀ ਇੱਕ ਬਜ਼ੁਰਗ ਖੜੇ ਸੀ, ਤਾਂ ਉਹ ਹੈਰਾਨ ਰਹਿ ਕੇ ਦੇਖ ਕੇ ਵੀ ਇਹ ਬੋਲਦਾ ਵਾ, ਕਿਉਂਕਿ ਉਹ ਕਹਿੰਦੇ ਕਦੇ ਬੋਲਿਆ ਹੀ ਨਹੀਂ, ਇਹ 1.5-2 ਸਾਲਾਂ ਨੂੰ ਸਾਡੇ ਕੋਲ ਰਹਿੰਦਾ ਵੀ ਇਹ ਬੋਲ ਹੀ ਨਹੀਂ ਪਾਉਂਦਾ ਸੀ। ਪਰ ਇਸ ਚੀਜ਼ ਤੋਂ ਇਹ ਚੀਜ਼ ਦਾ ਤੁਹਾਡੀ ਗੱਲ ਸਹੀ ਆ, ਸਾਹਮਣੇ ਆਉਂਦੀ ਆ ਵੀ ਅੱਜ ਕੱਲ੍ਹ ਦਾ ਇਨਸਾਨ ਇੰਨਾ ਬਿਜ਼ੀ ਹੋ ਗਿਆ ਵੀ ਸ਼ਾਇਦ ਇਹਨੂੰ ਕਿਸੇ ਨੇ ਬੁਲਾ ਕੇ ਹੀ ਨਹੀਂ ਪੁੱਛਿਆ ਜੀ। ਇਹ ਉਹ ਦੱਸਦੇ ਸੀ ਵੀ ਇਸ਼ਾਰੇ 'ਚ ਇਹ ਕਹਿ ਦਿੰਦਾ ਸੀ ਮੈਂ ਰੋਟੀ ਖਾਣੀ ਆ, ਤਾਂ ਅਸੀਂ ਰੋਟੀ ਦੇ ਦਿੰਦੇ ਸੀ, ਇਹ ਕਹਿ ਦਿੰਦਾ ਸੀ ਇੱਦਾਂ ਮੈਂ ਕੁਛ ਪੀਣਾ ਤਾਂ ਚਾਹ ਜਾਂ ਦੁੱਧ ਦੇ ਦਿੰਦੇ ਸੀ। ਤਾਂ ਲੋਕਾਂ ਦਾ ਅੱਜ ਕੱਲ੍ਹ ਜੀ ਸਿਸਟਮ ਇੰਨਾ ਜ਼ਰੂਰੀ, ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਹਥਿਆਰ ਆ ਜਿਹਦੇ ਕਰਕੇ ਅਸੀਂ ਅੱਜ ਕਿੱਡੀ ਵੱਡੀ ਸੇਵਾ ਕਰ ਰਹੇ ਹਾਂ, ਉਹਦਾ ਹੀ ਇੱਕ ਪ੍ਰਤਾਪ ਆ ਗੁਰੂ ਮਹਾਰਾਜ ਦੀ ਸੇਵਾ ਜਿਹੜੀ ਅਸੀਂ ਇਹ ਸੇਵਾ ਦੇ ਕਰ ਰਹੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਨਾਲ। ਪਰ ਇਹ ਚੀਜ਼ਾਂ ਆਪਣੇ ਨਾਲ ਆਪਣੇ ਤੋਂ ਦੂਰ ਵੀ ਕਰ ਰਹੀਆਂ ਲੋਕਾਂ ਨੂੰ, ਜਿਵੇਂ ਕਿ ਬੱਚੇ ਨੂੰ ਕਿਸੇ ਨੇ 1.5-2 ਸਾਲ ਤੋਂ ਪੁੱਛਿਆ ਨਹੀਂ ਤੂੰ ਕੌਣ ਆ ਜੀ, ਤੇ ਅੱਜ ਉਹ ਸਾਡੇ ਕੋਲ ਆਇਆ, ਵਧੀਆ ਦੇਖੋ ਤੁਸੀਂ ਦੇਖ ਸਕਦੇ ਹੋ, ਸਾਫ਼ ਸੁਥਰਾ ਵਧੀਆ, ਫਿਰ ਆਪਦਾ ਨਾਮ ਆਪਦਾ UP ਦਾ ਐਡਰੈਸ ਵੀ ਦਿੱਤਾ ਇਹਨੇ, ਜੋ ਕਿ ਅਸੀਂ ਲੱਭਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਵੀ ਸ਼ਾਇਦ ਇਹਦਾ ਪਰਿਵਾਰ ਲੱਭ ਜਾਵੇ ਜੀ। ਮੈਂ ਦੋਸਤੋ ਜਿਹੜਾ ਉਸ ਬੱਚੇ ਦੇ ਨਾਲ ਵੀ ਗੱਲ ਕਰਾਵਾਂਗਾ, ਤਾਂ ਕਿ ਉਹ ਬੱਚਾ ਜਿਹਨੂੰ ਕਦੇ ਕਿਸੇ ਨੇ ਬੁਲਾਇਆ ਹੀ ਨਹੀਂ ਸੀ ਅਤੇ ਕਹਿੰਦੇ ਸੀ ਕਿ ਬੋਲੀ ਨਹੀਂ ਹੈ ਜੀ ਕੋਈ, ਇਹ ਬੋਲਦਾ ਨਹੀਂ, ਅਤੇ ਅੱਜ ਤੁਹਾਨੂੰ ਆਪਣਾ ਨਾਮ ਵੀ ਦੱਸੇਗਾ, ਕੀ ਨਾਮ ਬੇਟਾ ਤੇਰਾ? ਆਸ਼ੀਸ਼। ਅਤੇ ਪਿਤਾ ਦਾ ਨਾਂ ਕੀ ਆ? ਸੁਧਾ। ਸੁਧਾ ਦਾ ਮਾਤਾ ਦਾ ਨਾਂ ਨਾ? ਪਿਤਾ। ਪਿਤਾ ਦਾ, ਬਾਪੂ ਦਾ ਨਾਂ? ਰਤਨ ਦਾ। ਜਤਿੰਦਰ। ਜਤਿੰਦਰ ਦਾ ਜੀ। ਦੇਖੋ ਬੱਚਾ ਇਹ ਬੋਲਦਾ ਵੀ ਹੈ ਅਤੇ ਗੱਲਾਂ ਵੀ ਕਰਦਾ ਹੈਗਾ, ਜਿਹਨੂੰ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਹੋਣਾ ਕਿ ਇਸ ਬੱਚੇ ਨੂੰ ਬੁਲਾਇਆ ਜਾਵੇ। ਅਗਲਾ ਜਿਹੜਾ ਕੇਸ ਆ ਦੋਸਤੋ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਗੁਰੂ ਘਰ ਜਿਹੜੇ ਸਾਡੇ ਗੁਰੂ ਸਾਹਿਬਾਨਾਂ ਨੇ ਬਣਾਏ ਸੀ, ਕਿ ਕਹਿੰਦੇ ਹੁੰਦੇ ਆ ਕਿ ਇੱਥੇ ਹਰ ਗਰੀਬ ਵੀ ਆ ਸਕੇ, ਹਰ ਮਤਲਬ ਕਿਸੇ ਵੀ ਧਰਮ ਦੇ ਵਿੱਚੋਂ ਕੋਈ ਵੀ ਬੰਦਾ ਜਿਹੜਾ, ਕਿਉਂਕਿ 4 ਦਰਵਾਜ਼ੇ ਜੇ ਰੱਖੇ ਨੇ ਤਾਂ ਕਿਸੇ ਵੀ ਧਰਮ ਤੋਂ ਅਸੀਂ ਆ ਸਕਦੇ ਹਾਂ, ਉੱਥੇ ਰਹਿ ਸਕਦੇ ਹਾਂ, ਸਾਨੂੰ ਰੋਟੀ ਮਿਲੇ, ਕਿਉਂਕਿ ਲੰਗਰ ਪ੍ਰਥਾ ਵੀ ਤਾਂ ਹੀ ਚਲਾਈ ਸੀ। ਅਤੇ ਜਿਵੇਂ ਪਹਿਲਾਂ ਬਾਬਾ ਜੀ ਦੀ
ਆਪਾਂ ਗੱਲ ਕੀਤੀ ਆ ਬਾਬਾ ਬੱਬੂ ਸਿੰਘ ਜੀ ਦੀ, ਕਿ ਇਹ ਵੀ ਗੁਰੂ ਘਰ ਤੋਂ ਲੈ ਕੇ ਆਏ, ਅਤੇ ਉਸ ਤੋਂ ਬਾਅਦ ਇੱਕ ਹੋਰ ਵਿਅਕਤੀ ਆ ਬਿੱਟੂ ਸਿੰਘ, ਇਹਨਾਂ ਦਾ ਨਾਂ ਹੈਗਾ, ਇਹਨਾਂ ਨੂੰ ਵੀ ਗੁਰੂ ਘਰ ਦੇ ਵਿੱਚ ਸੇਵਾ ਕਰਾਉਂਦੇ ਸੀ, ਉਹ ਕਹਿੰਦੇ ਇਹਨਾਂ ਦੀ ਕਾਰ ਸੇਵਾ ਜਿਹੜੀ ਆ, ਕਾਰ ਸੇਵਾ ਦੇ ਰਾਹੀਂ ਜਿਹੜਾ ਉੱਥੇ ਗਏ ਗੁਰੂ ਘਰ ਦੇ ਵਿੱਚ ਸੇਵਾ ਵੀ ਕੀਤੀ, ਪਰ ਬਾਅਦ ਵਿੱਚ ਜਦੋਂ ਬਿਮਾਰ ਹੋ ਗਏ, ਉਸ ਤੋਂ ਬਾਅਦ ਖਾਂਸੀ ਜਿਹੜੀ ਆ ਪ੍ਰੋਬਲਮ ਆਈ, ਕੀੜੇ ਵੀ ਪੈ ਗਏ ਨਾ ਜੀ, ਮਤਲਬ ਲੱਤਾਂ ਦੇ ਵਿੱਚ, ਲੱਤਾਂ ਦੇ ਵਿੱਚ ਕੀੜੇ ਪੈ ਗਏ, ਉਸ ਤੋਂ ਬਾਅਦ ਗੁਰਦੁਆਰੇ ਵਾਲਿਆਂ ਨੇ ਕੀ ਕੀਤਾ, ਚੱਕ ਕੇ ਬਾਹਰ ਮਤਲਬ ਜਿਹੜਾ ਸੜਕ ਦੇ ਵਿੱਚ ਪਾਰਕ ਦੇ ਵਿੱਚ ਪਾ ਦਿੱਤਾ, ਅਤੇ ਬਾਅਦ ਵਿੱਚ ਫੋਨ ਕਰ ਦਿੱਤਾ ਕਿ ਵੀ ਸੰਸਥਾ ਨੂੰ ਕਿ ਇੱਥੇ ਇੱਕ ਵਿਅਕਤੀ ਪਿਆ ਜੀ, ਉਹਨੂੰ ਲੈ ਜਾਓ ਜੀ ਆ ਕੇ, ਪਰ ਪਤਾ ਜਦੋਂ ਲੱਗਿਆ ਕਿ ਗੁਰੂ ਘਰ ਵਾਲਿਆਂ ਨੇ ਆਪ ਜਿਹੜਾ ਚੱਕ ਕੇ ਉਹ ਬਾਹਰ ਪਾਇਆ ਸੀ। ਇਸ ਬਿੱਟੂ ਜੀ ਬਾਰੇ ਜਿਹੜੇ ਤੁਸੀਂ ਤਸਵੀਰਾਂ ਵੀ ਦੇਖੋਗੇ ਬਾਅਦ ਦੇ ਵਿੱਚ, ਇਸ ਸਮੇਂ ਤੁਸੀਂ ਮਹਿਸੂਸ ਕਰੋ ਰੇਡੀਓ 'ਤੇ ਤੁਸੀਂ ਗੱਲ ਜਿਹੜੀ ਸੁਣ ਰਹੇ ਹੋ ਜੀ, ਗੁਰਪ੍ਰੀਤ ਜੀ ਇਹਨਾਂ ਬਾਰੇ ਜਿਹੜੀ ਤੁਸੀਂ ਗੱਲ ਸਾਂਝੀ ਕਰੋ ਪਲੀਜ਼। ਇਹ ਬਿੱਟੂ ਵੀਰ ਦਾ ਨਾਮ ਪੂਰਾ ਜਗੇਸ਼ ਗੁਪਤਾ ਨਾਮ ਆ ਵੀਰ ਦਾ ਜੀ, ਅਤੇ ਇਹ ਵੀਰ ਲੁਧਿਆਣੇ ਸ਼ਹਿਰ 'ਚ ਜੰਮਿਆ ਪਲਿਆ, ਇੱਥੇ ਹੀ ਰਹਿੰਦਾ ਵਾ। ਇਹਦੀ ਮੈਡੀਕਲ ਦੀ ਦੁਕਾਨ ਸੀਗੀ, ਇਹਨੇ ਡੀ ਫਾਰਮੇਸੀ ਵੀਰ ਦੱਸਦਾ ਮੈਂ ਕੀਤੀ ਹੋਈ ਆ, ਕਈ ਸਾਲ ਇਹਨੇ ਦਵਾਈਆਂ ਦੀ ਦੁਕਾਨ ਕੀਤੀ ਆ। ਕੁਛ ਘਰ ਦੇ ਹਾਲਾਤ ਮਾੜੇ ਹੋ ਗਏ, ਪਰਿਵਾਰ 'ਚ ਕੋਈ ਪ੍ਰੋਬਲਮ ਆ ਗਈਆਂ, ਤਾਂ ਇਹ ਸੜਕ 'ਤੇ ਆ ਗਿਆ। ਸੜਕ 'ਤੇ ਘੁੰਮਦਾ ਘੁੰਮਦਾ ਇਹ ਉੱਥੇ ਮਾਇਆ ਨਗਰ ਗੁਰਦੁਆਰਾ ਦੇ ਵਿੱਚ ਸਾਡੇ ਉੱਥੇ ਰੋਟੀ ਪਾਣੀ ਛੱਕਦਾ ਸੀ, ਉੱਥੇ ਸੇਵਾ ਜੋ ਸਾਫ਼ ਸਫਾਈ ਦੀ ਜਿੰਨੀ ਕਰਾ ਸਕਦਾ ਸੀ ਕਰਵਾਉਂਦਾ। ਉੱਥੇ ਇਹਨੂੰ ਸੱਟ ਲੱਗਣ ਕਰਕੇ ਲੱਤ ਦੇ ਉੱਤੇ, ਅਤੇ ਇਹਦੇ ਜ਼ਖਮ ਹੋ ਗਿਆ। ਇਹ ਨਸ਼ਾ ਕਰਦਾ ਸੀ, ਜਿਵੇਂ ਕਹਿ ਦਈਏ ਕੋਈ ਆਉਂਦੇ ਪੇਨ ਕਿਲਰ ਵਗੈਰਾ, ਗੋਲੀ ਵਗੈਰਾ ਖਾਣ ਲੱਗ ਗਿਆ ਨਸ਼ੇ ਵਾਲੀਆਂ, ਉਹਦੇ ਕਰਕੇ ਇਹਨੂੰ ਪੇਨ ਵਗੈਰਾ ਦੀ ਮਹਿਸੂਸ ਹੋਣੋਂ ਹਟ ਗਈ, ਕਿਉਂਕਿ ਦਰਦ ਬਹੁਤ ਹੁੰਦਾ ਸੀ ਲੱਤ ਦੇ ਵਿੱਚ, ਅਤੇ ਉਹਦੇ ਨਾਲ ਇਹਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਇਹਦੀ ਲੱਤ ਦੇ ਵਿੱਚ ਕੀੜੇ ਪੈ ਗਏ। ਜਿਸ ਦਿਨ ਇਹਨੂੰ ਉੱਥੇ ਉਹਨਾਂ ਨੇ ਦੇਖਿਆ, ਉੱਥੋਂ ਦੇ ਪ੍ਰਬੰਧਕਾਂ ਨੇ ਵੀ ਇਹਦੇ ਕੀੜੇ ਪਏ ਹੋਏ ਆ, ਇੱਕ ਇਹਨੂੰ ਬਾਬਾ ਸੀਰ ਦੀ ਪ੍ਰੋਬਲਮ ਸੀ, ਟੋਇਲਟ ਦੇ ਵਿੱਚ ਬਲੱਡ ਹੀ ਬਲੱਡ ਇਕੱਠਾ ਹੋ ਜਾਂਦਾ ਸੀ, ਤਾਂ ਉਹਨਾਂ ਨੇ ਇਹਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਬਾਹਰ ਕੱਢ ਕੇ ਪਾਰਕ ਦੇ ਵਿੱਚ ਪਾ ਤਾ। ਤਾਂ ਕੋਈ ਦਵਾਈ ਕਿਸੇ ਨੇ ਕੋਈ ਪੱਟੀ ਨਹੀਂ ਕਰਾਈ, ਕੋਈ ਦਵਾਈ ਨਹੀਂ ਦਵਾਈ, ਬਸ ਸਾਨੂੰ ਇੱਕ ਸਭ ਤੋਂ ਵੱਡੀ ਸਿਆਣੀ ਗੱਲ ਇੱਕ ਵੀਰ ਨੇ ਕੀਤੀ, ਜਿਹੜਾ ਗ੍ਰੰਥੀ ਸਿੰਘ ਆ, ਚਾਹੇ ਉਹ ਤੋਂ ਫੋਨ ਕਰਵਾਇਆ ਗਿਆ ਜਾਂ ਉਹਨੇ ਖੁਦ ਕੀਤਾ, ਜਿਹੜਾ ਉਪਰਾਲਾ ਉਹਨੇ ਕੀਤਾ, ਸਾਨੂੰ ਫੋਨ ਕਰਕੇ ਦੱਸਿਆ, ਫੋਟੋਆਂ ਭੇਜੀਆਂ, ਅਸੀਂ ਜਦ ਵੀਰ ਦਾ ਹਾਲ ਦੇਖਿਆ ਜਾ ਕੇ ਪਾਰਕ ਦੇ ਵਿੱਚ ਪਏ ਦਾ ਇੱਕ ਲੋਹੇ ਦੀ ਕੁਰਸੀ 'ਤੇ, ਬਹੁਤ ਹੀ ਮਾੜਾ ਸੀ ਜੋ ਕਿ ਸਾਡੀਆਂ ਤੁਸੀਂ ਪੋਸਟਾਂ ਦੇ ਵਿੱਚ ਦੇਖ ਸਕਦੇ ਹੋ। ਅਤੇ ਅਸੀਂ ਉੱਥੋਂ ਵੀਰ ਨੂੰ ਲੈ ਕੇ ਆਏ ਸੱਚੇ ਪਾਤਸ਼ਾਹ ਦੀ ਮਿਹਰ ਨਾਲ, ਅੱਜ ਲੱਤ ਵੀ ਠੀਕ ਹੋ ਗਈ ਕੀੜੇ, ਯਾਨੀ ਕਿ ਅੱਜ ਤੱਕ ਜਿੰਨੇ ਬੰਦੇ ਸਾਡੇ ਕੋਲ ਆਏ ਆ, ਸਭ ਤੋਂ ਵੱਧ ਕੀੜੇ ਲੱਤ ਦੇ ਵਿੱਚੋਂ, ਕਿ ਕੀੜੇ ਲਫ਼ਜ਼ ਸਾਡੇ ਜ਼ਿਹਨ ਦੇ ਵਿੱਚ ਵੱਸ ਚੁੱਕਿਆ ਜੀ ਇਹ, ਕਿਉਂਕਿ ਜਦੋਂ ਮੈਂ ਕੀੜੇ ਕਹਿੰਦਾ ਜੀ ਮੈਨੂੰ ਵੀ ਬਹੁਤ ਮਾੜਾ ਲੱਗਦਾ, ਵੀ ਇੱਕ ਇਨਸਾਨ ਦੇ ਵਿੱਚੋਂ ਕੀੜੇ ਪਿਆਂ ਦੀ ਗੱਲ ਕਰ ਰਿਹਾ ਮੈਂ, ਪਰ ਇੰਨੇ ਜ਼ਿਆਦਾ ਕੀੜੇ, ਕੌਲੀਆਂ ਭਰ ਭਰ ਕੇ ਵਿੱਚੋਂ ਅਸੀਂ ਕੀੜੇ ਨਹੀਂ ਕੱਢਦੇ ਸੀ, ਵੀਰ ਦੇ ਜ਼ਖਮ ਦੇ ਵਿੱਚੋਂ ਹਜ਼ਾਰਾਂ ਹੀ ਕੀੜੇ ਨਿਕਲੇ, ਅੱਜ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਠੀਕ ਆ। ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਵੀ ਡੀ ਫਾਰਮੈਸ ਕੀਤੀ, ਪੜ੍ਹਿਆ ਲਿਖਿਆ ਬੰਦਾ ਗੁਰੂ ਘਰ ਦੇ ਵਿੱਚ ਸੇਵਾ ਕਰਾਉਂਦਾ ਰਹਿੰਦਾ, ਚਾਹੇ ਘੱਟ ਕੀਤੀ ਸੇਵਾ, ਚਾਹੇ ਵੱਧ ਕੀਤੀ, ਚਾਹੇ ਜੋ ਕੀਤੀ, ਗੁਰੂ ਘਰ ਦੇ ਬਾਹਰ ਉਹ ਅਸੀਂ ਇਹਨੂੰ ਚੱਕ ਕੇ ਲੈ ਕੇ ਆਏ। ਪ੍ਰਬੰਧਕ ਸਾਨੂੰ ਉੱਥੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੈਕਟਰੀ ਸਾਰੇ ਮਿਲੇ, ਅਤੇ ਯਾਨੀ ਕਿ ਉਹਨਾਂ ਨੇ ਸਿਰਫ ਇੰਨਾ ਹੀ ਉਜਰ ਕੀਤਾ ਵੀ ਸਾਡੇ ਨਾਲ ਚੱਕ ਇਹਨੂੰ ਭੇਜ ਤਾ, ਹੋਰ ਕੋਈ ਉਹਨਾਂ ਨੇ ਇਹਦੀ ਹੈਲਪ ਕਰੀ ਨਹੀਂ, ਜਿਹੜਾ ਕਿ ਸਾਨੂੰ ਬੜਾ ਬਾਅਦ ਦੇ ਵਿੱਚ ਦੁੱਖ ਲੱਗਿਆ ਜਦੋਂ ਸਾਨੂੰ ਪਤਾ ਲੱਗਿਆ ਵੀ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸੌਂਦਾ ਸੀਗਾ ਜੀ। ਜੀ ਇਹ ਬਿੱਟੂ ਜੀ ਬਾਰੇ ਆਪਾਂ ਗੱਲ ਸਾਂਝੀ ਕੀਤੀ, ਉਸ ਤੋਂ ਬਾਅਦ ਇਹਨਾਂ ਦਾ ਨਾਂ ਨਿਸ਼ਾਨ ਸਿੰਘ ਜੀ ਬਾਰੇ ਤੁਸੀਂ ਜਿਹੜਾ ਦੱਸੋ ਪਲੀਜ਼। ਇਹ ਬਾਬਾ ਨਿਸ਼ਾਨ ਸਿੰਘ ਜੀ ਆ ਜੀ ਸਾਡੇ ਕੋਲ, ਇਹ ਵੀ ਚੌਥੇ ਪੰਜਵੇਂ ਕੁ ਨੰਬਰ 'ਤੇ ਸਾਡੇ ਕੋਲ ਆਏ ਸੀ, ਜਦੋਂ ਢਾਬੇ 'ਤੇ ਸੀ ਲਾਸਟ ਬੰਦਾ ਸਾਡੇ ਕੋਲ ਢਾਬੇ 'ਤੇ ਨਿਸ਼ਾਨ ਸਿੰਘ ਜੀ ਆਏ ਸੀ। ਇਹ ਬਾਬਾ ਜੀ ਸਾਡੇ ਕੋਲ ਹਰਿਮੰਦਰ ਸਾਹਿਬ ਤੋਂ ਆਏ ਸੀ ਜੀ, ਅਤੇ ਯਾਨੀ ਕਿ ਮੈਂ ਗੁਰੂ ਧਾਮਾਂ ਦਾ ਨਾਂ ਜਦੋਂ ਲੈਂਦਾ ਮੇਰੇ ਧਰਮ ਦਾ ਸਿੱਖੀ ਦੇ ਧਰੋਹਰ ਜਿਹੜੇ ਗੁਰਦੁਆਰਾ ਸਾਹਿਬ ਨੇ ਸ਼੍ਰੀ ਹਰਿਮੰਦਰ ਸਾਹਿਬ, ਯਾਨੀ ਕਿ ਮੈਨੂੰ ਬੜੀ ਗਰਵ ਮਹਿਸੂਸ ਹੁੰਦਾ ਜਦੋਂ ਮੈਂ ਉੱਥੇ, ਹੁਣ ਮੈਂ ਥੋੜ੍ਹੇ ਦਿਨ ਪਹਿਲਾਂ ਜਾ ਕੇ ਵੀ ਆਇਆ, ਸਾਡਾ ਸਿੱਖੀ ਦਾ ਧੁਰਾ ਵਾ ਹਰਿਮੰਦਰ ਸਾਹਿਬ, ਅਤੇ ਜਦੋਂ ਬਾਬਾ ਜੀ ਨੂੰ ਅਸੀਂ ਉੱਥੋਂ ਵੀਰ ਸਾਡੇ ਕੋਲ ਛੱਡ ਕੇ ਗਏ, ਜਦੋਂ ਬਾਬਾ ਜੀ ਦੀ ਸਟੋਰੀ ਪਤਾ ਲੱਗੀ ਬੜਾ ਦੁੱਖ ਹੋਇਆ ਜੀ। ਅੱਜ ਕੱਲ੍ਹ ਦੀਆਂ ਜਿਹੜੀਆਂ ਇਹ ਰਾਜਨੀਤਿਕ ਪਾਰਟੀਆਂ ਜਾਂ ਪ੍ਰਸ਼ਾਸਨ ਜਾਂ ਸੰਸਥਾਵਾਂ ਜਾਂ ਅਦਾਰੇ
ਵੀ ਕੁਛ ਨਹੀਂ ਕਰ ਰਹੀਆਂ, ਇਨਸਾਨੀਅਤ ਇੰਨੀ ਮਰ ਚੁੱਕੀ ਆ। ਇਹ ਬਾਬਾ ਜੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਰਮਾ ਦੇ ਵਿੱਚ ਸੌਂਦੇ ਸੀਗੇ, ਉੱਥੇ ਹੀ ਰਹਿੰਦੇ ਸੀਗੇ ਕਾਫੀ ਸਾਲਾਂ ਤੋਂ। ਘਰੋਂ ਚਲੋ ਇਹਨਾਂ ਦਾ ਕਿਸੇ ਪਰਿਵਾਰਕ ਪ੍ਰੋਬਲਮ ਕਰਕੇ ਇਹਨਾਂ ਦਾ ਘਰੋਂ ਤੋੜ ਵਿਛੋੜਾ ਹੋ ਗਿਆ ਸੀ। ਇਹਨਾਂ ਦਾ ਮੰਡਿਆਲਾ ਪਿੰਡ ਆ ਉੱਥੇ ਤਰਨ ਤਾਰਨ ਪੱਟੀ ਦੇ ਲਾਗੇ, ਅਤੇ ਅੰਮ੍ਰਿਤਸਰ ਦੇ ਵਿੱਚ ਰਹਿੰਦੇ, ਉੱਥੇ ਆਪਦਾ ਕੰਮ ਕਾਰ ਕਰਦੇ ਸੀ, ਆਪਦਾ ਜਿੰਨਾ ਕੁ ਜੋਗੇ ਸੀਗੇ ਆਪਦਾ ਖਾ ਪੀ ਲੈਂਦੇ। ਬਾਬਾ ਜੀ ਦੇ ਸਿਰ ਦੇ ਵਿੱਚ ਇੱਕ ਛੋਟੀ ਜਿਹੀ ਸੱਟ ਲੱਗੀ, ਵਾਲ ਪੱਟਣ ਨਾਲ ਵਾਲ ਤੋੜ ਹੋ ਗਿਆ, ਤਾਂ ਬਾਬਾ ਜੀ ਦੇ ਦੁਪੱਟਾ ਬੰਨਿਆ ਹੁੰਦਾ ਸੀ। ਬਾਬਾ ਜੀ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਉਹ ਸੱਟ ਜ਼ਿਆਦਾ ਵੱਡੀ ਹੋ ਗਈ। ਬਾਬਾ ਜੀ ਕੁਛ ਚੀਜ਼ਾਂ ਤੋਂ ਅਡਿਕਟ ਸੀਗੇ ਅਤੇ ਉਹ ਜ਼ਖਮ ਇੰਨਾ ਵੱਡਾ ਹੋ ਗਿਆ, ਉਹਦੇ ਵਿੱਚ ਕੀੜੇ ਪੈ ਗਏ। ਬਾਬਾ ਜੀ ਇੱਕ ਦਿਨ ਰਾਤ ਨੂੰ ਪ੍ਰਕਰਮਾ 'ਚ ਪਏ, ਉੱਥੇ ਮੁੰਡੇ ਜਿਹੜੇ ਸੇਵਾ ਕਰਦੇ ਆ ਉੱਚੇ ਲਾਉਂਦੇ ਆ ਵਾਈਪਰ, ਉਹਨਾਂ ਨੇ ਦੇਖਿਆ ਖੂਨ ਨਿਕਲਦਾ ਬਾਬਾ ਦੇ ਵਿੱਚ ਧੋਣ ਦੇ ਵਿੱਚੋਂ, ਤਾਂ ਉਹਨਾਂ ਨੇ ਬਾਬਾ ਜੀ ਨੂੰ ਦੇਖਿਆ ਚੱਕ ਕੇ ਤਾਂ ਵਿੱਚ ਕੀੜੇ ਤੁਰੇ ਫਿਰਨ, ਤਾਂ ਬਾਬਾ ਜੀ ਨੂੰ ਲੈ ਕੇ ਉਹ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਆ ਜਿਹੜਾ ਅੰਦਰ ਪ੍ਰਕਰਮਾ ਦੇ ਵਿੱਚ, ਮੈਂ ਅੱਜ ਤੱਕ ਦੇਖਿਆ ਨਹੀਂ, ਮੈਨੂੰ ਉਹਨਾਂ ਨੇ ਦੱਸਿਆ ਸੀ, ਉੱਥੇ ਲੈ ਗਏ ਬਾਬਾ ਜੀ ਨੂੰ। ਤਾਂ ਉਹਨਾਂ ਨੂੰ ਦੱਸਿਆ ਵੀ ਬਾਬਾ ਜੀ ਦੇ ਸਿਰ ਦੇ ਵਿੱਚ ਸੱਟ ਲੱਗੀ, ਉਹਨਾਂ ਨੇ ਜਦੋਂ ਦੇਖਿਆ ਤਾਂ ਬਾਬਾ ਜੀ ਨੂੰ ਉਹਨਾਂ ਨੇ ਚੱਕ ਕੇ ਬਾਹਰ ਮਾਰਿਆ ਗੁਰਦੁਆਰਾ ਸਾਹਿਬ ਤੋਂ, ਕਹਿੰਦੇ ਵੀ ਇਹਨੂੰ ਅੰਦਰ ਕਿਹਨੇ ਵਾੜਿਆ ਇੰਨਾ ਗੰਦੇ ਬੰਦੇ ਨੂੰ। ਉੱਥੋਂ ਉਹ ਮੁੰਡਿਆਂ ਨੇ ਵਿਚਾਰਿਆਂ ਨੇ ਬੜਾ ਉੱਦਮ ਕੀਤਾ, ਉਹਨਾਂ ਨੇ ਬਾਬਾ ਜੀ ਨੂੰ ਫਿਰ ਚੱਕਿਆ ਉੱਥੋਂ ਪਿੰਗਲਵਾੜਾ ਸਾਹਿਬ ਦੇ ਵਿੱਚ ਲੈ ਗਏ। ਚਲੋ ਉੱਥੇ ਕੁਛ ਟੈਕਨੀਕਲੀ ਪ੍ਰੋਬਲਮਾਂ ਕਰਕੇ ਉਹ ਪੁਲਿਸ ਰਿਪੋਰਟ ਵਗੈਰਾ ਕਰਾਉਣ ਬਾਰੇ ਉਹਨਾਂ ਨੇ ਕਿਹਾ, ਜੋ ਉਹਨਾਂ ਦਾ ਰੂਲ ਆ, ਉੱਥੋਂ ਬਾਬਾ ਜੀ ਵਾਪਸ ਆ ਗਏ। ਫਿਰ ਉਹ ਗੁਰੂ ਨਾਨਕ ਹੋਸਪਿਟਲ ਆ ਉੱਥੇ, ਸਰਕਾਰੀ ਇੱਕ ਬਹੁਤ ਵੱਡਾ ਬਣਿਆ, ਉੱਥੇ ਲੈ ਗਏ। ਉਹਨਾਂ ਨੇ ਵੀ ਬਾਬਾ ਜੀ ਨੂੰ ਹਸਪਤਾਲ 'ਚ ਦਾਖਲ ਕਰਨ ਤੋਂ ਜਵਾਬ ਦੇ ਤਾ, ਕਹਿੰਦੇ ਵੀ ਇਹ ਬਾਬਾ ਜੀ ਨੂੰ ਪਹਿਲਾਂ ਤੁਸੀਂ ਪੁਲਿਸ ਰਿਪੋਰਟ ਆਏ, ਪੁਲਿਸ ਕੇਸ ਆ ਵੀ ਅਸੀਂ ਨਹੀਂ ਰੱਖ ਸਕਦੇ। ਉੱਥੋਂ ਉਹ ਮੁੰਡਿਆਂ ਨੇ ਲਿਆ ਕੇ ਹਰਿਮੰਦਰ ਸਾਹਿਬ ਦੇ ਬਾਹਰ ਦੁਬਾਰਾ ਪਾ ਲਿਆ। ਉੱਥੋਂ ਕਿਸੇ ਨੇ ਉਹਨਾਂ ਨੂੰ ਰਾਏ ਦਿੱਤੀ ਵੀ ਤੁਸੀਂ 108 ਐਂਬੂਲੈਂਸ ਨੂੰ ਫੋਨ ਕਰੋ ਵੀ ਉਹਦੇ ਵਿੱਚ ਜੇ ਪਾ ਕੇ ਲੈ ਕੇ ਜਾਓਗੇ ਤਾਂ ਐਡਮਿਟ ਕਰਨਗੇ। ਤਾਂ ਉਹ ਬਾਬਾ ਉਹਨਾਂ ਨੇ ਐਂਬੂਲੈਂਸ ਸੱਦੀ, ਬਾਬਾ ਜੀ ਨੂੰ ਉਹ 'ਚ ਪਾ ਕੇ ਲੈ ਕੇ ਗਏ। ਤਾਂ ਐਂਬੂਲੈਂਸ ਵਾਲੇ ਨੇ ਵੀ ਇੱਕ ਬੜੀ ਹੈਰਾਨੀਯੋਗ ਗੱਲ ਦੱਸੀ ਵੀ ਬਾਬਾ ਜੀ ਨੂੰ ਮੈਂ 4 ਦਿਨਾਂ ਤੋਂ ਰਾਤ ਨੂੰ, ਮੈਨੂੰ ਲੋਕ ਫੋਨ ਕਰ ਦਿੰਦੇ ਆ, ਮੈਂ ਰੋਜ਼ ਰਾਤ ਨੂੰ ਬਾਬਾ ਜੀ ਨੂੰ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਕਰਾ ਕੇ ਆਉਣਾ, ਤਾਂ ਸਵੇਰ ਨੂੰ ਉਹ ਬਾਬਾ ਜੀ ਨੂੰ ਬਾਹਰ ਕੱਢ ਦਿੰਦੇ ਆ ਵੀ ਜੇ ਤੁਸੀਂ ਵਾਕਿਆ ਜੀ ਇਹਨੂੰ ਇਲਾਜ ਕਰਾਉਣਾ, ਜਿਹੜਾ ਦਾਖਲ ਕਰਾਉਣਾ, ਤਾਂ ਇਹਦੇ ਕੋਲੇ ਰਹਿਣਾ ਪਊਗਾ ਤੁਹਾਨੂੰ। ਫਿਰ ਉਹ ਮੁੰਡੇ ਬਾਬਾ ਜੀ ਦੇ ਕੋਲੇ ਵੀ ਰਹੇ ਅਤੇ ਉਹਨਾਂ ਨੇ ਬਾਬਾ ਜੀ ਨੂੰ 2 ਦਿਨ ਉੱਥੇ ਰੱਖਿਆ। ਬਾਬਾ ਜੀ ਦੇ ਪੱਟੀ ਤੱਕ ਵੀ ਨਹੀਂ ਕੀਤੀ ਹੋਸਪਿਟਲ ਵਾਲਿਆਂ ਨੇ ਜੀ। ਉਹ ਆਉਂਦੇ ਸੀ ਦੇਖ ਕੇ ਮੁੜ ਜਾਂਦੇ ਸੀਗੇ ਵੀ ਸਿਵਲ ਸਰਜਨ ਆਉਂਦਾ, ਵੱਡਾ ਸਰਜਨ ਆਉਂਦਾ ਜੀ ਸਰਜਰੀ ਕਰੂਗਾ ਜੀ। ਤਾਂ ਜਦ ਨੂੰ ਕੁਦਰਤ ਸੱਚੇ ਪਾਤਸ਼ਾਹ ਨੇ ਸਾਡੇ ਕਿਰਪਾ ਕਰੀ, ਸਾਨੂੰ ਫੋਟੋਆਂ ਭੇਜ ਦਿੱਤੀਆਂ ਉਹਨਾਂ ਵੀਰਾਂ ਦੇ ਵਿੱਚੋਂ, ਕਿਸੇ ਨੇ ਇੱਕ ਨੇ ਪੋਸਟ ਦੇਖ ਲਈ ਜੀ, ਅਤੇ ਸਾਨੂੰ ਜਦੋਂ ਪੋਸਟ ਦੇ ਵਿੱਚ ਫੋਟੋਆਂ ਆਈਆਂ ਦੇਖੀਆਂ ਤਾਂ ਬਾਬਾ ਜੀ ਨੂੰ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਕੋਲ ਲੈ ਆਓ, ਅਸੀਂ ਡਾਕਟਰ ਨੂੰ ਦਿਖਾਈਆਂ ਤਾਂ ਡਾਕਟਰ ਨੇ ਇਲਾਜ ਸ਼ੁਰੂ। ਬਾਬਾ ਜੀ 1.5 ਮਹੀਨਾ ICU ਦੇ ਵਿੱਚ ਰਹੇ, ਬੜੀ ਮਾੜੀ ਹਾਲਤ ਸੀ ਬਾਬਾ ਜੀ ਦੀ। ਸਿਰ ਦੇ ਵਿੱਚ ਐਡਾ ਵੱਡਾ ਹੋਲ ਹੋਇਆ ਹੋਇਆ ਸੀ, ਕੀੜੇ ਇੱਦਾਂ ਦਿੰਦੇ ਸਿਰ ਦੇ ਵਿੱਚ ਜਿੱਦਾਂ ਕਿਤੇ ਆਪਾਂ ਸੋਚੀਏ ਵੀ ਕਿਤੇ ਉਹੀ ਨੋਰਮਲ ਗੱਲ ਹੀ ਹੁੰਦੀ। ਹਾਂਜੀ, ਅਤੇ ਮਹਾਰਾਜ ਨੇ ਕਿਰਪਾ ਕਰੀ ਸਾਡੇ ਵਰਗੇ ਪਾਪੀਆਂ ਤੋਂ ਸੇਵਾ ਲਈ ਸੱਚੇ ਪਾਤਸ਼ਾਹ ਨੇ। ਬਾਬਾ ਜੀ ਅੱਜ ਠੀਕ ਹੋ ਗਏ, ਨਿਸ਼ਾਨ ਸਿੰਘ ਜੀ ਸਾਡੇ ਕੋਲੇ ਰਹਿੰਦੇ ਨੇ ਜੀ, ਸਾਡੇ ਨਾਲ ਸੇਵਾ ਕਰਾਉਂਦੇ ਨੇ, ਸੇਵਾ ਕਰਵਾਉਂਦੇ ਆ ਜੀ, ਸਾਡੇ ਮੈਂਬਰ ਹੀ ਆ ਕਿਸਮ ਦੇ ਹੁਣ ਜੀ। ਕਰੋ ਨਿਸ਼ਾਨ ਸਿੰਘ ਜੀ, ਇਹ ਸੇਵਾ ਕਰਾਉਂਦੇ ਨੇ ਜੀ। ਨਿਸ਼ਾਨ ਸਿੰਘ ਜੀ, ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਇੱਥੇ ਰਹਿ ਕੇ? ਇੱਥੇ ਰਹਿ ਕੇ ਜੀ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ। ਇਹਨਾਂ ਨੇ ਭਾਈ ਉਹਨਾਂ ਨੇ ਸੇਵਾ ਕਰਵਾ ਰਹੇ ਸੀ ਅਤੇ ਮੈਨੂੰ ਤਾਂ ਕੋਈ ਪਤਾ ਨਹੀਂ ਉੱਥੋਂ ਦਾ ਜੀ। ਇਹ ਲਿਆਏ ਅਤੇ ਮੁੜ ਕੇ ਇਹਨਾਂ ਨੇ ਮੇਰੇ ਇਲਾਜ ਵਾਸਤੇ ਹੋਸਪਿਟਲ ਭੇਜਿਆ ਜੀ। ਹੈਂ, ਫਿਰ ਇਹਨਾਂ ਨੇ ਬਹੁਤ ਵਧੀਆ ਇਲਾਜ ਕਰਾਇਆ ਮੇਰਾ। ਹੁਣ ਇੱਥੇ ਚੰਗਾ ਮਹਿਸੂਸ ਕਰਦੇ ਹੋ? ਸਾਰੇ ਪਰਿਵਾਰ ਵਾਂਗੂ ਰਹਿੰਦੇ ਹੋ? ਹਾਂਜੀ, ਮੈਂ ਸਾਰੇ ਪਰਿਵਾਰ ਵਾਂਗੂ ਜੀ। ਸਾਰੇ ਜਾਣੇ, ਸਾਰੇ ਮਿੱਤਰ ਨੇ? ਹਾਂਜੀ, ਸਾਰਿਆਂ ਨਾਲ ਜੀ, ਮਤਲਬ ਸ਼ਬਦ ਵਰਤੀ ਦਾ ਅਤੇ ਚਲੋ ਜੀ। ਹੋਰ ਤਾਂ ਮੈਂ ਕੁਛ ਸਵੇਰੇ ਅਸੀਂ ਬਾਣੀ ਦਾ ਜਾਪ ਕਰਦੇ ਹਾਂ, ਸਵੇਰੇ ਸਾਜਰੇ ਉੱਠ ਕੇ ਅਸੀਂ ਦੇਗ ਬਣਾਉਂਦੇ ਹਾਂ,
ਭਾਈ ਆ ਡੀਸੀ ਘਿਓਰੀ ਨਾਲ ਸਾਰਿਆਂ 'ਚ ਵਰਤਾਉਂਦੇ ਹਾਂ। ਇਹ ਬਾਬਾ ਜੀ ਸਵੇਰੇ ਸਾਡੇ ਨਾਲ ਸਾਰੇ ਜਾਪ ਕਰਾਉਂਦੇ ਆ, ਸ਼ਬਦ ਇਹਨਾਂ ਨੇ ਲਾਉਣੇ ਆ, ਸਾਰੇ ਮਗਰ ਅਸੀਂ ਸ਼ਬਦ ਬੋਲਦੇ ਹਾਂ। ਯਾਨੀ ਕਿ ਇਹ ਵੀ ਬੜਾ ਵੱਡਾ ਉੱਦਮ ਆ ਜੀ ਸੱਚੇ ਪਾਤਸ਼ਾਹ ਨੇ ਸਾਡੇ ਕੋਲ ਇੱਦਾਂ ਦੇ ਬੰਦੇ ਵੀ ਸੱਚੇ ਪਾਤਸ਼ਾਹ ਨੇ ਭੇਜੇ ਆ ਜਿਹੜੇ ਸਾਡੇ ਨਾਲ ਸਾਨੂੰ ਇਹ ਜਿਹੜੀ ਬਾਣੀ ਦੇ ਨਾਲ ਜੁੜ ਰਹੇ ਆ, ਸੇਵਾ ਦੇ ਵਿੱਚ ਸਾਨੂੰ ਲਗਾ ਜੀ 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 ਜੀ। ਅਤੇ ਇੱਕ ਦੋਸਤੋ ਹੋਰ ਮੈਂ ਦੱਸ ਦੇਵਾਂ, ਮੈਨੂੰ ਸੱਟ ਲੱਗ ਜਾਣੀ ਸੀਗੀ, ਮਰੀਜ਼ ਜਿਹੜੇ ਆ ਕਿ ਉਹ ਬਹੁਤ ਧਿਆਨ ਜਿਹੜਾ ਦੋਸਤੋ ਇੱਥੇ ਰੱਖਣਾ ਪੈਂਦਾ ਹੈਗਾ। ਬਹੁਤ ਸਾਰੇ ਇਸ ਸੰਸਥਾ ਦੇ ਮੈਂਬਰ ਨੇ, ਬਹੁਤ ਸਾਰੇ ਜਿਹੜੇ ਇੱਥੇ ਪੱਕੇ ਰਹਿੰਦੇ ਨੇ ਨੌਜਵਾਨ, ਜਿਹੜੀ ਨੌਜਵਾਨ ਪੀੜ੍ਹੀ ਅਸੀਂ ਸੋਚਦੇ ਹਾਂ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਕਿੱਧਰ ਨੂੰ ਜਾ ਰਹੀ ਆ, ਪਰ ਜਿਹੜੇ ਨੌਜਵਾਨ ਨੇ ਇਹਨਾਂ ਪੁਲਿਸ ਜਿਹੜੇ ਵੀਡੀਓ ਬਣਾ ਰਹੇ ਉਹਨਾਂ ਨੌਜਵਾਨਾਂ ਦੇ ਜਿਹੜੇ ਇੱਥੇ ਸੇਵਾ ਕਰਦੇ ਨੇ, ਜਿਹੜੇ ਇੱਥੇ ਰਹਿੰਦੇ ਨੇ, ਲੁਧਿਆਣੇ ਦੇ ਰਹਿਣ ਵਾਲੇ ਬਹੁਤ ਸਾਰੇ ਨੌਜਵਾਨ ਨੇ, ਅਤੇ ਉਹ ਇੱਥੇ ਸਾਰਾ ਸਾਰਾ ਦਿਨ, ਅਤੇ ਕੁਝ ਨੌਜਵਾਨ ਜਿਹੜੇ ਰਾਤ ਨੂੰ ਇੱਥੇ ਰਹਿੰਦੇ ਨੇ ਉਹ ਇੱਥੇ ਸੇਵਾ ਨਿਭਾਉਂਦੇ ਨੇ, ਅਤੇ ਬਹੁਤ ਹੀ ਪਿਆਰ ਦੇ ਨਾਲ ਇਹਨਾਂ ਮਰੀਜ਼ਾਂ ਨੂੰ ਮਿਲਦੇ ਨੇ। ਜਿਵੇਂ ਅਸੀਂ ਬੱਚਿਆਂ ਦੇ ਨਾਲ ਅਕਸਰ ਖੇਡ ਜਾਂਦੇ ਹਾਂ, ਮੇਰੇ ਆਪਣੇ ਬਾਰੇ ਵੀ ਮੈਂ ਸਾਂਝੀ ਕਰਾਂ, ਮੇਰਾ ਸਾਥੀ ਸਤਪਾਲ ਵੀ ਹੈ, ਕਈ ਵਾਰੀ ਅਸੀਂ ਪਰਿਵਾਰ ਦੇ ਵਿੱਚ ਬੱਚਿਆਂ ਦੇ ਨਾਲ ਵੀ ਇੰਨੀ ਖੇਡ ਪਾਉਂਦੇ ਗਏ, ਅਸੀਂ ਉਹਨਾਂ ਦੀਆਂ ਛੋਟੀਆਂ ਛੋਟੀਆਂ ਸ਼ਰਾਰਤਾਂ ਤੋਂ ਖੇਡ ਜਾਂਦੇ ਹਾਂ, ਪਰ ਮਾਨਸਿਕ ਸੰਤੁਲਨ ਗਵਾ ਚੁੱਕੇ ਇਹਨਾਂ ਵਿਅਕਤੀਆਂ ਦੇ ਨਾਲ ਇਹ ਨੌਜਵਾਨ ਕਿਸ ਤਰ੍ਹਾਂ ਪੂਰੀ ਮੁਹੱਬਤ ਦੇ ਨਾਲ ਜਿਹੜੀ ਗੱਲ ਕਰਦੇ ਨੇ। ਅਤੇ ਦੋਸਤੋ ਮੈਂ ਅੱਗੇ ਗੱਲ ਸਾਂਝੀ ਕਰਾਂਗਾ ਕਿ ਕੁਝ ਪੰਜਾਬ ਤੋਂ, ਕੁਝ ਹਰਿਆਣਾ ਤੋਂ ਅਤੇ ਕੁਝ ਵਿਦੇਸ਼ ਤੋਂ ਵੀ ਜਿਹੜੇ ਆ ਮਰੀਜ਼ ਜਿਵੇਂ ਕਹਿੰਦੇ ਨੇ ਕਿ ਇਸ ਸੰਸਥਾ ਦੇ ਵਿੱਚ ਆਏ ਨੇ। ਮੈਂ ਤੇਜਿੰਦਰ ਸਿੰਘ ਦੀ ਗੱਲ ਕਰਾਂਗਾ, ਤੇਜਿੰਦਰ ਸਿੰਘ ਦੀ ਜੱਗਾ, ਹੈ ਨਾ ਤੇਜਿੰਦਰ ਸਿੰਘ ਜੱਗਾ, ਹੈ ਨਾ ਜੀ ਗੁਰਪ੍ਰੀਤ ਜੀ, ਅਤੇ ਕਨੇਡਾ ਤੋਂ ਜਿਹੜਾ ਉਹ ਇੱਥੇ ਵਾਪਸ ਜਿਹੜਾ ਉਹਨਾਂ ਨੂੰ ਆਉਣਾ ਪਿਆ ਕਿਸੇ ਨਾ ਕਿਸੇ ਕਾਰਨ ਕਰਕੇ, ਬਹੁਤ ਚੰਗਾ ਜਿਹੜਾ ਉੱਥੇ ਪਰਿਵਾਰ ਸੀ, ਬਹੁਤ ਸਾਰੀਆਂ ਸਮੱਸਿਆਵਾਂ ਪਰਿਵਾਰ ਦੇ ਵਿੱਚ ਆਈਆਂ, ਉਸ ਤੋਂ ਬਾਅਦ ਮਾਨਸਿਕ ਸੰਤੁਲਨ ਜਿਹੜਾ ਵਿਗੜ ਗਿਆ। ਅਤੇ ਜੀ ਇੱਥੇ ਬੈਠ ਜਾਓ ਜੀ ਜੱਗਾ ਜੀ ਤੁਸੀਂ ਪਲੀਜ਼। ਅਤੇ ਗੁਰਪ੍ਰੀਤ ਜੀ ਤੁਸੀਂ ਇਹਨਾਂ ਬਾਰੇ ਗੱਲ ਜਿਹੜੀ ਸਾਂਝੀ ਕਰੋ ਜੀ, ਤਸਵੀਰਾਂ ਬਾਅਦ ਦੇ ਵਿੱਚ ਦੋਸਤੋ ਤੁਸੀਂ ਜਿਹੜਾ ਫੇਸਬੁੱਕ ਦੇ ਉੱਤੇ ਦੇਖ ਸਕਦੇ ਹੋ। ਇਹ ਸਾਡਾ ਤੇਜਿੰਦਰ ਸਿੰਘ ਜੱਗਾ ਵੀਰ ਆ ਜੀ, ਇਹ ਜਗਰਾਓਂ ਸ਼ਹਿਰ ਦੇ ਵਿੱਚ ਰਹਿੰਦਾ ਜੀ, ਇਹਦਾ ਪਰਿਵਾਰ ਉੱਥੇ, ਇਹਦੇ ਮਦਰ ਅਤੇ ਫਾਦਰ ਉੱਥੇ ਰਹਿੰਦੇ ਆ ਜੀ, ਅਤੇ ਕੁਛ ਘਰੇਲੂ ਪ੍ਰੋਬਲਮਾਂ ਕਰਕੇ ਵਿਚਾਰੇ ਨਾਲ ਇੱਦਾਂ ਦੀ ਹਾਲਾਤ ਪੈਦਾ ਹੋ ਗਿਆ। ਇਹ ਵੀਰ ਦਾ ਵਿਆਹ ਹੋਇਆ ਸੀ ਕਨੇਡਾ ਦੇ ਵਿੱਚ, ਕਨੇਡਾ 13 ਸਾਲ ਵੀਰ ਕਨੇਡਾ ਦੇ ਵਿੱਚ ਰਿਹਾ, ਅਤੇ ਇਹਦੇ ਇੱਕ ਬੇਟਾ ਵੀ ਆ ਉੱਥੇ, ਅਤੇ ਵਾਈਫ ਜਿਹੜੀ ਕਨੇਡਾ ਦੇ ਵਿੱਚ ਆ, ਉਹ ਚਲੋ ਜਿਹੜਾ ਡਿਵੋਰਸ ਹੋ ਗਿਆ ਉਹ ਅਲੱਗ ਮੈਟਰ ਆ, ਪਰ ਇਹ ਵੀਰ ਦੀ ਮੈਂਟਲੀ ਕੰਡੀਸ਼ਨ ਇੰਨੀ ਜ਼ਿਆਦਾ ਖਰਾਬ ਹੋ ਗਈ ਸੀਗੀ ਵੀ ਉੱਥੇ ਕਨੇਡਾ 'ਚ ਰਹਿੰਦੇ ਸਮੇਂ ਹੀ ਨਸ਼ੇ ਨੁਸ਼ੇ ਬਹੁਤ ਜ਼ਿਆਦਾ ਕਰਨ ਲੱਗ ਗਿਆ ਸੀਗਾ। ਵੀਰ ਦੇ ਹਾਲਾਤ ਇੱਦਾਂ ਦੇ ਹੋ ਗਏ ਸੀਗੇ, ਤੁਸੀਂ ਦੇਖ ਸਕਦੇ ਹੋ, ਇੱਥੇ ਹੱਥ ਦੇ ਉੱਪਰ ਉਹਨਾਂ ਨੇ ਟੈਟੂ ਬਣਾਇਆ ਸੀ, ਕੁਛ ਵੀਰੇ ਨੂੰ ਇਸ ਵੀਰ ਦੇ ਕੁਛ ਏਰੀਆ ਰਿਸਟ੍ਰਿਕਟਡ ਕੀਤੇ ਹੋਏ ਜਿੱਥੇ ਜਾ ਨਹੀਂ ਸਕਦਾ ਸੀਗਾ, ਪਰ ਅੱਜ ਸੱਚੇ ਪਾਤਸ਼ਾਹ ਨੇ ਇੱਡੀ ਮਿਹਰ ਕੀਤੀ ਆ, ਮੈਂ ਇਸ ਚੀਜ਼ ਨੂੰ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਸੀ, ਪਰ ਮੈਂ ਦਿਖਾਉਣਾ ਚਾਹੁੰਦਾ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਜਿਨ੍ਹਾਂ ਨੇ ਅੱਗੇ ਜਾ ਕੇ ਇਹਨਾਂ ਚੀਜ਼ਾਂ ਦੇ ਵਿੱਚੋਂ ਵਿਚਰਨਾ, ਵੀ ਉਹਨਾਂ ਨੂੰ ਪਤਾ ਲੱਗੇ ਵੀ ਇਨਸਾਨ ਇਸ ਹਾਲਾਤਾਂ ਦੇ ਵਿੱਚ ਰਹਿੰਦਾ, ਇੱਕ ਨਸ਼ੇ ਨੇ ਇਸ ਵੀਰ ਨੂੰ ਅੱਜ ਇਸ ਹਾਲਾਤ 'ਤੇ ਖੜਾ ਕੀਤਾ, ਵੀ ਅੱਜ ਕੱਲ੍ਹ ਲੋਕ ਕਨੇਡਾ ਜਾਣਾ ਮਤਲਬ ਆਪਦੇ ਆਪ ਨੂੰ ਸੈਟਲ ਮੰਨਦੇ ਆ, ਵੀ ਅਸੀਂ ਕਨੇਡਾ ਚਲੇ ਗਏ ਮਤਲਬ ਸੈਟਲ ਹੋ ਗਏ। ਇਹ ਵੀਰ ਕਨੇਡਾ 13 ਸਾਲ ਰਹਿ ਕੇ ਵੀ ਵਾਪਸ ਆ ਗਿਆ, ਬੜੀ ਮਾੜੀ ਹਾਲਤ ਦੇ ਵਿੱਚ ਪਿਛਲੇ 3 ਸਾਲਾਂ ਤੋਂ ਲੁਧਿਆਣਾ ਤੋਂ ਜਗਰਾਓਂ ਏਰੀਏ ਦੇ ਵਿੱਚ ਘੁੰਮ ਰਿਹਾ ਸੀ, ਜੇ ਸਾਡੀਆਂ ਤੁਸੀਂ ਪੋਸਟਾਂ 'ਚ ਦੇਖ ਸਕਦੇ ਹੋ, ਇਹਦੇ ਹਾਲਾਤ ਵੀਰ ਦੇ ਇਹੋ ਜਿਹੇ ਸੀਗੇ ਵੀ ਕੋਈ ਭਿਖਾਰੀ ਟਾਈਪ ਹਾਲਾਤ, ਕੱਪੜੇ ਪਾਟੇ ਹੋਏ, ਬੜੀ ਮਾੜੀ ਹਾਲਤ 'ਚ ਵੀਰ ਘੁੰਮ ਰਿਹਾ ਸੀ। ਅਸੀਂ ਉੱਥੋਂ ਵੀਰ ਨੂੰ ਲੈ ਕੇ ਆਏ ਸੱਚੇ ਪਾਤਸ਼ਾਹ ਦੀ ਮਿਹਰ ਨਾਲ, ਸਾਡੇ ਕੋਲ ਰਹਿੰਦਾ ਦਿਮਾਗੀ ਇਲਾਜ ਇਹਦਾ ਚੱਲਦਾ, ਜਿਹੜਾ ਕਿ ਹੁਣ 70% ਠੀਕ ਹੋ ਗਿਆ। ਜਦੋਂ ਪਹਿਲੇ ਦਿਨ ਆਏ ਸੀ ਇੱਦਾਂ ਬੈਠ ਨਹੀਂ ਸਕਦੇ ਸੀ, ਇੱਦਾਂ ਸੁਣ ਨਹੀਂ ਸਕਦੇ ਸੀ, ਇਹ ਹੁਣ ਸਾਡੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਸਾਡੀ ਟੀਮ ਦੀ ਵੀ ਗੱਲ ਸੁਣਦੇ ਆ, ਸਾਰਿਆਂ ਦੀ ਗੱਲ ਸੁਣਦੇ ਆ ਇਹ।
ਜੀ ਅਤੇ ਦੋਸਤੋ ਇਹ ਬਹੁਤ ਸਾਰੇ ਜਿਹੜੇ ਆ ਵਿਅਕਤੀਆਂ ਦੇ ਬਾਰੇ ਇਹਨਾਂ ਮਨੁੱਖਾਂ ਦੇ ਬਾਰੇ ਜਿਹੜੇ ਜ਼ਿੰਦਗੀ ਨੂੰ ਹੁਣ ਇਸ ਸਮੇਂ ਜਿਉ ਰਹੇ ਆ, ਜਿਹਨੇ ਜ਼ਿੰਦਗੀ ਤੋਂ ਟੁੱਟ ਗਏ ਸੀ, ਆਪਣੇ ਪਰਿਵਾਰਾਂ ਤੋਂ ਟੁੱਟ ਗਏ ਸੀਗੇ ਅਤੇ ਆਪਣੇ ਪਰਿਵਾਰਾਂ 'ਚ ਟੁੱਟ ਗਏ ਸੀ। ਕੁਝ ਜਿਹੜੀਆਂ ਹੋਰ ਵੀਡੀਓ ਦੇ ਰਾਹੀਂ ਤੁਸੀਂ ਦੇਖ ਲਓਗੇ ਤਸਵੀਰਾਂ ਜਿਹੜੇ ਮਰੀਜ਼ ਇੱਥੇ ਪਾਏ ਨੇ, ਕਿਉਂਕਿ ਸਮਾਂ ਸਾਡੇ ਕੋਲ ਇੱਕ ਘੰਟੇ ਦਾ ਸੀਗਾ। ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਇਹ ਪ੍ਰੋਗਰਾਮ ਹੈ, ਸੁਖਨੈਬ ਸਿੱਧੂ ਲਾਈਵ ਪ੍ਰੋਗਰਾਮ ਦੇ ਵਿੱਚ। ਅੱਜ ਤੁਹਾਡਾ ਆਪਣਾ ਦੋਸਤ ਹੈਪੀ ਇਸ ਪਿੰਡ ਦੇ ਵਿੱਚ ਆਇਆ ਹੋਇਆ, ਇਸ ਸੰਸਥਾ ਦੇ ਕੋਲ ਆਇਆ ਹੋਇਆ। ਕੁਝ ਤਸਵੀਰਾਂ ਜਿਹੜੀਆਂ ਬਾਅਦ ਦੇ ਵਿੱਚ ਤੁਸੀਂ ਉਹ ਵੀਡੀਓ ਜਿਹੜੀਆਂ ਦੇਖੋਗੇ ਅਤੇ ਬਾਅਦ ਦੇ ਵਿੱਚ ਤੁਸੀਂ ਗੁਰਪ੍ਰੀਤ ਸਿੰਘ ਜੀ ਦੇ ਨਾਲ ਜਿਹੜੀ ਗੱਲ ਉਹਨਾਂ ਦੇ ਮੋਬਾਈਲ ਫੋਨ ਦੇ ਰਾਹੀਂ ਜਿਹੜਾ ਵਟਸਐਪ ਵੀ ਉਸ ਨੰਬਰ 'ਤੇ ਚੱਲਦਾ ਹੈਗਾ, ਫੇਸਬੁੱਕ ਪੇਜ ਦੇ ਰਾਹੀਂ ਵੀ ਤੁਸੀਂ ਇਸ ਸੰਸਥਾ ਦੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ, ਤਾਂ ਕਿ ਇਹੋ ਜਿਹੀਆਂ ਸੰਸਥਾਵਾਂ ਨੂੰ ਅਸੀਂ ਸਪੋਰਟ ਕਰੀਏ, ਨਾ ਕਿ ਉਹਨਾਂ ਡੇਰਿਆਂ ਤੱਕ ਜਿੱਥੋਂ ਜਿਹੜਾ ਧਨ ਆ ਉਹ ਰਾਜਨੀਤਿਕ ਲੋਕਾਂ ਤੱਕ ਜਾਂਦਾ ਹੈ, ਫਿਰ ਉਹਨਾਂ ਕੋਲ ਡੇਰਿਆਂ ਤੱਕ ਜਾਂਦਾ ਹੈ, ਅਤੇ ਡੇਰਿਆਂ ਦੇ ਵਿੱਚ ਅਤੇ ਗੁਰੂ ਘਰਾਂ ਦੇ ਵਿੱਚ ਕੀ ਹੁੰਦਾ ਹੈਗਾ, ਤੁਸੀਂ ਇਹ ਅੱਖੀ ਜਿਹੜਾ ਅਤੇ ਦੇਖ ਵੀ ਲਓਗੇ ਅਤੇ ਸੁਣ ਵੀ ਰਹੇ ਹੋ, ਮਹਿਸੂਸ ਵੀ ਕਰ ਰਹੇ ਹੋ ਕਿ ਇੱਕ ਵਿਅਕਤੀ ਜਿਹੜਾ ਮਰੀਜ਼ ਹੋ ਜਾਂਦਾ ਹੈਗਾ ਅਤੇ ਉਹਨੂੰ ਬਾਹਰ ਕੱਢ ਕੇ ਜਿਹੜਾ ਸਿੱਟ ਦਿੱਤਾ ਜਾਂਦਾ ਹੈਗਾ, ਕੁੱਤੇ ਅਸੀਂ ਹੱਥਾਂ 'ਚ ਚੱਕੇ ਆ ਅਤੇ ਮਨੁੱਖ ਜਿਹੜਾ ਉਹ ਸੜਕਾਂ 'ਤੇ ਰੋਲ ਰਿਹਾ। ਗੁਰਪ੍ਰੀਤ ਜੀ ਇਹਨਾਂ ਬਾਰੇ ਤੁਸੀਂ ਪਲੀਜ਼ ਦੱਸਣਾ ਚਾਹੁੰਦੇ ਸੀਗੇ? ਇਹ ਬਾਬਾ ਜੀ ਸਾਡੇ ਸ਼ੁਭ ਚਰਨ ਸਿੰਘ ਜੀ ਕਾਲਾ ਬਾਬਾ ਜੀ, ਇਹ ਅਨੰਦਪੁਰ ਸਾਹਿਬ ਤੋਂ ਸਾਡੇ ਕੋਲ ਆਏ ਸੀ ਬਾਬਾ ਜੀ ਇਹ ਜੀ, ਅਤੇ ਇਹ ਬਾਬਾ ਜੀ ਦੀ ਇੱਕ ਲੱਤ ਕੱਟੀ ਹੋਈ ਸੀ ਅਤੇ ਇੱਕ ਲੱਤ ਦੇ ਵਿੱਚ ਬਹੁਤ ਜ਼ਿਆਦਾ ਕੀੜੇ ਪਏ ਹੋਏ ਸੀ ਸਾਡੇ ਕੋਲ ਜਦ ਆਏ ਆ। ਇਹ ਬਾਬਾ ਜੀ ਅਨੰਦਪੁਰ ਸਾਹਿਬ ਪਿਛਲੇ 10 ਸਾਲਾਂ ਤੋਂ ਟੋਇਲੈਟਾਂ ਦੀ ਸੇਵਾ ਕਰਦੇ ਸੀਗੇ, ਜਿਹੜੀਆਂ ਕਿ ਵੱਡੀ ਪਾਰਕਿੰਗ ਅਨੰਦਪੁਰ ਸਾਹਿਬ ਜੀ ਉਹਦੇ ਵਿੱਚ ਬਣੀਆਂ ਹੋਈਆਂ ਜੀ, ਅਤੇ ਹਰੇਕ ਸਾਲ ਇਹ ਨੈਣਾ ਦੇਵੀ ਉੱਪਰ 2 ਮਹੀਨਿਆਂ ਦੇ ਵਾਸਤੇ ਸੇਵਾ ਜਾਂਦੇ ਜਦੋਂ ਸਾਉਣ ਦੇ ਚੱਲਦੇ ਚੱਲਦੇ। ਇਸ ਵਾਰ ਵੀ ਇਹ ਜਦੋਂ ਉੱਪਰ ਗਏ ਸੇਵਾ ਕਰਾਉਣ ਲਈ ਤਾਂ ਇਹਨਾਂ ਦਾ ਐਕਸੀਡੈਂਟ ਹੋ ਗਿਆ, ਕੀ ਹੋ ਗਿਆ ਇਹਨਾਂ ਨੂੰ ਕੁਛ ਨਹੀਂ ਪਤਾ। ਇਹਨਾਂ ਨੂੰ 1 ਮਹੀਨਾ 6 ਦਿਨ ਬਾਅਦ ਹੋਸ਼ ਆਈ ਜਦੋਂ ਇਹ PGI ਹੋਸਪਿਟਲ ਦੇ ਵਿੱਚ ਦਾਖਲ ਸੀਗੇ, ਤਾਂ ਡਾਕਟਰਾਂ ਨੇ ਬਾਬਾ ਜੀ ਨੂੰ ਪੁੱਛਿਆ ਵੀ ਕੌਣ ਆ ਤੁਸੀਂ, ਕਿੱਥੋਂ ਆਇਆ, ਤਾਂ ਬਾਬਾ ਜੀ ਨੇ ਉਹਨਾਂ ਨੂੰ ਸੱਚਾਈ ਦੱਸੀ ਵੀ ਮੈਂ ਗੁਰਦੁਆਰਾ ਸਾਹਿਬ ਰਹਿੰਦਾ, ਮੇਰਾ ਪਰਿਵਾਰ ਨਾਲ ਕੋਈ ਲਿੰਕ ਨਹੀਂ ਹੈਗਾ, ਮੈਂ ਇਕੱਲਾ। ਤਾਂ ਉਹਨਾਂ ਨੇ PGI ਹੋਸਪਿਟਲ ਵਾਲਿਆਂ ਨੇ ਚੱਕ ਕੇ ਬਾਬਾ ਜੀ ਨੂੰ ਉੱਥੇ ਇੱਕ ਧਰਮਸ਼ਾਲਾ ਸਾਈਡ 'ਤੇ ਬਣਾਈ ਹੋਈ ਆ ਉਹਦੇ ਵਿੱਚ ਸ਼ਿਫਟ ਕਰਤਾ। ਬਾਬਾ ਜੀ 15-16 ਦਿਨ ਦੇ ਕਰੀਬ ਉੱਥੇ ਰਹੇ, ਨਾ ਉੱਥੇ ਪ੍ਰੋਪਰ ਰੋਟੀ ਮਿਲਦੀ ਸੀ ਨਾ ਪੱਟੀ ਹੁੰਦੀ ਸੀ, ਬੜੀ ਮਾੜੀ ਹਾਲਤ 'ਚ ਬਾਬਾ ਜੀ ਉੱਥੇ ਟਾਈਮ। ਚਲੋ ਉੱਥੋਂ ਬਾਬਾ ਜੀ ਨੇ ਮਿਹਨਤ ਅਲਾ ਕਰਕੇ ਇੰਚਾਰਜ ਦਾ ਬਾਬਾ ਜੀ ਨੇ ਕਿਹਾ ਮੈਨੂੰ ਅਨੰਦਪੁਰ ਸਾਹਿਬ ਪਹੁੰਚਦਾ ਕਰ ਦਿਉ। ਅਨੰਦਪੁਰ ਸਾਹਿਬ ਇਹਨੂੰ ਪਾਰਕਿੰਗ ਦੇ ਵਿੱਚ ਬਾਬਾ ਜੀ ਨੂੰ ਲਾ ਕੇ ਚਲੇ ਗਏ। ਬਾਬਾ ਜੀ 20-25 ਦਿਨ ਪਾਰਕਿੰਗ 'ਚ ਪਏ ਰਹੇ, ਕਿਸੇ ਨੇ ਪੁੱਛਿਆ ਨਹੀਂ ਬਾਬਾ ਜੀ ਨੂੰ। ਬਾਬਾ ਜੀ ਦੇ ਸਕੰਜੇ ਜਿਹੜੇ ਲੱਤ 'ਤੇ ਇਸ 'ਤੇ ਲੱਗੇ ਸੀ, ਬਾਬਾ ਜੀ ਨੇ ਇਕੱਲਾ ਖੋਲ੍ਹ ਕੇ ਨੱਟ ਵਿੱਚੋਂ ਕੱਢ ਅਤੇ ਖਿੱਚ ਕੇ, ਤੁਸੀਂ ਉਸ ਤਕਲੀਫ ਨੂੰ ਮਹਿਸੂਸ ਕਰ ਸਕਦੇ ਹੋ, ਬੰਦੇ ਨੇ ਲੱਤ ਦੇ ਵਿੱਚ ਪੱਟਾਂ ਦੇ ਆਰ ਪਾਰ ਨਿਕਲੇ ਹੋਏ ਸਕੰਜੇ ਦੀਆਂ ਤਾਰਾਂ ਨੂੰ ਖਿੱਚ ਕੇ ਕੱਢਿਆ ਜੀ, ਅਤੇ ਉਹਦੇ ਕਾਰਨ ਬਾਬਾ ਜੀ ਨੂੰ ਲੈਟਰਿੰਗ ਬਾਥਰੂਮ ਲਈ ਜਾਣਾ ਵੀ ਬੜਾ ਔਖਾ ਹੁੰਦਾ ਸੀ। ਇਸ ਤੋਂ ਬਾਅਦ ਪੱਟੀ ਨਾ ਹੋਣ ਕਰਕੇ ਬਾਬਾ ਜੀ ਦੀ ਅੱਡੀ ਦੇ ਵਿੱਚ ਐਡਾ ਵੱਡਾ ਸੁਰਾਖ ਸੀ, ਵਿੱਚ ਕੀੜੇ ਪੈ ਗਏ ਸੀ, ਜਿਹਦੇ ਕਿ ਇੱਥੇ ਤੱਕ ਅੱਧ ਤੱਕ ਸਾਡੇ ਕੈਂਚੀ ਚਲੇ ਜਾਂਦੇ ਸੀ, ਕੀੜੇ ਇੰਨੇ ਜ਼ਿਆਦਾ ਨਿਕਲੇ ਸੀ। ਉੱਥੋਂ ਜਿਹੜੇ ਕੰਘੇ ਕੜੇ ਅਤੇ ਕਿਰਪਾਨਾਂ ਦੀਆਂ ਦੁਕਾਨਾਂ ਚਲਾਉਂਦੇ ਆ ਵੀਰ, ਉਹਨਾਂ ਦੇ ਵਿੱਚੋਂ ਇੱਕ ਵੀਰ ਆ, ਹਿੰਦੂ ਵੀਰ ਆ ਸਾਡਾ, ਸਿੱਖ ਧਰਮ ਦੇ ਵਿੱਚ ਉੱਥੇ ਸੇਵਾ ਕਰ ਰਿਹਾ ਗੁਰਦੁਆਰਾ ਸਾਹਿਬ ਸਾਡੇ, ਉਹਦੇ ਵੀਰ ਨੇ ਸਾਨੂੰ ਉਹਦੇ ਬੇਟੇ ਨੇ ਫੋਨ ਕਰਕੇ ਦੱਸਿਆ ਬਾਬਾ ਜੀ ਦੀ ਹਾਲਾਤ ਬਾਰੇ, ਫੋਟੋਆਂ ਭੇਜੀਆਂ। ਉਹੀ ਵੀਰ ਸਾਡੇ ਕੋਲ ਬਾਬਾ ਜੀ ਨੂੰ 4-5 ਜਣਿਆਂ ਨੂੰ ਹੋਰ ਨਾਲ ਲੈ ਕੇ ਛੱਡ ਕੇ ਗਿਆ, ਨਾਲੇ ਉਹ ਛੋਟੇ ਦੁਕਾਨਦਾਰਾਂ ਨੇ 4,800 ਰੁਪਇਆ ਇਕੱਠਾ ਕਰਕੇ ਨਾਲ ਬਾਬਾ ਜੀ ਦੇ ਇਲਾਜ ਦੇ ਵਿੱਚ ਸਾਨੂੰ ਦੇ ਕੇ ਗਏ, ਜੋ ਕਿ ਬਾਬਾ ਜੀ ਅੱਜ ਸਾਡੇ ਕੋਲ ਠੀਕ ਠਾਕ ਆ। ਬਾਬਾ ਜੀ ਦੇ ਬਹੁਤ ਇਲਾਜ ਹੋਣ ਤੋਂ ਬਾਅਦ ਲੱਤ ਦਾ ਆਪਰੇਸ਼ਨ ਹੋ ਕੇ ਅੱਜ ਲੱਤ ਇੱਕ ਕੰਮ ਦੇ ਕਾਬਲ ਹੋ ਗਈ ਆ, ਅਤੇ ਇੱਕ ਲੱਤ ਦੇ ਉੱਤੇ ਬਿਲਕੁਲ ਹੀ ਕੱਟੀ ਗਈ ਪੱਟ ਦੇ ਕੋਲੋਂ, ਟਾਂਕੇ ਵੀ ਜੋ ਕਿ ਇੱਥੇ ਆਉਣ ਤੋਂ ਬਾਅਦ ਕਟਾਏ ਗਏ। ਬੜੀ ਹਾਲਤ ਮਾੜੀ ਸੀ ਬਾਬਾ ਜੀ ਦੀ। ਇੱਕ ਬਾਬਾ ਜੀ ਬਾਰੇ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ, ਪਹਿਲਾਂ ਬਾਬਾ ਜੀ ਸਾਡੇ ਕੋਲ ਜਦੋਂ ਦੇ ਰਹਿ ਰਿਹਾ ਪਿਛਲੇ 4-5 ਮਹੀਨਿਆਂ ਤੋਂ, ਇਹਨਾਂ ਨੇ ਆਪਦੇ ਪਰਿਵਾਰ ਬਾਰੇ ਨਹੀਂ ਦੱਸਿਆ ਸੀ ਮੈਨੂੰ, ਮੇਰੇ ਨਾਲ ਜ਼ਿਕਰ ਕੀਤਾ ਸੀ ਪਰ ਬਾਬਾ ਜੀ ਨੇ ਦੱਸਿਆ ਸੀ ਮੈਂ ਮਿਲਣਾ ਨਹੀਂ ਚਾਹੁੰਦਾ ਜੀ, ਵੀ ਕੋਈ ਐਡਰੈਸ ਨਹੀਂ ਸੀ ਦੱਸਿਆ। ਪਰ ਪਿਛਲੇ 20 ਕੁ ਦਿਨਾਂ ਤੋਂ ਬਾਬਾ ਜੀ ਬੜੇ ਉਦਾਸ ਰਹਿੰਦੇ ਸੀ, ਮੈਂ ਬਾਬਾ ਜੀ ਨੂੰ ਪੁੱਛਿਆ ਵੀ ਤੁਸੀਂ ਪਰਿਵਾਰ ਨੂੰ ਹੁਣ ਮਿਲਣਾ ਚਾਹੁੰਦੇ ਹੋ, ਤਾਂ ਇਹਨਾਂ ਨੇ ਦੱਸਿਆ ਮੈਂ ਆਪਦੀ ਮਾਂ ਨੂੰ ਮਿਲਣਾ ਚਾਹੁੰਦਾ। ਇਹਨਾਂ ਨੇ ਆਪਣਾ ਐਡਰੈਸ ਵੀ ਦੱਸਿਆ, ਬਟਾਲੇ ਸ਼ਹਿਰ ਦੇ ਵਿੱਚ
ਪ੍ਰੇਮ ਚਾਟ ਵਾਲੇ ਮਸ਼ਹੂਰ ਆ ਜੀ, ਜਗਦੀਸ਼ ਸਿੰਘ ਬਾਪੂ ਦਾ ਨਾਂ ਇਹਨਾਂ ਦਾ, ਜਗਦੀਸ਼ ਜੀ ਸੋਰੀ ਜੀ, ਅਤੇ ਬੜੇ ਮਸ਼ਹੂਰ ਪ੍ਰੇਮ ਚਾਟ ਵਾਲੇ ਆ, ਰੇਹੜੀਆਂ ਲੱਗਦੀਆਂ ਉਹਨਾਂ ਦੀਆਂ, ਗੋਲ ਗੱਪੇ ਹੁੰਦੀਆਂ ਅਤੇ ਚਾਟ ਪਾਪੜੀ ਦੀਆਂ, ਅਤੇ ਫਿਰ ਅਸੀਂ ਰਾਤ ਨੂੰ ਹੀ ਸੰਪਰਕ ਕੀਤਾ ਬਟਾਲੇ, ਸਾਡੇ ਟੀਮ ਮੈਂਬਰ ਉਹਨਾਂ ਦੇ ਘਰ ਵੀ ਗਏ, ਇਹਨਾਂ ਦੇ ਪਰਿਵਾਰ ਨਾਲ ਵੀ ਗੱਲ ਕਰਾਈ, ਇਹਨਾਂ ਦੇ ਫਾਦਰ ਨਾਲ ਗੱਲ ਹੋਈ, ਜਦੋਂ ਉੱਥੋਂ ਕਿ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੀ ਮਦਰ 4 ਸਾਲ ਪਹਿਲਾਂ ਡੈਥ ਹੋ ਚੁੱਕੀ ਹੈ, ਕਿਉਂਕਿ ਬਾਬਾ ਜੀ 10 ਸਾਲਾਂ ਤੋਂ ਪਰਿਵਾਰ ਨਾਲੋਂ ਪਹਿਲਾਂ ਜਮ੍ਹਾਂ ਹੀ ਡਿਸਕਨੈਕਟ ਹੋ ਗਏ ਸੀਗੇ ਜੀ। ਬਾਬਾ ਜੀ ਦਾ ਬੇਟਾ ਵੀ ਆ, ਉਹ ਘਰ ਛੱਡ ਕੇ ਉਹਨੇ ਆਪਦੀ ਮਰਜ਼ੀ ਨਾਲ ਵਿਆਹ ਕਰਾ ਲਿਆ, ਉਹ ਅਲੱਗ ਰਹਿਣ ਲੱਗ ਗਿਆ ਸੀ, ਅਤੇ ਜਿਹੜੀ ਕਿ ਬੜੀ ਇੱਕ ਹੈਰਾਨੀ ਵਾਲੀ ਗੱਲ ਹੋਈ, ਜਦੋਂ ਉਹਨਾਂ ਨੂੰ ਪਤਾ ਲੱਗਿਆ ਪਰਿਵਾਰ ਨਾਲ ਸਾਡੀ ਗੱਲ ਹੋਈ ਤਾਂ ਉਹ ਆਉਣ ਲਈ ਤਿਆਰ ਨਹੀਂ ਇੱਥੇ। ਅਸੀਂ ਉਹਨਾਂ ਨੂੰ ਸਿਰਫ ਇੱਕੋ ਹੀ ਬੇਨਤੀ ਕਰਦੇ ਹਾਂ ਤੁਹਾਡੇ ਰਾਹੀਂ ਵੀ ਹੱਥ ਜੋੜ ਕੇ, ਬਟਾਲੇ ਸ਼ਹਿਰ ਦੀਆਂ ਸੰਗਤਾਂ ਨੂੰ ਵੀ, ਉਹਨਾਂ ਨੂੰ ਜਾ ਕੇ ਜ਼ਰੂਰ ਮਿਲੋ ਪ੍ਰੇਮ ਚਾਟ ਵਾਲਿਆਂ ਨੂੰ, ਉਹਨਾਂ ਨੂੰ ਕਹੋ ਵੀ ਉਹਨਾਂ ਦਾ ਇੱਕ ਮੁੰਡਾ ਕਾਲਾ ਬਾਬਾ ਸਾਡੇ ਕੋਲ ਇੱਥੇ ਲੁਧਿਆਣੇ ਮਨੁੱਖਤਾ ਦੀ ਸੇਵਾ ਸੁਸਾਇਟੀ ਸੰਸਥਾ 'ਤੇ ਰਹਿ ਰਿਹਾ, ਵੀ ਉਹਨੂੰ ਇੱਕ ਵਾਰੀ ਮਿਲ ਜਾਣ। ਅਸੀਂ ਇਹ ਨਹੀਂ ਕਹਿੰਦੇ ਵੀ ਉਹਨੂੰ ਲੈ ਜਾਣ, ਸਾਂਭ ਸੰਭਾਲ ਅਸੀਂ ਕਰਾਂਗੇ, ਸਾਡੇ ਕੋਲ ਬਾਬਾ ਜੀ ਰਹਿਣ ਨੂੰ ਤਿਆਰ ਆ, ਇੱਥੇ ਉਹ ਕਹਿੰਦੇ ਮੈਂ ਸੇਵਾ ਕਰਨੀ ਹੈ ਤੁਹਾਡੇ ਕੋਲ ਜੀ, ਪਰ ਇੱਕ ਵਾਰੀ ਮਿਲ ਤਾਂ ਜ਼ਰੂਰ ਜਾਣ ਜੀ, ਕਿਉਂਕਿ ਖੂਨ ਦਾ ਰਿਸ਼ਤਾ, ਬਾਬਾ ਜੀ ਘੁੱਟ ਘੁੱਟ ਕੇ ਰੋਂਦੇ ਆ, ਯਾਨੀ ਕਿ ਬੜੇ ਦੁਖੀ ਆ, ਇੱਕ ਵਾਰੀ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ ਇਹਦੇ ਭੈਣਾਂ ਭਰਾਵਾਂ ਨੂੰ, ਇਹਦੇ ਪਿਓ ਨੂੰ ਵੀ, ਬਾਪੂ ਜੀ ਨੂੰ ਵੀ, ਉਹ ਮਿਲ ਕੇ ਜ਼ਰੂਰ ਜਾਣ ਜੀ। ਬਿਲਕੁਲ ਜੀ, ਬਹੁਤ ਹੀ ਭਾਵੁਕ ਦ੍ਰਿਸ਼ ਨੇ ਜਿਹੜੇ, ਦੇਖੇ ਵੀ ਨਹੀਂ ਜਾ ਸਕਦੇ, ਅਗਰ ਤੁਸੀਂ ਇੱਥੇ ਆਓਗੇ ਇਹਨਾਂ ਵਿਅਕਤੀਆਂ ਦੇ ਨਾਲ, ਇਹਨਾਂ ਮਨੁੱਖਾਂ ਦੇ ਨਾਲ ਜ਼ਰੂਰ ਜਿਹੜਾ ਸਮਾਂ ਤੁਸੀਂ ਬਿਤਾ ਕੇ ਜਾਓ। ਦੋਸਤੋ, ਸਮਾਂ ਹੁਣ ਆਗਿਆ ਨਹੀਂ ਦਿੰਦਾ ਗਾ, ਇੱਕ ਥੋੜ੍ਹੀ ਜਿਹੀ ਗੱਲ ਗੁਰਪ੍ਰੀਤ ਜੀ ਕਹਿ ਰਹੇ ਨੇ ਕਿ ਇੱਕ ਹੋਰ ਸਾਥੀ ਆ ਸਾਡਾ ਜਿਹੜਾ, ਇੱਕ ਹੋਰ ਮਰੀਜ਼ ਆ, ਉਹਦੇ ਬਾਰੇ ਉਹ ਗੱਲ ਜਿਹੜੀ ਸਾਂਝੀ ਕਰਨਾ ਚਾਹੁੰਦੇ ਨੇ, ਤਸਵੀਰਾਂ ਦੇ ਰਾਹੀਂ ਤੁਸੀਂ ਬਾਅਦ ਦੇ ਵਿੱਚ ਫੇਸਬੁੱਕ ਪੇਜ ਚੰਨ ਪਰਦੇਸੀ ਦਾ ਫੇਸਬੁੱਕ ਪੇਜ ਉੱਤੇ ਵੀ ਦੇਖ ਸਕਦੇ ਹੋ, ਅਤੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਉਸ ਪੇਜ 'ਤੇ ਜਾ ਕੇ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ। ਗੁਰਪ੍ਰੀਤ ਸਿੰਘ ਜੀ ਇਸ ਸੰਸਥਾ ਦੇ ਜਿਹੜੇ ਆ ਮੈਂਬਰ ਨੇ, ਇਸ ਸੰਸਥਾ ਨੂੰ ਜਿਹੜਾ ਚਲਾ ਰਹੇ ਨੇ ਜੀ। ਗੁਰਪ੍ਰੀਤ, ਇਹ ਵੀਰ ਦੇ ਮੈਂ ਜਾਰਾ ਤਾਂ ਕਹਿ ਰਿਹਾ ਜਸ਼ਨ ਬਾਰੇ, ਇਹਦਾ ਨਾਂ ਜਤਿੰਦਰ ਆ ਜੀ, ਇਹ ਵੀਰ ਨੂੰ ਗੁਲਾਮ ਬਣਾ ਕੇ ਰੱਖਿਆ ਸੀ, ਅੱਜ ਕੱਲ ਦੇ ਟਾਈਮ ਦੇ ਵਿੱਚ ਗੁਲਾਮ ਬਣਾ ਕੇ ਰੱਖਣਾ ਇੱਕ, ਇਹ ਚੀਜ਼ ਨੂੰ ਡਿਸਕ੍ਰਾਈਬ ਨਹੀਂ ਕਰ ਸਕਦੇ ਆਪਾਂ। ਇਹ ਵੀਰ ਦਾ ਤੁਸੀਂ ਪੇਜ ਤੇ ਵੀ ਸਾਡੇ ਦੇਖ ਸਕਦੇ ਹੋ ਫੋਟੋਆਂ, ਇਹ ਵੀਰ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀਗਾ ਸੰਗਣ ਲਗਾ ਕੇ ਗੁਜਰਾਂ ਨੇ, ਇਹਨੂੰ ਮੱਝਾਂ ਦਾ ਗੋਹਾ ਚੁਕਾਇਆ ਜਾਂਦਾ ਸੀ, ਇਹਦੇ ਹੱਥਾਂ ਦੇ ਉੱਪਰ ਏਡੇ ਏਡੇ ਜ਼ਖਮ ਸੀਗੇ ਜੋ ਕਿ ਹਜੇ ਵੀ ਠੀਕ ਨਹੀਂ ਹੋਏ ਪ੍ਰੋਪਰ, 6 ਮਹੀਨੇ ਹੋ ਗਏ। ਇਹ ਜੀ ਸਾਹਨੇਵਾਲ ਦੇ ਕੋਲੇ ਪਿੰਡ ਆ ਜੀ ਭੈਰੋ ਮੁੰਨਾ, ਉੱਥੋਂ ਦਾ ਸਾਬਕਾ ਸਰਪੰਚ ਸਾਹਿਬ ਅਤੇ ਨਾ ਮੌਜੂਦਾ ਸਰਪੰਚ ਸਾਹਿਬ ਰੋਦੂ ਰਾਮ ਜੀ ਸਾਡੇ ਨਾਲ ਗਏ, ਉਹਨਾਂ ਨੇ ਸਾਡੇ ਨਾਲ ਜਾ ਕੇ ਇਹਨੂੰ ਛਿੜਵਾਇਆ ਸੀ, ਅਤੇ ਹੁਣ ਪਿਛਲੇ 5-6 ਮਹੀਨਿਆਂ ਤੋਂ ਸਾਡੇ ਕੋਲ ਰਹਿ ਰਿਹਾ ਵੀਰ। ਇੰਨਾ ਗੋਹਾ ਲੱਤਾਂ, ਕੰਨਾਂ, ਅੱਖਾਂ ਦੇ ਵਿੱਚ ਵੀ, ਕੰਨਾਂ ਦੇ ਵਿੱਚ ਵੀ ਇਹਦੇ ਗੋਹਾ, ਜ਼ਖਮਾਂ ਦੇ ਵਿੱਚ ਵੀ ਗੋਹਾ ਭਰਿਆ ਹੋਇਆ ਸੀ, ਜਿਹਦੇ ਕਰਕੇ ਇੰਨੀ ਗੰਦਗੀ ਹੋਣ ਕਰਕੇ ਇਹਨੂੰ ਇੱਕ ਬਿਮਾਰੀ ਹੋ ਗਈ, ਲਿਪਰੋਸੀ ਜਿਹਨੂੰ ਕਿ ਖੋੜ ਕਿਹਾ ਜਾਂਦਾ ਵਾ, ਪਰ ਸੱਚੇ ਪਾਤਸ਼ਾਹ ਨੇ ਐਡੀ ਮਿਹਰ ਕੀਤੀ ਆ ਵੀ ਇਲਾਜ ਦੇ ਨਾਲ ਹੁਣ ਉਹ ਵੀ ਠੀਕ ਹੋ ਗਿਆ, ਜੋ ਕਿ ਇਹਨੂੰ ਆਪਾਂ ਮੰਨਦੇ ਹਾਂ ਵੀ ਇਹ ਲਾਇਲਾਜ ਬਿਮਾਰੀ ਹੈ, ਪਰ ਗੁਰੂ ਮਹਾਰਾਜ ਨੇ ਕਿਰਪਾ ਕਰੀ ਹੈ ਵੀਰ। ਪਰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬੰਦੇ ਨੂੰ ਗੁਲਾਮ ਬਣਾ ਕੇ ਰੱਖਣਾ ਮੇਰੀ ਸਮਝ ਤੋਂ ਪਰੇ ਆ ਜੀ। ਜਦੋਂ ਦੀ ਅਸੀਂ ਇਹ ਪੋਸਟ ਪਾਈਏ, ਸਾਨੂੰ ਬਹੁਤ ਫੋਨ ਆਉਂਦੇ ਆ ਇੱਦਾਂ ਦੇ, ਅੰਮ੍ਰਿਤਸਰ ਏਰੀਏ ਦੇ ਵਿੱਚ ਬਹੁਤ ਬੰਦੇ ਗੁਲਾਮ ਬਣਾ ਕੇ ਰੱਖੇ ਹੋਏ ਆ, ਅਤੇ ਪਰ ਹੁਣ ਅਸੀਂ ਉਹਨਾਂ ਵਾਸਤੇ ਕੁਛ ਕਰ ਨਹੀਂ ਸਕਦੇ, ਕਿਉਂਕਿ ਦੱਸਣ ਵਾਲੇ ਵੀਰ ਇਹ ਗੱਲ ਕਹਿੰਦੇ ਵੀ ਸਾਡਾ ਨਾਂ ਨਾ ਪਤਾ ਲੱਗੇ, ਪਾਨੇ ਵਾਲੇ ਗੁਲਾਮ ਬਣਾਇਆ ਹੋਇਆ ਜੀ। ਕਿਸੇ ਦੇ ਘਰੇ 2 ਬੰਦੇ ਆ, ਕਿਸੇ ਦੇ ਘਰੇ 3 ਬੰਦੇ, ਭਈਏ ਜਿਹੜੇ ਯੂਪੀ ਬਿਹਾਰ ਤੋਂ ਲਿਆਂਦੇ ਹੋਏ ਸਿੰਗਣ ਲਾ ਕੇ ਰੱਖੇ ਹੋਏ ਬੰਦੇ ਖੇਤਾਂ ਦੇ ਵਿੱਚ, ਬਿਲਕੁਲ ਜੀ। ਅਤੇ ਵੀ ਸਾਡੇ ਪਰਿਵਾਰਕ, ਇਹ ਸਾਡਾ ਇੱਕ ਪਰਿਵਾਰ ਆ, ਪਰਿਵਾਰਕ ਮੈਂਬਰ ਬੈਠਾ ਤਰਸੇਮ ਸਿੰਘ ਜੀ ਬੈਠੇ ਆ, ਚੱਕਰ ਪਿੰਡ ਤੋਂ ਆ ਜੀ, ਬੜੀ ਮਾੜੀ ਹਾਲਤ ਜੀ ਵੀਰ, ਧਰਮਸ਼ਾਲਾ 'ਚ ਪਿਆ ਸੀ, ਪੱਟ ਟੁੱਟਿਆ ਹੋਇਆ ਸੀਗਾ, ਉੱਥੋਂ ਅਸੀਂ ਲੈ ਕੇ ਇਹਦੇ ਮਦਰ ਪਿੰਡ ਦੇ ਵਿੱਚੋਂ ਪ੍ਰਸ਼ਾਦਾ ਇਕੱਠਾ ਕਰਕੇ ਇਹਨੂੰ ਖਵਾਉਂਦੇ ਸੀ, ਨਾਲੇ ਆਪ ਛੱਡਦੇ ਸੀਗੇ ਜੀ, ਅਤੇ 4 ਮਹੀਨਿਆਂ ਤੋਂ ਪਿਛਲਿਆਂ ਤੋਂ ਧਰਮਸ਼ਾਲਾ 'ਚ ਪਏ ਸੀਗੇ, ਉੱਥੋਂ ਲੈ ਕੇ ਆਏ, ਗੁਰੂ ਮਹਾਰਾਜ ਦੀ ਕਿਰਪਾ ਨੇ ਇਹਨਾਂ ਦਾ ਇਲਾਜ ਕਰਾਇਆ, ਹੁਣ ਠੀਕ ਆ, ਤੁਰਨ ਦੇ ਕਾਬਲ ਹੋ ਚੱਲਿਆ। ਉਹ ਪਰਲੇ ਪਾਸੇ ਅਮਰੀਕ ਬਾਬਾ ਜੀ ਪਏ ਆ ਜੀ, ਉਹਨਾਂ ਦੀ ਇੱਕ ਲੱਤ ਅਤੇ ਇੱਕ ਬਾਂਹ ਹੈ ਨਹੀਂ ਸੀ, ਕਰੰਟ ਲੱਗਿਆ ਹੋਇਆ, ਉਹਨਾਂ ਕੋਲ ਇੱਕ ਅੱਖ 'ਤੇ ਬਾਂਹ ਹੈ ਨਹੀਂ ਸੀ, ਅਤੇ ਉਸ ਕਰਕੇ ਚੂਲਾ ਟੁੱਟ ਗਿਆ ਬਾਬਾ ਜੀ ਦਾ। ਪਿਛਲੇ
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਉੱਥੇ ਜਾ ਕੇ ਦੇਖ ਸਕਦੇ ਹੋ ਤੁਹਾਡਾ ਦਿਲ ਜਿਹੜਾ ਉਹ ਦਹਿ ਜਾਏਗਾ ਕਿ ਕਿੰਨੇ ਕੀੜੇ ਉਸਦੇ ਹੱਥ ਦੇ ਵਿੱਚ ਪਏ ਹੋਏ ਸੀ ਉਸ ਤੋਂ ਬਾਅਦ ਗੁਰਪ੍ਰੀਤ ਜੀ ਇਹਨਾਂ ਇਸ ਵਿਅਕਤੀ ਵਿੱਚ ਲੈ ਕੇ ਇਹਦੇ ਪੱਟੀਆਂ ਕੀਤੀਆਂ ਹੁਣ ਪੂਰਾ ਮਤਲਬ ਸਹੀ ਹੈ ਇਸ ਸਮੇਂ ਦੀ ਸਿਹਤ ਵੀ ਠੀਕ ਹੈ ਅਤੇ ਇਸ ਸਮੇਂ ਮੇਰੇ ਨਾਲ ਵੀ ਇਹਨੇ ਖਾਸੀਆਂ ਜਿਹੜੀਆਂ ਗੱਲਾਂ ਵੀ ਕੀਤੀਆਂ ਬੈਠ ਕੇ ਚਾਹ ਵੀ ਪੀਤੀ ਹੈ ਹਰਵਿੰਦਰ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਗੁਰਪ੍ਰੀਤ ਜੀ ਸਭ ਤੋਂ ਵੱਡੀ ਸੇਵਾ ਜੀ ਤੁਹਾਡੀ ਅਤੇ ਅਸੀਂ ਸਲਾਮ ਕਰਦੇ ਹਾਂ ਰੇਡੀਓ ਚੰਨ ਪਰਦੇਸੀ ਵੱਲੋਂ ਤੁਹਾਡੀ ਸੇਵਾ ਨੂੰ ਅਤੇ ਹਰਪ੍ਰੀਤ ਸਿੰਘ ਵਿਨੀਪੈਗ ਤੋਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਰੇਡੀਓ ਚੰਨ ਪਰਦੇਸੀ ਦੀ ਟੀਮ ਨੂੰ ਇੱਥੇ ਪਹੁੰਚਦਾ ਕੀਤਾ ਤਾਂ ਕਿ ਪੂਰੀ ਦੁਨੀਆ ਤੱਕ ਇਸ ਸੰਸਥਾ ਦੀ ਜਿਹੜੀ ਆ ਗੱਲ ਜਾ ਸਕੇ ਅੰਤ ਦੇ ਵਿੱਚ ਮੈਂ ਦੋਸਤਾਂ ਨੂੰ ਕਹਿਣਾ ਚਾਹਾਂਗਾ ਕਿ ਇਸ ਸੰਸਥਾ ਦੇ ਨਾਲ ਜੁੜੋ ਇਸ ਸੰਸਥਾ ਤੱਕ ਜਿਹੜੀਆਂ ਸੇਵਾ ਜਿਹੜੀ ਆ ਪਹੁੰਚਦੀ ਜ਼ਰੂਰ ਕਰੋ ਇਸ ਸੰਸਥਾ ਦੇ ਨਾਲ ਇੱਕ ਹੌਸਲਾ ਜਿਹੜਾ ਜ਼ਰੂਰ ਪਹੁੰਚਦਾ ਕਰੋ ਗੁਰਪ੍ਰੀਤ ਜੀ ਤੁਸੀਂ ਆਪਣਾ ਮੋਬਾਈਲ ਨੰਬਰ ਅਨਾਊਂਸ ਕਰ ਦਿਓ ਜਿਸ 'ਤੇ ਵਟਸਐਪ ਚੱਲਦੀ ਹੋਵੇ ਤਾਂ ਕਿ ਤੁਹਾਡੇ ਨਾਲ ਜਿਹੜੀ ਆ ਬਾਅਦ ਦੇ ਵਿੱਚ ਦੋਸਤ ਮਿੱਤਰ ਹੋਰ ਜਿਹੜੀਆਂ ਗੱਲਾਂ ਜਿਹੜੀਆਂ ਉਹ ਸਾਂਝੀਆਂ ਕਰ ਸਕਣ ਇੱਥੇ ਆ ਕੇ ਇਹਨਾਂ ਮਰੀਜ਼ਾਂ ਨੂੰ ਇਹਨਾਂ ਵਿਅਕਤੀਆਂ ਨੂੰ ਮਿਲ ਸਕਣ। ਬਿਲਕੁਲ ਜੀ, ਪਹਿਲਾਂ ਮੈਂ ਫਿਰ ਦੁਬਾਰਾ ਧੰਨਵਾਦ ਕਰਦਾ ਚੰਨ ਪਰਦੇਸੀ ਰੇਡੀਓ ਦਾ। ਸਮਾਂ ਬਹੁਤ ਘੱਟ ਹੋਣ ਕਰਕੇ ਸਾਡੇ ਕਾਫੀ ਬੰਦਿਆਂ ਨੂੰ ਅਸੀਂ ਇੰਟਰਡਿਊਸ ਕਰ ਨਹੀਂ ਸਕੇ ਕਿਉਂਕਿ ਮੈਂ ਇਹ ਚੀਜ਼ ਜ਼ਰੂਰ ਚਾਹੁੰਦਾ ਵੀ ਹਰ ਚੀਜ਼ ਲੋਕਾਂ ਤੱਕ ਪਹੁੰਚੇ, ਸਾਡੀ ਸੰਸਥਾ ਦੀ ਹਰ ਚੀਜ਼ ਟਰਾਂਸਪੇਰੈਂਟ ਤਰੀਕੇ ਨਾਲ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਕਿੱਦਾਂ ਸੇਵਾ ਕਰਦੇ ਹਾਂ, ਕਿੱਦਾਂ ਦੇ ਫਿਜੀਕਲ ਡਿਸੇਬਲ ਬੰਦੇ ਸਾਡੇ ਕੋਲ ਇਹ ਕਾਫੀ ਬੈਠੇ ਜਿਹਨਾਂ ਨੂੰ ਅਸੀਂ ਮਿਲਾ ਨਹੀਂ ਸਕੇ। ਐਸ ਪੀ ਜੀ ਇਹ ਕੋਈ ਮੱਚੀ ਹੋਈ ਸੀ ਬੀਟ ਦੀ ਸਾਰੀ ਜੀ ਪੋਸਟਾਂ 'ਚ ਦੇਖਿਆ ਹੋਊ, ਇਵੇਂ ਹੋਰ ਬੰਦੇ ਬਹੁਤ ਆ, ਮੈਂ ਜਿਹਨਾਂ ਨੂੰ ਸਾਰਿਆਂ ਨੂੰ ਮਿਲਾਉਣਾ ਚਾਹੁੰਦਾ ਸੀ, ਸਮਾਂ ਘੱਟ ਹੋਣ ਕਰਕੇ ਮਿਲਾ ਨਹੀਂ ਸਕੇ। ਸਾਡਾ ਨੰਬਰ ਜਿਵੇਂ ਤੁਸੀਂ ਜਾਣਦੇ ਹੋ ਵੀ 97803000 ਨੰਬਰ ਆ ਜੀ ਸਾਡਾ ਸੰਸਥਾ ਦਾ, ਅਤੇ ਵੈਬਸਾਈਟ ਵੀ ਸਾਡੀ ਐੱਮ ਡੀ ਐੱਸ ਸੁਸਾਇਟੀ ਦੇ ਨਾਂ 'ਤੇ ਬਣ ਚੁੱਕੀ ਹੈ ਜੀ। ਬਾਰਨਹਾੜੇ ਪਿੰਡ ਹੰਬੜਾਂ ਰੋਡ ਦੇ ਉੱਪਰ ਲੁਧਿਆਣੇ ਦੇ ਨੀਅਰ ਬਾਏ ਦਯਾਨੰਦ ਹੋਸਪਿਟਲ ਦੇ ਕੋਲ ਸਾਡੀ ਸੰਸਥਾ ਚੱਲਦੀ ਹੈ ਜੀ। ਅਸੀਂ ਇਹ ਨਹੀਂ ਕਹਿੰਦੇ ਸਾਡੇ ਨਾਲ ਕੋਈ ਜੁੜੋ ਫਾਈਨੈਂਸ਼ਲੀ ਜਾਂ ਹੋਰ, ਅਸੀਂ ਇਹ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰੋ। ਜੇ ਤੁਹਾਡੇ ਏਰੀਏ ਦੇ ਵਿੱਚ ਵੀ ਤੁਹਾਨੂੰ ਕਿਤੇ ਕੋਈ ਇੱਦਾਂ ਦਾ ਲਵਾਰਸ ਬੰਦਾ ਮਾੜੀ ਹਾਲਤ 'ਚ ਮਿਲਦਾ ਜਾਂ ਸੱਟਾਂ ਲੱਗੀਆਂ ਵਾਲਾ ਜਾਂ ਪਿਛਲੇ 5 ਸਾਲਾਂ ਤੋਂ ਸਾਲ ਤੋਂ ਨਹਾਤਾ ਨਹੀਂ ਬੰਦਾ ਮੈਂਟਲੀ ਕੰਡੀਸ਼ਨ 'ਚ ਫਿਰਦਾ, ਉਹਨੂੰ ਨਵਾਓ ਧਵਾਓ, ਉਹਨੂੰ ਸਾਫ਼ ਸੁਥਰਾ ਕਰੋ। ਜੇ ਬਾਹਲੀ ਜ਼ਿਆਦਾ ਕ੍ਰਿਟੀ ਹਾਲਤ 'ਚ ਕ੍ਰਿਟੀਕਲ ਹਾਲਤ 'ਚ ਉਹਨੂੰ ਕੋਈ ਬੰਦਾ ਮਿਲਦਾ ਸਾਡੇ ਤੀਕਰ ਅਪਰੋਚ ਕਰੋ, ਸਾਡੇ ਤੀਕਰ ਉਹਨੂੰ ਪਹੁੰਚਦਾ ਕਰੋ। ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹਨੂੰ ਇਲਾਜ ਕਰਵਾਵਾਂਗੇ। ਅਤੇ ਹੋਰ ਵੀ ਨੌਜਵਾਨ ਵੀਰਾਂ ਨੂੰ ਮੈਂ ਅਪੀਲ ਕਰਦਾ ਵੀ ਇਸ ਚੀਜ਼ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ। ਸਾਨੂੰ ਹੋਰ ਵੀਰ ਫੋਨ ਵੀ ਕਰਦੇ ਆ, ਫੋਟੋਆਂ ਵੀ ਬਹੁਤ ਭੇਜਦੇ ਆ ਵੀਰ ਖਿੱਚ ਖਿੱਚ ਕੇ ਵੀ ਅਸੀਂ ਸਾਡੇ ਪਿੰਡ 'ਚ ਇੱਕ ਬੰਦਾ ਫਿਰਦਾ ਸੀ ਪਿਛਲੇ 5 ਸਾਲਾਂ ਤੋਂ, ਅਸੀਂ ਉਹਨੂੰ ਨਵਾਇਆ, ਪੱਟੀਆਂ ਕਰਾਈਆਂ। ਬਹੁਤ ਵੀਰ ਇਸ ਲਾਈਨ ਦੇ ਵਿੱਚ ਹੁਣ ਤੁਰ ਪਏ ਆ ਸਾਡੇ ਵਾਂਗੂ, ਕਈ ਵੀਰਾਂ ਨੇ ਇੱਦਾਂ ਦੇ ਗਰੁੱਪ ਵੀ ਬਣਾਏ। ਫਿਰੋਜ਼ਪੁਰ ਤੋਂ ਇੱਕ ਵੀਰ ਆ, ਉਹਨਾਂ 6-7 ਬੰਦਿਆਂ ਨੇ ਰਲ ਕੇ ਗਰੁੱਪ ਬਣਾਇਆ, ਉਹ ਬੰਦਿਆਂ ਨੂੰ ਨਿਭਾ ਰਹੇ ਆ, ਸੇਵਾ ਕਰ ਰਹੇ ਆ, ਪੱਟੀਆਂ ਕਰਾ ਰਹੇ ਆ। ਸੁਨਾਮ ਤੋਂ 1-2-3-4 ਵੀਰ ਆ, ਉਹਨਾਂ ਨੇ ਸ਼ੁਰੂ ਕਰੀ ਹੈ ਸੇਵਾ। ਇੱਦਾਂ ਬਸ ਸੱਚੇ ਪਾਤਸ਼ਾਹ ਮੂਹਰੇ ਇਹੀ ਅਰਦਾਸ ਕਰਦੇ ਹਾਂ ਵੀ ਇੱਦਾਂ ਹੀ ਇੱਕ ਕਾਰਵਾਈ ਇੱਕ ਵੱਡਾ ਹੁੰਦਾ ਜਾਵੇ। ਅਸੀਂ ਇਕੱਲੇ ਸੇਵਾ ਨਹੀਂ ਕਰ ਸਕਦੇ, ਸਾਡਾ ਗਰੁੱਪ ਇਕੱਲੀ ਸੇਵਾ ਨਹੀਂ ਕਰ ਸਕਦਾ, ਸਾਡੀ ਟੀਮ ਇੰਨੀ ਸੇਵਾ ਨਹੀਂ ਕਰ ਰਹੀ ਜਿੰਨੇ ਸਾਰੇ ਰਲ ਕੇ ਆਪਾਂ ਪੂਰੇ ਪੰਜਾਬ 'ਚ ਪੂਰੇ ਇੰਡੀਆ 'ਚ ਇਹ ਸੇਵਾ ਕਰ ਸਕਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ। ਮੈਂ ਦੋਸਤਾਂ ਨੂੰ ਅੰਤ ਦੇ ਵਿੱਚ ਫਿਰ ਇੱਕ ਵਾਰੀ ਨੰਬਰ ਮੈਂ ਆਪਣੇ ਵੱਲੋਂ ਵੀ ਅਨਾਊਂਸ ਕਰ ਦੇਣਾ, ਰੇਡੀਓ ਚੰਨ ਪਰਦੇਸੀ ਵੱਲੋਂ ਵੀ ਅਨਾਊਂਸ ਕਰ ਦੇਣਾ, 9780300071 9780300071 97803000 77। ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਜਾਂ ਵਟਸਐਪ ਕਰਕੇ ਗੁਰਪ੍ਰੀਤ ਜੀ ਨਾਲ
ਜੁੜ ਸਕਦੇ ਹੋ ਇਹਨਾਂ ਵਿਅਕਤੀਆਂ ਦੇ ਨਾਲ, ਇਹਨਾਂ ਮਰੀਜ਼ਾਂ ਦੇ ਨਾਲ ਤੁਸੀਂ ਗੱਲ ਵੀ ਕਰ ਸਕਦੇ ਹੋ, ਗੱਲ ਵੀ ਕਰਵਾਉਣਗੇ, ਉਹ ਹਮੇਸ਼ਾ ਇੱਥੇ ਹੁੰਦੇ ਨੇ। ਅਤੇ ਦੋਸਤੋ ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ, ਹਰਪ੍ਰੀਤ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਇਹ ਪ੍ਰੋਗਰਾਮ ਹੈ। ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ, ਇਹਨਾਂ ਸਾਰੇ ਸਾਥੀਆਂ ਦੇ ਨਾਲ ਗੱਲਾਂ ਕਰਕੇ ਕਿਸ ਤਰ੍ਹਾਂ ਲੱਗਿਆ, ਬਾਅਦ ਦੇ ਵਿੱਚ ਤੁਸੀਂ ਮੈਸੇਜ ਜਿਹੜੇ ਆ ਫੇਸਬੁੱਕ ਦੇ ਉੱਤੇ ਵੀ ਪਾ ਸਕਦੇ ਹੋ, ਉਸ ਵੀਡੀਓ ਦੇ ਰਾਹੀਂ ਵੀ ਪਾ ਸਕਦੇ ਹੋ, ਅਤੇ ਕਾਲ ਕਰਕੇ। ਇਸ ਤੋਂ ਬਾਅਦ ਜਿਹੜਾ ਲਾਈਵ ਪ੍ਰੋਗਰਾਮ ਚੱਲਣਾ, ਇਹ ਰਿਕਾਰਡਡ ਤੁਸੀਂ ਸੁਣ ਰਹੇ ਸੀ ਕਿਉਂਕਿ ਇਹ ਦਿਨ ਦੇ ਸਮੇਂ ਰਿਕਾਰਡ ਕੀਤਾ ਗਿਆ, ਅਤੇ ਇਹ ਲਾਈਵ ਪ੍ਰੋਗਰਾਮ ਉਸ ਤੋਂ ਬਾਅਦ ਸਿੱਧੂ ਜੀ, ਸੁਖਨੈਬ ਸਿੱਧੂ ਜੀ ਤੁਹਾਡੇ ਨਾਲ ਲਾਈਵ ਕਰਨਗੇ। ਉਸ ਦੇ ਵਿੱਚ ਤੁਸੀਂ ਕਾਲ 'ਤੇ ਆ ਕੇ ਜਿਹੜੀ ਆ ਉਹ ਗੱਲਬਾਤ ਕਰ ਸਕਦੇ ਹੋ, ਅਤੇ ਸਾਡੇ ਗੁਰਪ੍ਰੀਤ ਜੀ ਵੀ ਉਸ ਸਮੇਂ ਸੁਣਨਗੇ ਪ੍ਰੋਗਰਾਮ, ਜੇ ਉਸ ਸਮੇਂ ਇਹਨਾਂ ਕੋਲ ਸਮਾਂ ਹੋਇਆ ਤਾਂ ਇਹ ਵੀ ਤੁਹਾਡੇ ਨਾਲ ਸਿੱਧੀ ਲਾਈਵ ਜਿਹੜੀ ਆ ਗੱਲ ਜਿਹੜੀ ਆ ਉਹ ਸਾਂਝੀ ਕਰਨਗੇ। ਹੋਰ ਕਿਸੇ ਮਰੀਜ਼ ਦੇ ਬਾਰੇ ਜੇਕਰ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ, ਉਸ ਲਾਈਵ ਪ੍ਰੋਗਰਾਮ ਦੇ ਵਿੱਚ ਗੁਰਪ੍ਰੀਤ ਜੀ ਨਾਲ ਜੁੜ ਕੇ ਤੁਸੀਂ ਲੈ ਸਕਦੇ ਹੋ। ਸਾਰੇ ਦੋਸਤਾਂ ਮਿੱਤਰਾਂ ਦਾ ਅਤੇ ਗੁਰਪ੍ਰੀਤ ਜੀ ਤੁਹਾਡਾ, ਤੁਹਾਡੀ ਸੰਸਥਾ ਦਾ ਬਹੁਤ ਬਹੁਤ ਸ਼ੁਕਰੀਆ ਕਿ ਰੇਡੀਓ ਚੰਨ ਪਰਦੇਸੀ ਨੂੰ ਤੁਸੀਂ ਆਪਣਾ ਸਮਾਂ ਦਿੱਤਾ। ਥੈਂਕ ਯੂ ਵੀਰ ਜੀ, ਹੈਪੀ ਵੀਰ ਤੁਹਾਡਾ ਵੀ, ਸਾਰੇ ਵੀਰਾਂ ਦਾ, ਜਿਹੜੇ ਵੀਰਾਂ ਨੇ ਸਾਨੂੰ ਸਪੋਂਸਰ ਕੀਤਾ, ਤੁਹਾਨੂੰ ਸਾਡੇ ਤੱਕ ਪਹੁੰਚਦਾ ਕੀਤਾ, ਸਾਡੀ ਆਵਾਜ਼ ਨੂੰ ਅੱਜ ਦੁਨੀਆ ਦੇ ਸਾਹਮਣੇ ਪਹੁੰਚਦਾ ਕੀਤਾ, ਬਹੁਤ ਵੱਡਾ ਧੰਨਵਾਦ ਆ ਸਾਰੇ ਵੀਰਾਂ ਦਾ। ਹੱਥ ਜੋੜ ਕੇ ਅਸੀਂ ਸਾਰਿਆਂ ਨੂੰ ਧੰਨਵਾਦ ਕਰਦੇ ਹਾਂ ਵੀ ਇਹ ਨਿਮਾਣੇ ਬੰਦੇ ਜਿਹੜੇ ਸਾਡੇ ਕੋਲ ਰਹਿੰਦੇ, ਸਾਡੇ ਵਰਗੇ ਕਲਜੁਗੀ ਬੰਦਿਆਂ ਦੀ ਆਵਾਜ਼ ਉਸ ਲੈਵਲ ਤੱਕ ਪਹੁੰਚੀ ਜਿੱਥੇ ਕਿ ਲੋਕਾਂ ਦੇ ਕੰਨਾਂ ਦੇ ਵਿੱਚ ਪਵੇ, ਅਤੇ ਲੋਕ ਵੀ ਇਸ ਚੀਜ਼ ਨੂੰ ਸਮਝ ਸਕਣ ਵੀ ਇਨਸਾਨੀਅਤ ਨੂੰ, ਮਨੁੱਖਤਾ ਨੂੰ ਬਹੁਤ ਲੋੜ ਆ। ਅੱਜ ਕੱਲ੍ਹ ਮਰੀ ਹੋਈ ਇਨਸਾਨੀਅਤ ਨੂੰ ਜਿਉਂਦਾ ਕਰਨ ਲਈ ਬਹੁਤ ਲੋੜ ਆ। ਆਪਣੇ ਗੁਰੂਆਂ ਨੇ ਇਹੀ ਸਿਖਾਇਆ, ਗੁਰੂ ਨਾਨਕ ਪਾਤਸ਼ਾਹ ਨੇ ਵਾਰ ਵਾਰ ਇਹੀ ਕਿਹਾ ਵੀ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਵਾ, ਅੰਦਰ ਇਨਸਾਨ ਦੇ ਅੰਦਰ ਹੀ ਰੱਬ ਵੱਸਦਾ, ਬਾਹਰੋਂ ਲੱਭਣ ਦੀ ਲੋੜ ਨਹੀਂ ਹੈਗੀ। ਅਤੇ ਬਸ ਇਹੀ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ, ਹੱਥ ਜੋੜ ਕੇ ਜ਼ਰੂਰ ਇਨਸਾਨ ਦੇ ਨਾਲ ਇਨਸਾਨੀਅਤ ਵਾਲਾ ਵਤੀਰਾ ਕਰੋ, ਜਿਵੇਂ ਕਿ ਜਾਨਵਰ ਵੀ ਜਾਨਵਰ ਦੀ ਪੂਰੀ ਹੈਲਪ ਕਰਦਾ, ਇਨਸਾਨ ਦਾ ਵੀ ਹੱਕ ਬਣਦਾ ਇਨਸਾਨ ਦੀ ਮਦਦ ਕਰਨ ਦਾ। ਪੈਸਾ ਕੋਈ ਵੱਡੀ ਚੀਜ਼ ਨਹੀਂ ਹੈਗੀ, ਪੈਸਾ ਤਾਂ ਹੱਥਾਂ ਦੀ ਮੈਲ ਆ ਜੀ, ਸਮਾਂ ਸਭ ਤੋਂ ਵੱਧ ਇਸ ਚੀਜ਼ 'ਚ ਲਾਓ ਜੀ। ਜੀ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਤੁਹਾਡਾ, ਅਤੇ ਦੋਸਤੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਤੁਹਾਡੇ ਆਪਣੇ ਰੇਡੀਓ ਚੰਨ ਪਰਦੇਸੀ ਦੇ ਨਾਲ। ਸਤਿ ਸ਼੍ਰੀ ਅਕਾਲ ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।